ਸਾਡੀ ਅੱਖ 'ਚ ਅੱਥਰੂ ਆਵੇ ਜਿੱਦਣ ਇੱਕ ਸਕੂਲ ਦੇ ਬੱਚਿਆਂ ਦੇ ਬਸਤੇ ਖੂਨ ਨਾਲ ਭਿੱਜੇ ਸੀ ਤੇਰੇ ਵਤਨ ਦੇ ਵਿੱਚ, ਜਾਂ ਜਿੱਦਣ ਉਹ ਕੁੜੀ ਸਵਾਤ ਘਾਟੀ ਦੇ ਵਿੱਚ ਗਜ਼ਾਲਾਂ ਨੂੰ ਗੋਲੀ ਵੱਜੀ ਸੀ, ਮੈਂ 2-3 ਰਾਤਾਂ ਸੌਂ ਨਹੀਂ ਸੀ ਸਕਿਆ। ਜਿਹੜੇ ਸਾਨੂੰ ਕਹਿ ਗਏ ਕਿ ਖੁਦ ਹੀ ਕੋ ਕਰ ਬੁਲਾ ਦਿੱਤਾ, ਕਹਿ ਤਦਬੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਉਹ ਵਕਤ ਕਿਹੋ ਜਿਹਾ ਹੋਏਗਾ ਜਦੋਂ ਸਾਈ ਮੀਆਂ ਮੀਰ ਚੱਲ ਕੇ ਆਉਂਦੇ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ, ਇੱਟ ਰੱਖਣ ਆਉਂਦੇ ਨੇ। ਰੱਖੜੀ ਦੀ ਤੰਦ ਖਤਰੇ ਵਿੱਚ ਹੈ, ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ, ਅੰਬੜੀਏ ਮੈਨੂੰ ਗੁੜਤੀ ਦੀ ਥਾਂ ਦੇ ਨਾ, ਜ਼ਹਿਰ ਕਟੋਰੀ ਨੀ ਕਲੋਰੀ ਦੇ ਦੇ, ਭਾਵੇਂ ਦੇ ਬਾਬਲ ਤੋਂ ਚੋਰੀ ਨੀ ਕਲੋਰੀ ਦੇ ਦੇ। ਯਾਰ ਜਿਹੜੀ ਜ਼ਬਾਨ ਕੋਲ ਬਾਬਾ ਫਰੀਦ ਹੋਵੇ, ਦੁੱਲਾ ਹੋਵੇ, ਬੁੱਲਾ ਹੋਵੇ, ਸਰਾਭਾ ਹੋਵੇ, ਭਗਤ ਸਿੰਘ ਹੋਵੇ, ਊਧਮ ਸਿੰਘ ਹੋਵੇ। ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਜਿੰਨੇ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬੀ ਲੈ ਯੂਟਿਊਬ ਚੈਨਲ ਨਾਲ ਦੀ ਨਾਲ, ਪੰਜਾਬੀ ਲੈ ਫੇਸਬੁੱਕ ਪੇਜ ਦੇ ਨਾਲ। ਕੀਮਤੀ ਗੱਲਾਂ ਜਿਹੜਾ ਸਾਡਾ ਇੱਕ ਪੇਜ ਹੈ ਫੇਸਬੁੱਕ 'ਤੇ, ਉਹਦੇ ਨਾਲ ਜੁੜੇ ਨੇ। ਸੋ ਪੰਜਾਬ ਦੀ ਗੱਲ ਕਰੀਏ, ਪੰਜਾਬੀ ਦੀ ਗੱਲ ਕਰੀਏ, ਦੁਨੀਆਂ 'ਤੇ ਵਸਣ ਵਾਲੇ ਪੰਜਾਬੀਆਂ ਦੀ ਗੱਲ ਕਰੀਏ, ਨਾਲ ਨਾਲ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਪੰਜਾਬੀ ਜ਼ੁਬਾਨ ਲਈ, ਮਾਂ ਬੋਲੀ ਪੰਜਾਬੀ ਲਈ, ਪੰਜਾਬੀ ਸੱਭਿਆਚਾਰ ਲਈ ਬਹੁਤ ਸਾਰਾ ਕੰਮ ਕੀਤਾ, ਉਹਨਾਂ ਦੀ ਆਪਾਂ ਗੱਲਬਾਤ ਕਰੀ ਦੀ ਹੈ, ਨਾਲ ਕੀਮਤੀ ਗੱਲਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਕਰਾਈਦਾ। ਸੋ ਅੱਜ ਦੀ ਸ਼ਖਸੀਅਤ ਜਿਹਦੇ ਨਾਲ ਤੁਹਾਡੀ ਗੱਲਬਾਤ ਕਰਾਉਣ ਜਾ ਰਹੇ ਹਾਂ, ਰੂਬਰੂ ਕਰਾਉਣ ਜਾ ਰਹੇ ਹਾਂ, ਪੰਜਾਬ ਦੀ ਬਹੁਤ ਵੱਡੀ ਸ਼ਖਸੀਅਤ, ਬਹੁਤ ਵੱਡਾ ਨਾਂ, ਉਹਨਾਂ ਦੇ ਇੱਕ ਸ਼ੇਅਰ ਤੋਂ ਜਿਹੜਾ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਤੇ ਨੀਵੀਂ ਪਾ ਕੇ ਸਰ ਜਾਂਦਾ ਹੈ। ਮਾਂ ਬੋਲੀ ਮਾਂ ਜਨਨੀ ਮਾਂ ਧਰਤੀ ਕੋਲੋਂ, ਮਾਂ ਬੋਲੀ ਮਾਂ ਜਨਨੀ ਮਾਂ ਧਰਤੀ ਕੋਲੋਂ, ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ। ਗੁਰਭਜਨ ਗਿੱਲ ਸਾਹਿਬ ਤੁਹਾਡੇ ਅੱਜ ਸਾਡੇ ਨਾਲ ਹੋਣਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਗਿੱਲ ਸਾਹਿਬ ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਵੈਲਕਮ ਜਨਾਬ। ਸਤਿ ਸ਼੍ਰੀ ਅਕਾਲ, ਨਾ ਸਿਰਫ ਤੁਹਾਡੇ ਰਾਹੀਂ ਉਹਨਾਂ ਸਾਰੀ ਦੁਨੀਆਂ ਭਰ ਚ ਵਾਸਤੇ ਪੰਜਾਬੀ ਲਹਿਰ ਦੇ ਦਰਸ਼ਕਾਂ ਸਰੋਤਿਆਂ ਨੂੰ ਮੇਰੀ ਸਲਾਮ ਵੀ, ਸਤਿ ਸ਼੍ਰੀ ਅਕਾਲ ਵੀ, ਫਤਿਹ ਜਵਾਬ ਫਤਿਹ ਵੀ। ਔਰ ਜੇ ਕੋਈ ਕਿਸੇ ਹੋਰ ਧਰਮ ਦਾ ਸੱਜਣ ਪਿਆਰਾ ਸੁਣਦਾ ਹੋਵੇ ਤਾਂ ਉਹਨੂੰ ਉਹਦੇ ਮੁਤਾਬਕ ਬਹੁਤ ਸਾਰਾ ਆਦਰ ਮਾਣ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਦੱਸਦਾ ਜਾਵਾਂ, ਗਿੱਲ ਸਾਹਿਬ ਮੇਰੇ ਬਹੁਤ ਦਿਲ ਦੇ ਕਰੀਬ, ਬੜੇ ਮੈਂ ਜਾਤੀ ਤੌਰ 'ਤੇ ਬਹੁਤ ਇਹਨਾਂ ਨੂੰ ਪਿਆਰ ਕਰਦਾ, ਬੜਾ ਰਿਸਪੈਕਟ ਕਰਦਾ, ਇੱਜ਼ਤ ਕਰਦਾ ਇਹਨਾਂ ਦਾ। ਮੈਂ ਬਿਲਕੁਲ ਸਾਰਿਆਂ ਨੂੰ ਦੱਸਦਾ ਜਾਵਾਂ, ਇਸ ਫੀਲਡ ਦਾ ਮਤਲਬ ਵੀ ਸਿਹਤ ਦੀ ਫੀਲਡ ਦਾ ਜਾਂ ਅਦਬ ਦੀ ਫੀਲਡ ਦਾ ਨਹੀਂ। ਜੇ ਕੋਈ ਗਲਤੀ ਕੁਤਾਹੀ ਹੋਵੇ ਇਸ ਪ੍ਰੋਗਰਾਮ ਦੇ ਵਿੱਚ, ਐਡੀ ਵੱਡੀ ਸ਼ਖਸੀਅਤ ਮੇਰੇ ਸਾਹਮਣੇ ਬੈਠੀ ਹੈ, ਅਤੇ ਉਹਦੇ ਲਈ ਐਡਵਾਂਸ ਮਾਜ਼ਰਤ ਚਾਹਵਾਂਗੇ। ਕੋਸ਼ਿਸ਼ ਤਾਂ ਕਰਾਂਗੇ ਕਿ ਅੱਜ ਦੀ ਗੱਲਬਾਤ ਜਿਹੜੀ ਆ, ਜਿਵੇਂ ਆਪਾਂ ਝਟਕੇ ਤੌਰ 'ਤੇ ਗੱਲ ਕਰੀਏ ਦੀ ਪ੍ਰੋਗਰਾਮ ਜਿਹੜਾ ਆਪਾਂ ਜਿਵੇਂ ਕਰੀਦਾ ਉਸ ਤਰ੍ਹਾਂ ਹੀ ਕਰੀਏ। ਸਿਹਤ ਦੀ ਗੱਲ ਜਿਹੜੀ ਆ, ਜੇ ਆਪਾਂ ਅਦਬ ਦੀ ਗੱਲ ਹੈ ਉਹਦੇ 'ਚ ਥੋੜ੍ਹਾ ਜਿਹਾ ਮੇਰਾ ਹੱਥ ਤੰਗ ਹੈ, ਲੇਕਿਨ ਗਿੱਲ ਸਾਹਿਬ ਤੁਹਾਡੇ ਨਾਲ ਨੇ ਸਾਡਾ ਅੱਜ ਦੀ ਗੱਲਬਾਤ ਦਾ ਆਗਾਜ਼ ਕਰਦੇ ਹਾਂ। ਗਿੱਲ ਸਾਹਿਬ ਸਾਰਿਆਂ ਨਾਲੋਂ ਪਹਿਲਾਂ ਅਤੇ ਜੰਮੇ ਪਲੇ ਕਿੱਥੇ ਕਿੱਥੇ ਪੈਦਾ ਹੋਏ ਸਾਰੀ ਜ਼ਰਾ ਦੱਸ ਦਿਓ, ਕਿੱਥੇ ਰਹਿੰਦੇ ਹੋ ਹੁਣ? ਨਾਸਿਰ ਮੈਂ ਪਹਿਲੀ ਗੱਲ ਤੇ ਕਰਾਂ ਕਿ ਜਦੋਂ ਦਿਲ ਦਿਲ ਨਾਲ ਗੱਲ ਕਰਦਾ ਨਾ, ਉਹਦੇ ਚ ਕਿਤੇ ਵੀ ਬੇਅਦਬੀ ਨਹੀਂ ਹੁੰਦੀ, ਉਹ ਅਦਬ ਹੀ ਹੁੰਦਾ ਉਹ ਸਾਰਾ। ਔਰ ਮੇਰਾ ਖਿਆਲ ਹੈ ਕਿ ਜਿੰਨੀ ਮੁਹੱਬਤ ਨਾਲ ਤੁਸੀਂ ਪੰਜਾਬ ਦੇ ਦਰਦ ਨੂੰ, ਖਾਸ ਕਰਕੇ ਪਾਰਟੀਸ਼ਨ ਦੇ ਦਰਦ ਨੂੰ ਆਪਣੇ ਪੰਜਾਬੀ ਲਹਿਰ ਰਾਹੀਂ ਪੇਸ਼ ਕੀਤਾ, ਉਹਨਾਂ ਉਜੜੀਆਂ ਥਾਵਾਂ, ਵਿਛੜੇ ਯਾਰਾਂ ਬੇਲੀਆਂ ਦੇ ਦਰਦ ਨੂੰ ਪਰੋਇਆ, ਉਹਦੇ ਲਈ ਮੈਂ ਦੇਣਦਾਰ ਹਾਂ ਪੂਰਾ ਐਨ ਉਹਨਾਂ ਪੰਜਾਬੀਆਂ ਵੱਲੋਂ ਜਿਹੜੇ ਅਸੀਂ 47 ਵੇਲੇ ਉਜੜ ਕੇ ਇੱਧਰ ਆਏ ਸਾਂ। ਮੈਂ ਆਪਣੇ ਬਾਰੇ ਗੱਲ ਕਰਾਂ ਤਾਂ ਮੈਂ ਇਹੀ ਕਹਾਂਗਾ ਕਿ ਮੈਂ ਆਪਣੇ ਵਡਿੱਕਿਆਂ ਦੀ ਧਰਤੀ ਨੂੰ ਬਹੁਤ ਵਸਾਉਂਦਾ ਆਪਣੇ ਮਨ ਦੇ ਵਿੱਚ। ਜਿਹੜੀ ਨਾਰੋਵਾਲ ਜ਼ਿਲ੍ਹੇ ਦੇ ਵਿੱਚ ਜਿਹੜਾ ਉਦੋਂ ਤਹਿਸੀਲ ਸੀ ਪਹਿਲਾਂ, ਉਹਦੇ 'ਚ ਇੱਕ ਨਿੱਕਾ ਜਿਹਾ ਪਿੰਡ ਸੀ, ਨਿੱਕਾ ਤਾਂ ਨਹੀਂ ਹੋਣਾ, ਪੁਲਿਸ ਸਟੇਸ਼ਨ ਸੀ ਪਿੰਡ 'ਚ, ਪਿੰਡ ਤਾਂ ਵੱਡਾ ਹੀ ਹੋਣਾ ਪਰ ਮੈਂ ਨਿੱਕਾ ਜਿਹਾ ਲਫ਼ਜ਼ ਕਿਵੇਂ ਕਹਿ ਦਿੱਤਾ ਕਿਉਂਕਿ ਪਿੰਡ ਕੋਈ ਵੀ ਨਿੱਕਾ ਨਹੀਂ ਹੁੰਦਾ। ਨਿੱਧੋ ਕੇ ਪਿੰਡ ਸੀ ਸਾਡਾ, ਜਿੱਥੇ ਮੇਰੇ ਸਤਿਕਾਰਯੋਗ ਬਾਪੂ ਜੀ ਦਾ ਜਨਮ ਹੋਇਆ। ਔਰ ਮੇਰੇ ਖਿਆਲ ਹਾਂ ਨਿੱਧੋ ਨਾਰੋਵਾਲ ਦੀ ਤਹਿਸੀਲ ਹੈ ਖਾਸ, ਨਾਰੋਵਾਲ ਨਹੀਂ, ਨਾਰੋਵਾਲ ਹੁਣ ਤਾਂ ਜ਼ਿਲ੍ਹਾ ਬਣ ਗਿਆ ਨਾ, ਉਦੋਂ ਨਾਰੋਵਾਲ ਤਹਿਸੀਲ ਸੀਗੀ ਜਦੋਂ ਅਸੀਂ ਉੱਜੜੇ ਹਾਂ। ਤੇ ਉੱਥੇ ਮੇਰੇ ਦਾਦਾ ਜੀ ਸਰਦਾਰ ਬੇਲਾ ਸਿੰਘ ਸਨ, ਔਰ ਮੇਰੇ ਬਾਪੂ ਜੀ ਸਰਦਾਰ ਹਰਨਾਮ ਸਿੰਘ, ਜਿਹਨਾਂ ਦੇ ਘਰ ਮੈਂ ਹੋਇਆ 47 ਤੋਂ ਬਾਅਦ ਪੈਦਾ, 53 ਦੇ ਵਿੱਚ।
ਪਰ ਮੇਰੇ ਦੋ ਵੱਡੇ ਭੈਣ ਭਰਾ, ਮੇਰੇ ਵੱਡੇ ਭੈਣ ਜੀ ਸਰਦਾਰਨੀ ਮਨਜੀਤ ਕੌਰ ਉਦੋਂ 8 ਸਾਲ ਦੇ ਸਨ ਪਾਰਟੀਸ਼ਨ ਵੇਲੇ, ਤੇ ਦੂਸਰੇ ਮੇਰੇ ਵੱਡੇ ਵੀਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਉਹ 3.5 ਸਾਲ ਦੇ ਸੀ। ਰਾਵੀ ਦਰਿਆ ਦੇ ਕੰਢੇ ਤੇ ਜੋ ਉਹਨਾਂ ਦਰਦ ਹੰਡਾਇਆ, ਖਾਸ ਕਰਕੇ 8 ਦਿਨ ਜਦੋਂ ਉੱਥੇ ਬਿਲਕੁਲ ਬਰਸਾਤ ਭਰੀ, ਬਰਸਾਤ ਦੇ ਵਿੱਚ ਖਾਣ ਪੀਣ ਦਾ ਪ੍ਰਬੰਧ ਕੋਈ ਨਹੀਂ ਸੀ, ਕਿਵੇਂ ਸਾਡੀ ਮਾਂ ਨੇ ਉਹਨਾਂ ਨੂੰ ਆਪਣੀ ਪਰਵਰਿਸ਼ ਦਿੱਤੀ, ਕਿਵੇਂ ਦੁੱਖ ਕਸ਼ਟ ਕਲੇਸ਼ ਕੱਟੇ, ਕਿਵੇਂ ਸੁੱਕੀਆਂ ਰੋਟੀਆਂ ਸਾਂਭ ਸਾਂਭ ਕੇ ਰੱਖੀਆਂ, ਕਿਵੇਂ ਸੁੱਕੀ ਰੋਟੀ ਨੂੰ ਵੀ ਕੁੱਤਾ ਲੈ ਗਿਆ ਪੌਣੇ ਸਣੇ। ਤੇ ਉਹ ਪੀੜ ਜਿਹੜੀ ਅੱਜ ਤੱਕ ਵੀ ਮੇਰੀ ਕਵਿਤਾ 'ਚ ਨਾਲ ਨਾਲ ਤੁਰਦੀ ਹੈ, ਔਰ ਮੈਨੂੰ ਲੱਗਦਾ ਕਿ ਮੈਂ ਉਸ ਕਵਿਤਾ ਦਾ ਦੇਣ, ਉਸ ਪੀੜ ਦਾ ਦੇਣਦਾਰ ਹਾਂ ਜਿਹੜੀ ਮੇਰੇ ਮਾਪਿਆਂ ਨੇ ਮੇਰੀ ਝੋਲੀ 'ਚ ਪਾਈ। ਮੇਰਾ ਜਨਮ ਬਸੰਤ ਕੋਟ ਪਿੰਡ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਪਹਿਲਾਂ ਤਾਂ ਸਾਡੀ ਬਟਾਲਾ ਸਬ ਡਿਵੀਜ਼ਨ ਸੀ, ਤਹਿਸੀਲ ਸੀ, ਹੁਣ ਇਸ ਵੇਲੇ ਡੇਰਾ ਬਾਬਾ ਨਾਨਕ ਸਾਹਿਬ ਦੀ ਤਹਿਸੀਲ ਹੈ। ਤੇ ਮੋਟਾ ਜਿਹਾ ਅੰਦਾਜ਼ਾ ਇਹੀ ਲਾਉਂਦਾ ਮੈਂ ਵੀ, ਜਿੰਨਾ ਕੁ ਸਾਡਾ ਪਿੰਡ ਹੁਣ ਰਾਵੀ ਤੋਂ ਉਰਲੇ ਬੰਨੇ ਆ ਇੱਧਰ ਚੜ੍ਹਦੇ ਪੰਜਾਬ 'ਚ, ਓਨਾ ਕਿ ਸਾਡਾ ਰਾਵੀ ਤੋਂ ਪਰਲੇ ਬੰਨੇ ਲਹਿੰਦੇ ਪੰਜਾਬ ਸੀ, ਓਨਾ ਹੀ ਫਾਸਲਾ ਸੀ ਲਗਭਗ। ਤੇ ਮੇਰੇ ਬਾਪੂ ਜੀ ਅਕਸਰ ਕਹਿੰਦੇ ਹੁੰਦੇ ਸੀ ਵੀ ਜੇ ਡੇਰੇ ਉੱਚੀ ਥਾਂ ਤੇ ਖਲੋ ਕੇ ਆਵਾਜ਼ ਮਾਰੀਏ ਨਾ, ਤੇ ਸਾਡੇ ਪਿੰਡ ਦੀਆਂ ਪੈੜੀਆਂ 'ਚ ਕੰਮ ਕਰਦੇ ਬੰਦੇ ਸੁਣ ਸਕਦੇ ਆ। ਇਹ ਉਹਨਾਂ ਦਾ ਖਾਬ ਖਿਆਲ ਸੀ, ਖਾਬ ਖਿਆਲ ਸੀ। ਕਰਤਾਰਪੁਰ ਸਾਹਿਬ ਦੇ ਲਾਗੇ ਉਹਦੇ ਨੇੜੇ ਦੱਸਦੇ ਨੇ, ਬਹੁਤਾ ਦੂਰ ਨਹੀਂ ਸੀ ਕਹਿੰਦੇ, ਕਿਉਂਕਿ ਰੋਡ ਪੈ ਜਾਂਦਾ। ਮੈਨੂੰ ਪਤਾ ਨਹੀਂ, ਮੈਂ ਕਿਉਂਕਿ ਮੇਰੇ ਭਾਗਾਂ 'ਚ ਨਹੀਂ ਹੋਇਆ, ਮੈਂ 6 ਵਾਰ ਪਾਕਿਸਤਾਨ ਗਿਆ ਪਰ ਮੇਰੇ ਭਾਗਾਂ 'ਚ ਨਹੀਂ ਹੋਇਆ ਕਿ ਮੈਂ ਆਪਣੀ ਜਨਮ ਭੂਮੀ ਜਿਹੜੀ ਮੇਰੇ ਵੱਡਿਆਂ ਦੀ ਉਹਨੂੰ ਵੇਖ ਸਕਾਂ। ਪਰ ਮੇਰੇ ਸਾਹਾਂ ਸਵਾਸਾਂ 'ਚ ਰੰਮ ਦਾ ਪੂਰਾ ਐਨ ਤੁਰਦਾ, ਉਹਨਾਂ ਗਲੀਆਂ 'ਚ, ਉਹਨਾਂ ਬਾਜ਼ਾਰਾਂ 'ਚ, ਉਹਨਾਂ ਕਸਬੇ ਦੇ ਜਿਹੜੇ ਵੱਖ ਵੱਖ ਲੋਕ ਨੇ ਜਿਹੜੇ ਮੈਂ ਆਪਣੇ ਬਾਪੂ ਜੀ ਤੋਂ ਸੁਣੇ ਜਾਂ ਆਪਣੀ ਮਾਂ ਤੋਂ ਨਾ ਸੁਣੇ, ਉਹ ਸਾਰੇ ਪਿੰਡ ਦੇ ਕਿਰਦਾਰ ਜਿਹੜੇ, ਖਾਸ ਕਰਕੇ ਜਿਹੜੇ ਮੁਸਲਮਾਨ ਭਰਾ ਉੱਥੇ ਰਹਿ ਗਏ, ਔਰ ਮੇਰੇ ਬਾਪੂ ਜੀ ਦੇ ਸਭ ਤੋਂ ਨੇੜਲੇ ਸਾਥੀ ਸਹਿਯੋਗੀ ਈਸਾਈ ਸੀ ਪਿੰਡ ਦੇ, ਜਿਹੜੇ ਕੰਮ ਸੀ ਸਾਡੇ ਪੈਲੀਆਂ 'ਚ ਕੰਮ ਕਰਨ ਵਾਲੇ, ਪੱਠੇ ਕੁਤਰਨ ਵਾਲੇ ਨਾਲ ਲੱਗ ਕੇ ਟੋਕਾ ਕਰਨ ਵਾਲੇ, ਉਹ ਸਾਰੇ ਮੇਰੇ ਸਾਹਾਂ ਸਵਾਸਾਂ 'ਚ ਅੱਜ ਵੀ ਤੁਰਦੇ ਨੇ। ਮੇਰਾ ਜਨਮ 2 ਮਈ 1957 ਨੂੰ ਹੋਇਆ ਪਿੰਡ ਬਸੰਤਕੋਟ ਦੇ ਵਿੱਚ, ਔਰ ਮੇਰੀ ਮਾਂ ਸਰਦਾਰਨੀ ਤੇਜ ਕੌਰ, ਜਿਸ ਦੇ ਪੇਕੇ ਜਿਹੜੇ ਸੀ ਉਹ ਇਹਦੇ ਡਸਕਾ ਤਹਿਸੀਲ ਦੇ ਵਿੱਚ ਸਨ, ਪਿੰਡ ਸੀ ਜੰਡੂ ਸਾਹੀਆ, ਸਾਹੀ ਗੋਤ ਦੀ ਮੇਰੀ ਮਾਂ ਸੀ, ਔਰ ਜੰਡੂ ਉਹਨਾਂ ਦਾ ਪਿੰਡ ਸੀ। ਪਰ ਉਹਨਾਂ ਦੀ ਪਰਵਰਿਸ਼ ਇਸ ਕਰਕੇ ਨਾਨਕੇ ਘਰ 'ਚ ਹੋਈ ਕਿਉਂਕਿ ਉਹਨਾਂ ਦੇ ਮਾਂ ਔਰ ਬਾਪ ਦੀ ਬਹੁਤ ਨਿੱਕੀ ਉਮਰ ਦੇ ਵਿੱਚ ਹੀ ਮੌਤ ਹੋ ਚੁੱਕੀ ਸੀ। ਸੋ ਉਹ ਉਹਨਾਂ ਦੀ ਜਿਹੜੀ ਪਰਵਰਿਸ਼ ਆ ਉਹ ਫਤਿਹਪੁਰ ਪਿੰਡ ਸੀ ਇਹਦੇ ਵਿੱਚ ਹੀ, ਦਸਕੇ ਤਹਿਸੀਲ ਦੇ ਵਿੱਚ ਹੀ, ਉੱਥੇ ਉਹਨਾਂ ਦੀ ਪਰਵਰਿਸ਼ ਚੀਮਾ ਪਰਿਵਾਰ ਦੇ ਵਿੱਚ ਹੋਈ। ਔਰ ਮੈਨੂੰ ਇਸ ਗੱਲ ਦਾ ਮਾਣ ਆ ਕਿ ਮੇਰੇ ਦਾਦੀ ਜੀ ਜਿਹੜੇ ਨੇ ਉਹ ਗੁਰੂ ਪਾਤਸ਼ਾਹ ਦੇ ਸਮਿਆਂ ਤੋਂ ਹੀ ਸਿੱਖ ਪਰਿਵਾਰ ਦੇ ਵਿੱਚੋਂ ਸੀ, ਜਦਕਿ ਸਾਡਾ ਪਰਿਵਾਰ ਜਿਹੜਾ ਸੀ ਉਹ ਖੁੱਲ੍ਹਾ ਪਰਿਵਾਰ ਸੀ, ਉਹ ਸਿੱਖੀ ਫੋਲਡ 'ਚ ਨਹੀਂ ਸੀ ਆਇਆ ਹੋਇਆ, ਭਾਵੇਂ ਜੱਟਾਂ ਦੇ ਟੱਬਰ ਸੀ ਪਰ ਸਿੱਖੀ ਫੋਲਡ 'ਚ ਨਹੀਂ ਸੀ ਆਇਆ ਹੋਇਆ। ਮੇਰੀ ਦਾਦੀ ਦੇ ਆਉਣ ਨਾਲ ਸਾਡੇ ਘਰ ਦੇ ਵਿੱਚ ਬੀਬੀ ਮਾਲਣ ਉਹਨਾਂ ਦਾ ਨਾਂ ਸੀ, ਉਹਨਾਂ ਦੇ ਆਉਣ ਨਾਲ ਸਾਡੇ ਘਰ ਦੇ ਵਿੱਚ ਸਿੱਖੀ ਦਾ ਪ੍ਰਵੇਸ਼ ਹੋਇਆ, ਭਾਵ ਅਸੀਂ ਗੁਰੂ ਘਰ ਦੇ ਲੜ ਤਾਂ ਭਾਵੇਂ ਪਹਿਲਾਂ ਵੀ ਲੱਗੇ ਹੋਏ ਸੀ ਪਰ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਕਿ ਸਿੱਧਮ ਸਿੱਧੇ ਡਾਇਰੈਕਟਲੀ, ਉਹ ਸਾਡੀ ਦਾਦੀ ਦਾ ਪ੍ਰਤਾਪ ਸੀ। ਔਰ ਇਹ ਵੀ ਦੱਸਦੇ ਨੇ, ਮੇਰੇ ਬਾਪੂ ਵੀ ਦੱਸਦੇ ਹੁੰਦੇ ਸੀ ਕਿ ਪਿੰਡ ਵਾਲੇ ਜਿਹੜੇ ਆਮ ਲੋਕ ਸੀ ਨਾ, ਉਹ ਸਾਡੀ ਦਾਦੀ ਨੂੰ ਮੱਥਾ ਟੇਕਦੇ ਹੁੰਦੇ ਸੀ ਇਹ ਕਹਿ ਕੇ ਕਿ ਇਹ ਸਿੱਖਾਂ ਦੀ ਧੀ ਹੈ। ਹੁਣ ਅੱਜ ਤਾਂ ਜਣਾ ਵਖਣਾ ਸਾਡੇ ਵਰਗੇ ਵੀ ਸਿੱਖ ਹੋਇਆ ਹੋਵੇ ਬੈਠਾ, ਭਾਵੇਂ ਕੋਈ ਸਿੱਖ ਵਾਲਾ ਕਿਰਦਾਰ ਹੋਵੇ ਜਾਂ ਨਾ ਹੋਵੇ, ਪਰ ਉਦੋਂ ਇਹ ਸੀ ਕਿ ਜਿਹੜੇ ਗੁਰੂ ਸਾਹਿਬ ਤੋਂ ਵਰੋਸਾਏ ਟੱਬਰ ਨੇ ਉਹਨਾਂ ਦੀਆਂ ਧੀਆਂ ਪੁੱਤਰਾਂ ਨੂੰ ਵੀ ਲੋਕ ਸਤਿਕਾਰ ਨਾਲ, ਆਦਰ ਨਾਲ ਉਹਨਾਂ ਨੂੰ ਬੜਾ ਪੂਜਣਯੋਗ ਥਾਂ ਤੇ ਰੱਖਦੇ ਸੀ। ਔਰ ਜਿਹੜੀ ਬੀਬੀ ਮਾਲਣ ਸਾਡੇ ਦਾਦੀ ਜੀ ਸਨ, ਉਹਨਾਂ ਦੇ ਸਚਿਆਰੇ ਹੋਣ ਦੀਆਂ ਗੱਲਾਂ ਮੈਂ ਆਪਣੀ ਭੈਣ ਤੋਂ ਵੀ ਸੁਣਦਾ, ਆਪਣੀ ਮਾਂ ਤੋਂ ਵੀ ਸੁਣਦਾ ਰਿਹਾ, ਜਾਂ ਆਪਣੇ ਵੱਡੇ ਭਾਜੀ ਤੋਂ ਸੁਣਦਾ ਹੁੰਦਾ ਸੀ ਕਿ ਬਹੁਤ ਸਚਿਆਰੇ ਸਨ। ਔਰ ਸੁਚਿਆਰੇ ਤੇ ਸਚਿਆਰੇ ਹੋਣਾ, ਸਚਿਆਰ ਪਦ ਬਹੁਤ ਉੱਚਾ ਥਾਂ ਹੈ ਸਾਡੇ ਧਰਤੀ ਤੇ, ਔਰ ਸੁੱਚੇ ਹੋਣਾ ਵੀ ਬਹੁਤ, ਸੁੱਚੇ ਦਾ ਮਤਲਬ ਇਹ ਨਹੀਂ ਕਿ ਉਹ ਪਿੱਟ ਸੁੱਚ ਪਿੱਟ ਯਕੀਨ ਕਰਦੇ ਸੀ, ਸੁੱਚੇ ਇਸ ਤਰ੍ਹਾਂ ਨਾਲ ਸੀ ਕਿ ਕਿਰਦਾਰ ਦੇ ਬੜੇ ਸੁੱਚੇ ਸੀ ਉਹ, ਗੁਫਤਾਰ ਦੇ ਸੁੱਚੇ ਤਾਂ ਅੱਜਕੱਲ੍ਹ ਬਹੁਤ ਲੱਭ ਜਾਂਦੇ ਨੇ, ਕਿਰਦਾਰ ਦੇ ਸੁੱਚੇ ਬਹੁਤ ਘੱਟ ਲੱਭਦੇ ਨੇ। ਸੋ ਮੈਨੂੰ ਮਾਣ ਹੈ ਕਿ ਮੈਂ ਉਸ ਬੂਟੇ ਦਾ ਇੱਕ ਨਿੱਕਾ ਜਿਹਾ ਪੱਤਾ ਹੈ ਜਿਹੜੇ ਬੂਟੇ ਨੇ ਏਡੀ ਵੱਡੀ ਰਵਾਇਤ ਆਪਣੇ ਅੰਦਰ ਸੰਭਾਲ ਕੇ ਰੱਖੀ, ਖਾਸ ਕਰਕੇ ਸੱਚਮ ਸੱਚ ਦੀ ਤੇ ਸੁੱਚਮ ਦੀ। ਜਿਹੜੀ ਮੇਰੀ ਪਿੰਡ ਦੀ ਮੁੱਢਲੀ ਬੁਨਿਆਦੀ ਸਿੱਖਿਆ ਹੈ ਉਹ ਪਿੰਡ ਦੇ ਪ੍ਰਾਇਮਰੀ ਸਕੂਲ 'ਚੋਂ ਹੋਈ, ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਸੀ ਬਸੰਤਕੋਟ ਦੇ ਵਿੱਚ ਹੀ, ਸਾਡੇ ਪਿੰਡ ਦੇ ਵਿੱਚ ਸਕੂਲ ਹੋਣ ਕਰਕੇ 5ਵੀਂ ਜਮਾਤ ਉੱਥੋਂ ਪਾਸ ਕੀਤੀ, ਫਿਰ ਬਿਲਕੁਲ ਨੇੜੇ ਸਾਡੇ ਵੱਡਾ ਪਿੰਡ ਧਿਆਨਪੁਰ ਮਹੰਤਾਂ, ਜਿਹਨੂੰ ਬਾਬਾ ਲਾਲ ਜੀ ਦੀ ਡੇਰੀ ਗੱਦੀ ਕਰਕੇ ਬਹੁਤ ਵੱਡਾ ਸਥਾਨ ਹਾਸਲ ਹੈ, ਦਾਰਾ ਸ਼ਿਕੋਹ ਹੋਰਾਂ ਨਾਲ ਬੜੀ ਸਾਂਝ ਸੀ, ਔਰ ਦਾਰਾ ਸ਼ਿਕੋਹ ਹੋਰਾਂ ਨੇ ਹੀ ਮੰਦਿਰ ਬਣਵਾ ਕੇ ਦਿੱਤਾ ਸੀ ਬਾਬਾ ਲਾਲ ਜੀ ਦਾ। ਔਰ ਇਹ ਲੋਕ ਵਿਸ਼ਵਾਸ ਇਹ ਵੀ ਹੈ ਕਿ ਜਿਹੜੇ ਦਾਰਾ ਸ਼ਿਕੋਹ ਦੇ ਬਹੁਤ ਮੁਹੱਬਤੀ ਬਾਬਾ ਲਾਲ ਜੀ ਸਨ, ਉਹ ਗੁਰੂ ਨਾਨਕ ਪਾਤਸ਼ਾਹ ਦੇ ਵੀ ਰਿਸ਼ਤੇਦਾਰੀ ਦੇ ਵਿੱਚੋਂ ਕਜ਼ਨ ਸਨ, ਪਰ ਬਾਬਾ ਲਾਲ ਵੈਸ਼ਨਵ ਸੰਤ ਸਨ, ਵੈਸ਼ਨੂੰ ਮਾਤਾ ਨੂੰ ਮੰਨਣ ਵਾਲੇ ਸਨ, ਵੈਸ਼ਨਵ ਸੰਤ ਸਨ ਉਹ। ਸੋ ਇਸ ਕਰਕੇ ਉਸ ਮੈਂ ਵਿੱਚ ਹੀ ਗੱਲ ਦਾਰਾ ਸ਼ਿਕੋਹ ਦੀ ਗੱਲ ਚੱਲਣ ਲਈ ਵਿੱਚ ਹੀ ਕੁਐਸਚਨ ਥੋੜਾ ਜਿਹਾ ਬਣਦਾ, ਦਾਰਾ ਸ਼ਿਕੋਹ ਨੂੰ ਕਿੰਨਾ ਪੜਿਆ?
ਮੈਂ ਦਾਰਾ ਸ਼ਿਕੋਹ ਦੀ ਸਿਰਫ ਓਨਾ ਟੋਟਾ ਪੜ੍ਹਿਆ ਜਿੰਨਾ ਟੋਟਾ ਬਾਬਾ ਲਾਲ ਨਾਲ ਉਹਨਾਂ ਦੀ ਵਾਰਤਾਲਾਪ ਹੈ। ਔਰ ਪੰਜਾਬੀ ਜ਼ਬਾਨ ਦਾ ਸੁਭਾਗ ਹੈ ਕਿ ਦਾਰਾ ਸ਼ਿਕੋਹ ਔਰ ਬਾਬਾ ਲਾਲ ਜੀ ਦੀ ਜਿਹੜੀ ਆਪਸੀ ਵਾਰਤਾਲਾਪ ਆ, ਉਹ ਪੰਜਾਬੀ ਦੀ ਵਾਰਤਕ ਪ੍ਰੋਜ਼ ਜਿਹਨੂੰ ਆਪਾਂ ਕਹਿੰਦੇ ਨਸਰ ਜਿਹਨੂੰ ਤੁਸੀਂ ਕਹਿੰਦੇ ਹੋ, ਉਹਦਾ ਪਹਿਲਾ ਪੀਸ ਹੈ, ਪਹਿਲਾ ਟੋਟਾ ਹੈ ਉਹ। ਔਰ ਮੇਰਾ ਖਿਆਲ ਹੈ ਕਿ ਜਿੰਨੀ ਦੁਨੀਆ ਭਰ ਦੀ ਲਿਆਕਤ ਉਹ ਸਫ਼ਾ 2 ਸਫ਼ੇ 'ਚ ਮੈਂ ਪੜ੍ਹੀ ਹੈ, ਉਹਦੇ ਮੁਤਾਬਕ ਦਾਰਾ ਸ਼ਿਕੋਹ ਦਾ ਕਦਬੁੱਧ ਮੇਰੀਆਂ ਨਜ਼ਰਾਂ 'ਚ ਬਹੁਤ ਉਚੇਰਾ ਆ, ਕਿਉਂਕਿ ਉਹਨਾਂ ਦਾ ਜਿੰਨਾ ਵੀ ਕੰਮ ਹੋਏਗਾ ਉਹ ਪਰਸ਼ਨ 'ਚ ਹੋਏਗਾ, ਉਹ ਗੁਰਮੁਖੀ 'ਚ ਨਹੀਂ ਮਿਲਦਾ। ਇਸ ਕਰਕੇ ਮੇਰੀ ਗੁਲਾਮੀ ਇਹ ਹੈ ਕਿ ਮੈਂ ਜ਼ਬਾਨ ਦਾ ਗੁਲਾਮ ਹਾਂ, ਮੇਰੇ ਕੋਲ ਅੱਖਰਾਂ ਦੀ ਪਛਾਣ ਨਹੀਂ ਹੋਣ ਕਰਕੇ ਮੈਂ ਉਸ ਵਡਮੁੱਲੇ ਗਿਆਨ ਤੱਕ ਨਹੀਂ ਅੱਪੜ ਸਕਦਾ। ਹਾਂ, ਜੇ ਤੁਸੀਂ ਕੋਸ਼ਿਸ਼ ਕਰਕੇ ਸਾਨੂੰ ਉਹ ਟੈਕਸਟ ਦੇ ਦਿਓ, ਦਾਰਾ ਸ਼ਿਕੋਹ ਦੀਆਂ ਲਿਖਤਾਂ ਜਿਹਦਾ ਜ਼ਿਕਰ ਤੁਸੀਂ ਮੈਨੂੰ ਪੁੱਛ ਰਹੇ ਹੋ, ਤਾਂ ਅਸੀਂ ਉਹਨੂੰ ਗੁਰਮੁਖੀ 'ਚ ਇੱਥੇ ਟ੍ਰਾਂਸਲੇਟ ਕਰਕੇ ਉਸ ਵੱਡੀ ਵਿਰਾਸਤ ਨੂੰ ਵੱਡੇ ਪੰਜਾਬ ਦੇ ਵਿੱਚ, ਭਾਵ ਜਿੱਥੇ ਕਿਤੇ ਵੀ ਗੁਰਮੁਖੀ ਅੱਖਰ ਜਾਣ ਵਾਲੇ, ਉਹਨਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਲੈ ਸਕਦੇ ਹਾਂ। ਜਿਸ ਤਰ੍ਹਾਂ ਆਪਾਂ ਤੁਸੀਂ ਗੱਲਾਂ ਕਰਦੇ ਹੁੰਦੇ ਆ ਵੀ ਇਹ ਇੱਕ ਸਾਂਝ ਦੀ ਗੱਲ ਹੈ, ਜੇ ਜਿਹੜਾ ਸਕ੍ਰਿਪਟ ਪਰਸ਼ੀਅਨ 'ਚ ਆ ਜਾਂ ਉਰਦੂ ਸਕ੍ਰਿਪਟ ਆ ਜਾਂ ਸ਼ਾਹਮੁਖੀ 'ਚ ਲਿਖਿਆ, ਉਹ ਇੱਕ ਦੂਜੇ ਹਾਂਜੀ ਦੀ ਜੇ ਪਹੁੰਚ ਹੋਵੇ ਤਾਂ ਅਸੀਂ ਬਹੁਤ ਕੁਛ ਇੱਕ ਦੂਜਿਆਂ ਦਾ ਪੜ੍ਹ ਸਕਦੇ ਹਾਂ, ਜਿਹੜਾ ਕਿ 47 ਤੋਂ ਪਹਿਲਾਂ ਮੈਨੂੰ ਲੱਗਦਾ ਇਕੱਠਾ ਸੀ ਸਾਰਾ ਕੁਛ। ਉਦੋਂ ਸਾਡੇ ਬਜ਼ੁਰਗਾਂ ਨੂੰ ਗੁਰਮੁਖੀ ਵੀ ਆਉਂਦੀ ਸੀ, ਪਰਸ਼ੀਅਨ ਵੀ ਆਉਂਦੀ ਸੀ, ਉਰਦੂ ਵੀ ਆਉਂਦੀ ਸੀ, ਹਿੰਦੀ ਵੀ ਆਉਂਦੀ ਸੀ। ਨਾਸਰ ਜਿਨ੍ਹਾਂ ਨੇ ਸਾਨੂੰ ਲੁੱਟਣਾ ਤੇ ਕੁੱਟਣਾ ਸੀ ਨਾ, ਉਹਨਾਂ ਨੇ ਯੋਜਨਾ ਬਣਾ ਲਈ ਕਿ ਇਹਨਾਂ ਨੂੰ ਪਾੜਨਾ ਕਿਵੇਂ ਆ। ਉਹਨਾਂ ਨੇ ਤੁਹਾਡੇ ਕੰਨ 'ਚ ਫੂਕ ਮਾਰ ਦਿੱਤੀ ਵੀ ਤੁਹਾਡੀ ਜਿਹੜੀ ਜ਼ਬਾਨ ਆ ਉਹ ਪਰਸ਼ੀਅਨ ਹੈ, ਸਾਡੇ ਕੰਨ 'ਚ ਫੂਕ ਮਾਰ ਦਿੱਤੀ ਵੀ ਤੁਹਾਡੀ ਗੁਰਮੁਖੀ ਹੈ। ਅੱਛਾ, ਅਸੀਂ ਘੁੱਟ ਕੇ ਜੱਫਾ ਮਾਰ ਲਿਆ ਤੇ ਜਿਹੜਾ ਹਿੰਦੂ ਭਰਾ ਜਿਹੜਾ ਸਭ ਤੋਂ ਵੱਡਾ ਸਾਡਾ ਸਾਥੀ ਸਹਿਯੋਗੀ ਸੀ, ਜਿਹੜਾ ਸਾਡੀ ਹਰ ਲਹਿਰ ਦਾ ਆਗੂ ਸੀ, ਸਾਥੀ ਸੀ, ਧਿਰ ਸੀ, ਵੱਡੀ ਧਿਰ ਸੀ, ਜਿਹਦੇ ਸਿਰ ਨਾਲ ਸਿਰ ਜੋੜ ਕੇ ਅਸੀਂ ਪੰਡ ਬੰਨਦੇ ਸੀ, ਉਹ ਨਿਖੜ ਗਿਆ। ਔਰ ਉਹਦਾ ਖਮਿਆਜ਼ਾ ਭੁਗਤ ਰਹੇ ਅੱਜ ਕਿ ਅਸੀਂ ਉਹਨੂੰ ਦੁਬਾਰਾ ਉਸ ਬੁੱਕਲ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰੀਏ ਵੀ ਤਾਂ ਉਨੀ ਸ਼ਕਤੀ ਨਾਲ ਨਹੀਂ ਜੋੜ ਸਕਦੇ ਜਿੰਨੀ ਸ਼ਕਤੀ ਨਾਲ ਉਹ ਸਾਡੀ ਕਿਸੇ ਵੇਲੇ ਪਾਰਟੀਸ਼ਨ ਤੋਂ ਪਹਿਲਾਂ ਧਿਰ ਸੀ। ਮੈਂ ਮਿਸਾਲਾਂ ਦਿੰਦਾ ਉਹਨਾਂ ਅਕਸਰ, ਮੈਂ ਕਹਿੰਦਾ ਕਿ ਜਿਹੜਾ ਅੱਜ ਤੱਕ ਇਸ ਧਰਤੀ ਦਾ ਸਭ ਤੋਂ ਵੱਡਾ ਲਹਿਰ ਜਾਂ ਮੋਰਚਾ ਕਿਸਾਨੀ ਦਾ ਹੁਣ ਤੱਕ ਪਹਿਲੀ ਵਾਰ ਲੱਗਿਆ, ਉਹਦਾ ਜਿਹੜਾ ਮੁੱਖ ਗੀਤ ਹੈ ਉਹ ਇੱਕ ਹਿੰਦੂ ਵੀਰ ਨੇ ਲਾਲਾ ਬਾਂਕੇ ਦਿਆਲ ਨੇ ਲਿਖਿਆ ਸੀ, ਪਗੜੀ ਸੰਭਾਲ ਹੋ ਜੱਟਾ ਪਗੜੀ ਸੰਭਾਲ ਹੋਏ, ਤੇਰੇ ਤੋਂ ਬਾਜ਼ੀ ਲੈ ਗਿਆ ਪਹਿਲਾਂ ਬੰਗਾਲ ਹੋਏ। ਹੁਣ 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 ਦੱਸੋ ਵੀ ਇਹ ਜਦ ਪਗੜੀ ਸੰਭਾਲ ਹੋ ਜੱਟਾ ਪਗੜੀ ਸੰਭਾਲ ਹੋਏ, ਇਹ ਗੱਲ ਆਖਣ ਵਾਲਾ ਲਾਲਾ ਬਾਂਕੇ ਦਿਆਲ ਜੇ ਏਡੀ ਵੱਡੀ ਗੱਲ ਕਹਿ ਸਕਦਾ, ਜਾਂ ਸਾਡਾ ਲਾਲਾ ਧਨੀ ਰਾਮ ਚਾਤ੍ਰਿਕ ਸਾਰੀ ਜ਼ਬਾਨ ਸਿਰਫ ਪੰਜਾਬੀਅਤ ਵਾਸਤੇ ਆਪਣੀ ਅਰਪਿਤ ਕਰ ਸਕਦਾ? ਤੇ ਮੇਰਾ ਖਿਆਲ ਹੈ ਕਿ ਸਾਨੂੰ ਆਪ ਸ਼ੀਸ਼ਾ ਵੇਖਣਾ ਚਾਹੀਦਾ ਕਿ ਅਸੀਂ ਖੜੇ ਕਿੱਥੇ ਹਾਂ। ਮੇਰੇ ਖਿਆਲ ਜਿੱਡੀ ਵੱਡੀ ਕੰਟਰੀਬਿਊਸ਼ਨ ਦੇ ਦੋ ਨਾਂ ਲਏ ਨੇ ਮੈਂ ਸਿਰਫ ਇਸ ਵਾਸਤੇ ਹਵਾਲਾ ਦੇਣ ਵਾਸਤੇ, ਅਦਰਵਾਈਜ਼ ਹੋਰ ਸੈਂਕੜੇ ਨਾਂ ਹੋਰ ਨੇ ਜਿਨ੍ਹਾਂ ਨੇ ਸਾਡੀ ਜ਼ਬਾਨ ਦਾ ਵਿਕਾਸ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਔਰ ਅਸੀਂ ਜਦੋਂ ਕੰਨਾਂ 'ਚ ਫੂਕਾਂ ਸੁਣ ਲਈਆਂ ਭੈੜੀਆਂ ਭੈੜੀਆਂ, ਤੇ ਅਸੀਂ ਟੋਟਿਆਂ 'ਚ ਵੰਡੇ ਗਏ, ਅਸੀਂ ਬਟਿਆਂ 'ਚ ਵੰਡੇ ਗਏ, ਤੇ ਇੱਕ ਨਿੱਕੀ ਜਿਹੀ ਡੱਬੀ ਦੇ ਵਿੱਚ ਆਪਣੇ ਆਪ ਦੀ ਹਸਤੀ ਨੂੰ ਆਪਣੇ ਬੰਦ ਕਰਕੇ ਬਹਿ ਗਏ, ਜਿਹਦਾ ਨੁਕਸਾਨ ਇਹ ਹੋਇਆ ਕਿ ਅੱਜ ਜਦੋਂ ਮੈਂ ਲਾਹੌਰ ਜਾਂਦਾ ਜਾਂ ਮੈਂ ਸ਼ੇਖੂਪੁਰੇ ਜਾਂਦਾ ਜਾਂ ਮੈਂ ਕਦੇ ਨਨਕਾਣਾ ਸਾਹਿਬ ਜਾਂਦਾ ਪੰਜਾ ਸਾਹਿਬ ਜਾਂਦਾ, ਤੇ ਉੱਥੋਂ ਦੀਆਂ ਸਿੱਧਮ ਸਿੱਧੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਉੱਤੋਂ ਚੀਜ਼ਾਂ ਪਛਾਣ ਕੇ ਪਤਾ ਲੱਗ ਜਾਂਦਾ ਇੱਥੇ ਪੱਖੀਆਂ ਵਿਕਦੀਆਂ ਨੇ, ਇੱਥੇ ਮਠਿਆਈ ਵਿਕਦੀ ਹੈ, ਜਾਂ ਆਹ ਚੀਜ਼ ਇੱਥੇ ਜੁੱਤੀਆਂ ਵਿਕਦੀਆਂ ਨੇ, ਪਰ ਮੈਂ ਪੜ੍ਹ ਨਹੀਂ ਸਕਦਾ ਕਿ ਕੀ ਹੈ, ਪੜ੍ਹ ਨਹੀਂ ਸਕਦਾ। ਇਸੇ ਤਰ੍ਹਾਂ ਹੀ ਬਟਾਲੇ 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 ਦੀ ਨਾਸਰ ਤੈਨੂੰ ਗੱਲ ਸੁਣਾਉਣੀ ਮੈਂ। ਅਸੀਂ 2002 ਦੇ ਵਿੱਚ ਜਦੋਂ ਗਏ ਨਾ ਪਾਕਿਸਤਾਨ ਵਰਲਡ ਪੰਜਾਬੀ ਕਾਨਫਰੰਸ ਤੇ, ਲਾਹੌਰ 'ਚ ਅਸੀਂ ਠਹਿਰੇ ਹੋਏ ਉੱਥੇ ਸ਼ਾਹ ਤਾਜ ਹੋਟਲ ਦੇ ਵਿੱਚ, ਤੇ ਮੇਰੇ ਨਾਲ ਬਟਾਲੇ ਤੋਂ ਸਾਡੇ MLA ਹੁੰਦੇ ਸੀ ਜਗਦੀਸ਼ ਰਾਜ ਸਾਹਨੀ, ਬਾਅਦ 'ਚ ਵਜ਼ੀਰ ਵੀ ਰਹੇ ਪੰਜਾਬ ਦੇ, ਉਹ ਰਾਵਲਪਿੰਡੀ ਤੋਂ ਆਏ ਸੀ। ਔਰ ਜਦੋਂ ਅਸੀਂ ਸ਼ਾਹ ਤਾਜ ਹੋਟਲ 'ਚ ਠਹਿਰੇ ਹੋਏ ਸੀ ਤੇ ਸਵੇਰੇ ਸਵੇਰੇ ਅਸੀਂ ਰਾਵਲਪਿੰਡੀ ਜਾਣ ਵਾਸਤੇ ਤਿਆਰੀ ਕਰ ਰਹੇ ਸੀ, ਆਪਣੀ ਵੈਨ ਉਡੀਕ ਰਹੇ ਸੀ ਜਿਹੜੀ ਮੈਟਾਡੋਰ ਸਾਨੂੰ ਲੈਣ ਵਾਸਤੇ ਆਉਣਾ ਸੀ, ਤੇ ਸਾਨੀ ਸਾਹਿਬ ਨੇ ਇੱਕਦਮ ਛੜਪਾ ਮਾਰਿਆ, ਉਹ ਗੁਰਭਜਨ, ਉਹ ਗੁਰਭਜਨ, ਉਹ ਪ੍ਰੋਫੈਸਰ, ਪ੍ਰੋਫੈਸਰ। ਮੈਂ ਸਾਨੀ ਸਾਹਿਬ ਕੀ ਹੋ ਗਿਆ? ਉਹ ਦੇਖ ਬਟਾਲਾ ਲਿਖਿਆ ਹੋਇਆ, ਸਾਹਮਣੇ ਇੱਕ ਸਕੂਲ ਸੀ ਜਿਹਦੇ ਵਿੱਚ ਸਕੂਲ ਦਾ ਨਾਂ ਲਿਖ ਕੇ ਬਰੈਕਟ ਦੇ ਵਿੱਚ ਬਟਾਲਾ ਲਿਖਿਆ ਹੋਇਆ ਸੀ। ਤੁਸੀਂ ਯਕੀਨ ਮੰਨੋਗੇ? ਮੈਂ ਕਿਹਾ ਕਿਤੇ ਬੱਸ ਥੱਲੇ ਟਰੱਕ ਥੱਲੇ ਨਾ ਆ ਜਾਓ, ਕਿਤੇ ਰੱਬ ਦਾ ਵਾਸਤਾ ਸਿਆਪਾ ਨਾ ਪਾਇਓ, ਬਗਾਨਾ ਦੇਸ਼ ਹੈ। ਮੈਂ ਕਿਹਾ ਬਟਾਲਾ ਦੇਖਦੇ ਦੇਖਦੇ, ਔਰ ਕਹਿੰਦੇ ਨੀ ਮੈਂ ਫੋਟੋ ਖਿਚਾ ਕੇ ਆਉਣੀ ਹੈ, ਔਰ ਜਾ ਕੇ ਫੋਟੋ ਖਿਚਾ ਕੇ ਆਏ ਉੱਥੇ। ਇਹ ਇਹ ਖਿੱਚ ਹੈ ਤਾਂ ਗਿਆ ਜਿਹੜੀ ਮਤਲਬ ਸਾਨੂੰ ਸ਼ਬਦਾਂ ਨਾਲ ਬੰਦਿਆਂ ਨਾਲ, ਜਦਕਿ ਪਾਰਟੀਸ਼ਨ ਤੋਂ ਬਾਅਦ ਦਾ ਜਨਮ ਉਹਨਾਂ ਦਾ ਵੀ, ਉਹਨਾਂ ਦਾ ਵੀ ਜਨਮ ਵੱਧ ਹੈ, ਪਰ ਇਹ ਜਿਹੜੀਆਂ ਤਾਂਘਾਂ ਨੇ, ਇਹ ਜਿਹੜੀਆਂ ਇੱਕ ਦੂਸਰੇ ਉਮੰਗਾਂ ਰਾਂਝਾ ਸਾਡੀਆਂ ਰੀਝਾਂ ਨੇ ਇੱਕ ਦੂਸਰੇ ਜੁੜੀਆਂ ਹੋਈਆਂ, ਕਿਉਂਕਿ ਸਾਡੇ ਸੁਪਨੇ ਇਕੱਠੇ, ਸਾਡੀਆਂ ਗਾਲਾਂ ਇਕੱਠੀਆਂ, ਸਾਡੇ ਗੀਤ ਇਕੱਠੇ, ਸਾਡੇ ਪਹਿਰਾਵੇ ਇੱਕੋ ਜਿਹੇ, ਮਤਲਬ ਸਾਡਾ ਤਾਂ ਮੇਰੇ ਖਿਆਲ ਕਿ ਚੀਚੀ ਸਾਡੀ ਇੱਕੋ ਜਿਹੀ ਹੈ।
हाँ इहदे बाकी ते ना छड्ड दिओ। गिल साहब पिछले दिन ना 2 दिन पहले एक प्रोग्राम चल रहा सी हाँ जिन्हू मालवे जिन्हू बाबू रजब अली उन्हों दी हाँ पोत्री क्या नाल बात, साडा एक सेशन सी ते रेहाना ओदे ना। विच गल्लां बातां करदे हुण सही गल ते हकीकत ए वा वी इधरले पंजाब दे विच बाबू रजब अली नू जानण वाले चंद एक लोग होणे ने ओह हत्थां ते गिण उंगलियां ते आपां गिण सकदे वी इन्ने एक लोग उन्हां नू जानदे ने ते जे बिल्कुल बार्डर क्रॉस कर जाओ ਤੇ ਉਹਨਾਂ ਦੀ ਪੀਰਾਂ ਤਰ੍ਹਾਂ ਮੰਨਦੇ ਨੇ ਉਹਨਾਂ ਨੂੰ ਤੇ ਬਾਬੂ ਰਜਬ ਅਲੀ ਦਾ ਨਾਂ ਚੱਲਦਾ ਤੇ ਉਹਨਾਂ ਦੀਆਂ ਲਿਖਤਾਂ ਉਹਨਾਂ ਦੀ ਕਿਤਾਬ ਕੋ ਇੱਕ ਅੱਧੀ ਆ ਤੁਹਾਨੂੰ ਜੇ ਇਧਰ ਸ਼ਾਹਮੁਖੀ 'ਚ ਮਿਲੇਗੀ ਜੇ ਇਧਰ ਉਹ ਸਕ੍ਰਿਪਟ ਗੁਰਮੁਖੀ ਵਾਲਾ ਚਲੋ ਜੇ ਸ਼ਾਹਮੁਖੀ ਜਾਂ ਉਰਦੂ 'ਚ ਆ ਵੀ ਗਿਆ ਤੇ ਉਹਨੂੰ ਜੇ ਟ੍ਰਾਂਸਲੇਟ ਹੋਇਆ ਹੁੰਦਾ ਤੇ ਇਧਰ ਵਾਲੇ ਪੰਜਾਬ ਦੇ ਵਿੱਚ ਵੀ ਬਾਬੂ ਰਜਬ ਅਲੀ ਚਲੋ ਉਹਨੇ ਨਹੀਂ ਤੇ ਲੇਕਿਨ ਅੱਧੇ ਤੋਂ ਬਹੁਤੇ ਲੋਕ ਤੇ ਜਾਣਦੇ ਹੁੰਦੇ ਨਾ ਸੋ ਇਹਦੇ ਤੇ ਵੀ ਕੰਮ ਹੋਣਾ ਚਾਹੀਦਾ ਨਾਸਰ ਜੋ ਨਾਸਰ ਤੈਨੂੰ ਇੱਕ ਹਾਂਜੀ ਹਾਸੇ ਵਾਲੀ ਗੱਲ ਦੱਸਾਂ। ਹਾਂਜੀ ਬਾਬੂ ਰਜਬ ਅਲੀ 47 ਤੋਂ ਬਾਅਦ ਜਿੰਨਾ ਚਿਰ ਜੀਵੇ ਹੋ, ਮੇਰੇ ਖਿਆਲ ਉਹਨਾਂ ਦੀ 80 ਤੋਂ ਪਹਿਲਾਂ ਡੈਥ ਹੋਈ ਹੈ, ਉਨਾਸੀ ਔਰ ਜਿਨ ਹੈ ਉਨਾਸੀ ਜੀ ਉਨਾਸੀ 79 ਚ ਹੋਈ ਨਾ, ਬਸ 79 ਚ ਡੈਥ ਹੋਈ ਉਹਨਾਂ ਦੀ, ਜੀ ਔਰ 79 ਤੱਕ ਉਹ 47 ਤੋਂ ਲੈ ਕੇ 79 ਤੱਕ 22 ਸਾਲ ਆਪਣੇ ਉਕਾੜੇ ਤੋਂ ਕਵਿਤਾਵਾਂ ਪਰਸ਼ੀਅਨ ਸਕ੍ਰਿਪਟ 'ਚ ਲਿਖ ਲਿਖ ਕੇ ਆਪਣੇ ਸ਼ਾਗਿਰਦਾਂ ਨੂੰ ਭੇਜਦੇ ਹੁੰਦੇ ਸੀ। ਇਹ ਤਾਂ ਉਲਟੀ ਗੰਗਾ ਵਹਿਣ ਵਾਲੀ ਗੱਲ ਹੋ ਗਈ ਵੀ ਉਕਾੜੇ ਤੋਂ ਆਉਣਗੀਆਂ ਪਰਸ਼ੀਅਨ ਸਕ੍ਰਿਪਟ ਦੇ ਵਿੱਚ, ਇੱਥੇ ਗੁਰਮੁਖੀ 'ਚ ਹੋਣਗੀਆਂ, ਗੁਰਮੁਖੀ 'ਚ ਕਿਤਾਬਾਂ ਛਪਣਗੀਆਂ, ਤੇ ਗੁਰਮੁਖੀ 'ਚ ਕਿਤਾਬਾਂ ਛਪਣ ਤੋਂ ਬਾਅਦ ਫਿਰ ਹੁਣ ਉਕਾੜੇ ਜਾਣਗੀਆਂ ਫਿਰ ਸ਼ਾਹਮੁਖੀ 'ਚ ਕਰਨ ਵਾਸਤੇ। ਇਹ ਸਾਡੀਆਂ ਅਲਗਰਜ਼ੀਆਂ ਨੇ, ਲਾਪਰਵਾਹੀਆਂ ਨੇ, ਔਰ ਸਾਡੀਆਂ ਮੈਂ ਸਮਝਦਾ ਕਿ ਉਹ ਗਲਤ ਕਿਸਮ ਦੀਆਂ ਹਰਕਤਾਂ ਨੇ ਜਿਹਦੇ ਸਦਕਾ ਅਸੀਂ ਆਪਣੀ ਧਰਤੀ ਦੀ ਮਰਿਆਦਾ ਨੂੰ ਨਹੀਂ ਸੰਭਾਲਿਆ। ਮੇਰੇ ਖਿਆਲ ਹੈ ਕਿ ਬਾਬੂ ਰਜਬ ਅਲੀ ਸਾਡਾ ਉਹ ਪੋਇਟ ਹੈ ਜਿਹਦੇ ਵਿੱਚੋਂ ਤੁਹਾਨੂੰ ਪਾਕਿਸਤਾਨ ਪਿਆਰ ਤਾਂ ਚਲੋ ਲੱਭੇਗਾ ਹੀ ਲੱਭੇਗਾ, ਕਿ ਉਸ ਮਿੱਟੀ ਦੇ ਵਿੱਚ ਵੀ ਜਾ ਕੇ ਉਹਨਾਂ ਨੇ 22 ਸਾਲ ਗੁਜ਼ਾਰੇ, ਪਰ ਮਰਨ ਤੋਂ ਬਾਅਦ ਵੀ, ਜਾਂ ਮਰਨ ਤੋਂ ਬਾਅਦ ਵੀ, ਦੇਸ਼ ਦੀ ਵੰਡ ਤੋਂ ਬਾਅਦ ਵੀ ਉਹਨਾਂ ਦੀ ਸ਼ਾਇਰੀ ਵਿੱਚ ਇਹੀ ਮਾਲਵਾ ਬੋਲਦਾ ਰਿਹਾ। ਪਿੰਡ ਹੀ ਪਿੰਡ ਉਹਨਾਂ ਦੀ ਪੋਤਰੀ ਨਾਲ ਪਿੰਡੀ ਗੱਲ ਹੋਈ ਪਿੰਡ ਆ ਤੇ ਪਿੰਡੀ ਉਹਨਾਂ ਨੂੰ ਪਿੰਡ ਗੱਲ ਹੋਰ ਹੈ ਹੀ ਕੋਈ ਨਹੀਂ ਸੀ ਆਪਣਾ ਪਿੰਡ ਆਪਣਾ ਦੇਸ਼ ਆਪਣਾ ਪਿੰਡ ਆਪਣਾ ਦੇਸ਼ ਇਹ ਇਹ ਗੱਲਾਂ ਸਾਰਿਆਂ ਲਈ ਸੀ ਸੀ ਨਾਸਰ, ਤੁਸੀਂ ਤਾਂ ਆਪ ਇੰਟਰਵਿਊ ਕਰਦੇ ਹੋ। ਮੇਰੇ ਬਾਪੂ ਜੀ ਦੀ ਗੱਲ ਹਾਂਜੀ ਸੁਣਾਉਣਾ ਗੱਲ, ਮੇਰੇ ਬਾਪੂ ਜੀ 1983 ਦੇ ਵਿੱਚ, ਮੇਰੇ ਭੈਣ ਜੀ, ਮੇਰੇ ਜੀਜਾ ਜੀ, ਮੇਰੇ ਬੱਚੇ ਆਪਣੇ ਜੱਦੀ ਪਿੰਡ ਜਾ ਕੇ ਆਏ, ਪਰਤ ਕੇ ਆਏ, ਤੇ ਇੱਥੋਂ ਅਟਾਰੀ ਤੋਂ ਲੈਣਾ ਸੀ ਉਹਨਾਂ ਨੂੰ ਵਾਪਸ, ਤੇ ਮੇਰੇ ਵੱਡੇ ਭਾਈ ਸਾਹਿਬ ਲੈਣ ਚਲੇ ਗਏ, ਬਾਪੂ ਜੀ ਨਾਲ ਲੈ ਗਏ ਵੀ ਰਿਸੀਵ ਕਰਕੇ ਲਿਆਉਣੇ ਆ, ਰਾਤ ਪਿੰਡ ਰਹਿਣਾ ਸੀ ਉਹਨਾਂ ਨੇ, ਤੇ ਬਾਪੂ ਜੀ ਕਹਿੰਦੇ ਕਹਿੰਦੇ ਓਏ ਜੱਸ, ਹਾਂ ਬਾਪੂ ਜੀ, ਓਏ ਆ ਝੰਡੇ ਕਿਹਦੇ ਝੂਲਦੇ ਨੇ ਦੋ, ਕਹਿੰਦੇ ਬਾਪੂ ਜਿਹੜਾ ਹਰਾ ਜਿਹਦੇ ਵਿੱਚ ਤਾਰਾ ਬਣਿਆ ਇਹ ਤੇ ਪਾਕਿਸਤਾਨ ਦਾ, ਤੇ ਆ ਕਹਿੰਦੇ ਦੂਸਰਾ ਕਹਿੰਦੇ ਤਿਰੰਗਾ ਇਹ ਆਪਣੇ ਮੁਲਕ ਦਾ, ਭਾਰਤ ਦਾ, ਇੰਡੀਆ ਦਾ, ਹਿੰਦੁਸਤਾਨ ਦਾ, ਔਰ ਤੂੰ ਇਸ ਗੱਲ ਦੇ ਸਿਆਸੀ ਅਰਥ ਨਾ ਕੱਢੀ ਵੀਰਿਆ। ਮੇਰਾ ਬਾਪੂ ਹਰੇ ਝੰਡੇ ਵੱਲ ਉਂਗਲ ਕਰ ਕਹਿਣ ਲੱਗਾ, ਆਪਣਾ ਤਾਂ ਫਿਰ ਉਹ ਹੋਇਆ ਨਾ, ਬਾਬੂ ਔਰ ਰਜਬ ਉਸੇ ਦੀ ਗੱਲ ਉਸੇ 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 ਸਾਲ ਦੀ ਗੱਲ, ਉਸੇ ਸਾਲ ਦੀ ਉਸੇ ਵਿਜ਼ਿਟ ਦੀ ਗੱਲ ਮੇਰੇ ਭੈਣ ਜੀ ਨੇ ਸੁਣਾਈ, ਜਦੋਂ ਪਿੰਡ ਜਾ ਕੇ ਦੱਸਿਆ ਕਿ ਮੈਂ ਬੇਲਾ ਸਿੰਘ ਦੀ ਪੋਤਰੀ ਆ, ਹਰਨਾਮ ਸਿੰਘ ਦੀ ਧੀ ਆ, ਤੇ 83 ਤੱਕ ਅਜੇ ਕਾਫੀ ਲੋਕ ਜਿਉਂਦੇ ਸੀ ਉਦੋਂ ਦੇ, ਕਿਉਂਕਿ 25 ਸਾਲ ਹੀ ਹੋਏ ਸੀ ਅਜੇ, ਉਹ ਇਕੱਠੇ ਹੋ ਗਏ, ਕੁਝ ਕੁਝ ਲੋਕਾਂ ਪਛਾਣ ਵੀ ਲਿਆ ਕਿ 8 ਸਾਲ ਦੀ ਕੁੜੀ ਪਛਾਣਨ ਯੋਗ ਹੋ ਜਾਂਦੀ ਹੈ। ਇੱਕ ਬਜ਼ੁਰਗ ਮਾਤਾ ਜਿਹਦੀ ਨਿਗਾਹ ਬਹੁਤ ਘਟੀ ਹੋਈ ਸੀ, ਉਹ ਪੁੱਛਦੀ ਹੈ, ਮੇਰੀ ਭੈਣ ਨੂੰ ਪੁੱਛਦੀ ਹੈ, ਕਹਿੰਦੇ ਜੀਤੋ ਤੇਰੀ ਭੂਆ ਦਾ ਵਿਆਹ ਰੱਖਿਆ ਸੀ ਤਾਰਾਂ ਦਾ, ਉਹ ਹੋ ਗਿਆ, 47 ਚ ਵਿਆਹ ਰੱਖਿਆ ਸੀ ਮੇਰੀ ਭੂਆ ਦਾ, ਮੇਰੀ ਭੈਣ ਨੂੰ 83 ਚ ਪਿੰਡ ਦੀ ਇੱਕ ਔਰਤ ਪੁੱਛ ਰਹੀ ਹੈ, ਜੀ ਜੀਤੋ ਹੋ ਤੇਰੀ ਗਿਆ ਭੂਆ ਤਾਰਾਂ ਦਾ ਵਿਆਹ ਰੱਖਿਆ ਸੀ, ਹੋ ਗਿਆ। ਇਹ ਆ ਪੀੜਾਂ ਦਾ ਡੂੰਘਾਪਨ ਜਿਹੜਾ ਕਿਸੇ ਮਈਅਰ ਚ ਨਹੀਂ ਆਉਂਦਾ, ਨਾ ਥਰਮਾਮੀਟਰ ਚ ਆਵੇ, ਨਾ ਕਿਸੇ ਸਿਆਸੀ ਕਿਤਾਬ ਚ ਆਵੇ, ਈਵਨ ਇਹ ਤਾਂ ਸਾਡੇ ਵਰਗੇ ਲਿਖਾਰੀਆਂ ਦੇ ਸ਼ਬਦਾਂ ਚ ਨਹੀਂ ਆ ਸਕਿਆ, ਜਦਕਿ 83 ਤੱਕ ਮੇਰੀ ਉਸੇ ਭੂਆ ਦੀ ਇੱਕ ਧੀ ਦਾ ਵਿਆਹ ਵੀ ਹੋ ਚੁੱਕਿਆ ਸੀ, ਤੇ ਉਹ ਅੱਗੋਂ ਦੋ ਬੱਚਿਆਂ ਦੀ ਮਾਂ ਵੀ ਬਣ ਚੁੱਕੀ ਸੀ। ਉਸ ਪਿੰਡ ਦੀ ਔਰਤ ਵਾਸਤੇ ਵਕਤ ਉੱਥੇ ਫ੍ਰੀਜ਼ ਹੋ ਗਿਆ ਸੀ, ਪਥਰਾ ਗਿਆ ਸੀ, ਉੱਥੇ ਰੁਕ ਗਿਆ ਸਟਿਲ ਹੋ ਗਿਆ ਸੀ, ਰੁਕ ਉੱਥੇ ਖੜੀ ਸੀ ਉਹ ਪੱਤਣ ਤੇ ਖੜੀ ਸੀ। ਇਹ ਆ ਰਿਸ਼ਤਾ ਜਿਹੜਾ ਸਾਨੂੰ ਬੰਨਦਾ, ਕਿਸੇ ਨੂੰ ਪੁੱਗੇ ਨਾ ਪੁੱਗੇ, ਇਹ
ਉਹ ਵਿਆਹ ਜਿਹੜਾ ਉਹ ਮਾਤਾ ਨੇ ਵੇਖਣਾ ਸੀ, ਵੇਖ ਨਹੀਂ ਸਕੀ। ਉਹਨੂੰ ਇਹ ਸੀ ਵੀ ਉਹ ਟਾਈਮ ਉੱਥੇ ਰੁਕਿਆ ਤੇ ਮੈਂ ਵਿਆਹ ਵੇਖਿਆ ਕਿ ਨਹੀਂ ਵੇਖਿਆ, ਵੇਖਣਾ ਕਿ ਸ਼ਾਇਦ ਦੁਬਾਰਾ ਫਿਰ ਉਹ ਟਾਈਮ। ਹੋਰ 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 50 ਗੱਲਾਂ ਨੇ ਹੋਰ, ਜਿਹੜੀਆਂ ਗੱਲਾਂ ਐਸੀਆਂ ਨੇ ਕਿ ਸਾਨੂੰ ਪੀੜਾਂ ਦਾ ਚੇਤਾ ਕਰਾਉਂਦੀਆਂ ਨੇ, ਜਿਹੜੀਆਂ ਪੀੜਾਂ ਉਦੋਂ ਵੱਡੀਆਂ ਪੀੜਾਂ ਸੀ। ਅਜੇ ਵੀ ਮੈਨੂੰ ਆਪਣੇ ਪਿੰਡ ਦਾ, ਮੈਨੂੰ ਦਰਵਾਜ਼ੇ ਦੀ ਫੋਟੋ ਖਿੱਚ ਕੇ ਭੇਜੀ ਕਿਸੇ ਨੇ, ਜੱਦੀ ਪਿੰਡ ਦੀ, ਮੇਰੇ ਵੱਡੇ ਭਾਈ ਸਾਹਿਬ ਨੇ ਕਿਸੇ ਨੂੰ ਕਿਹਾ ਕਿ ਮੰਗਵਾਈ ਫੋਟੋ, ਅਜੇ ਵੀ ਉਸ ਘਰ ਨੂੰ ਉਹੀ ਦਰਵਾਜ਼ਾ ਲੱਗਿਆ ਹੋਇਆ। ਜਦੋਂ ਮੈਂ ਦਰਵਾਜ਼ੇ ਦੀ ਫੋਟੋ ਵੇਖੀ ਤਾਂ ਨਾਸਰ ਮੈਨੂੰ ਇੰਝ ਲੱਗਿਆ ਇਹ ਦਰਵਾਜ਼ਾ ਅਜੇ ਵੀ ਖੜਕਦਾ ਹੋਏਗਾ, ਅਜੇ ਵੀ ਉਡੀਕਦਾ ਹੋਏਗਾ ਕਿ ਹਰਨਾਮ ਸਿੰਘ ਅਜੇ ਨਹੀਂ ਆਇਆ। ਤੇ ਜਦੋਂ ਆਖਰੀ ਵਾਰ ਮੇਰੇ ਬਾਪ ਨੇ ਦਰਵਾਜ਼ਾ ਖੋਲ੍ਹਿਆ ਸੀ, ਉਹ ਉੱਜੜਨ ਤੋਂ 3 ਦਿਨ 2 ਦਿਨ ਬਾਅਦ ਦੀ ਗੱਲ ਹੈ, ਉੱਥੋਂ ਮੱਝ ਲੈ ਕੇ ਤੇ ਤੁਰ ਪਏ ਕਾਫਲਾ ਬੰਨ ਕੇ, ਤੇ ਚੋਣ ਵਾਸਤੇ ਬਾਲਟੀ ਹੈ ਨਹੀਂ ਸੀ। ਕਿਸੇ ਨੇ ਆਖਿਆ ਬਾਲਟੀ ਤਾਂ ਹੈ ਨਹੀਂ, ਚੋਗੇ ਕਿੱਦਾਂ? ਕਹਿੰਦੇ ਪਿੰਡੋਂ ਭੱਜ ਕੇ ਬਾਲਟੀ ਲੈ ਆਉਣਾ। ਜਦੋਂ ਬਾਲਟੀ ਲੈਣ ਲਈ ਪਿੰਡ ਗਏ ਤੇ ਜਾਂਦਿਆਂ ਨੂੰ ਉਸ ਘਰ ਦੇ ਵਿੱਚ ਕੁਝ ਹੋਰ ਲੋਕ ਜਿਹੜੇ ਸਮਾਨ ਚੋਰੀ ਕਰ ਰਹੇ ਸੀ, ਖੋ ਖੋ ਕੇ ਇੱਕ ਦੂਸਰੇ ਲੜ ਭਿੜ ਕੇ ਘਰ ਦਾ ਸਮਾਨ ਲੁੱਟ ਕੇ ਲਿਜਾ ਰਹੇ ਸੀ, ਉਹਨਾਂ ਚੋਂ ਇੱਕ ਬੜੇ ਹੀ ਭੇਤੀ ਬੰਦੇ ਨੇ, ਬੜੇ ਨੇੜੂ ਬੰਦੇ ਨੇ ਕਿਹਾ, ਜੇ ਭਲੀ ਚਾਹੁੰਦਾ ਨਾ ਇੰਨੀ ਪੈਰੀ ਮੁੜ ਜਾ ਨਾਮਿਆ, ਨਹੀਂ ਤੇ ਬਰਸੀ ਆਰ ਪਾਰ ਕਰ ਦਿਆਂਗੇ। ਉਹ ਆਖਰੀ ਬਰਸੀ ਦਾ ਜ਼ਖਮ, ਅਣਵੱਜੀ ਬਰਸੀ ਦਾ ਜ਼ਖਮ ਮੇਰੇ ਬਾਪ ਨੇ ਮਰਦੇ ਦਮ ਤੱਕ ਨਹੀਂ ਸੀ ਭੁਲਾਇਆ। ਇਹ ਆ ਉਹ ਪੀੜਾਂ ਜਿਹੜੀਆਂ ਅੱਜ ਚੇਤੇ ਕਰਦੇ ਆ ਕਿ ਬੰਦਾ ਉਦੋਂ ਬੰਦਾ ਰਿਹਾ ਹੀ ਨਹੀਂ ਸੀ। ਉਹ ਇੱਥੇ ਹੀ ਮੈਨੂੰ ਤੁਹਾਡਾ ਸ਼ੇਰ ਯਾਦ ਆ ਗਿਆ ਵੀ ਆਪਣੇ ਘਰ ਜਦੋਂ ਗਏ ਦੁਬਾਰਾ ਮੁੜ ਗਏ, ਆਪਣੇ ਘਰ ਫਿਰ ਪਰਦੇਸੀਆਂ ਵਾਲਾ ਅਹਿਸਾਸ ਹੋ ਗਿਆ। ਉਹ ਮੇਰੇ ਨਾਲ ਵਾਪਰੀ ਜਦੋਂ ਮੈਂ ਗਿਆ ਵਾਂ 2014 ਦੇ ਵਿੱਚ, ਮੈਂ ਜਦੋਂ ਵਾਗੇ ਕ੍ਰਾਸ ਕੀਤੇ ਅਸੀਂ ਤੇ ਅਗਲੇ ਬੰਨੇ ਸਾਨੂੰ ਲੈਣ ਵਾਸਤੇ ਫਖਰ ਜ਼ਮਾਨ ਸਾਹਿਬ ਤੇ ਹੋਰ ਦੋਸਤ ਆਏ ਹੋਏ ਸੀਗੇ, ਤੇ ਮੈਂ ਉਹਨਾਂ ਨੂੰ, ਮੈਨੂੰ ਕਹਿਣ ਲੱਗੇ ਕਿ ਤੁਹਾਡਾ ਕੀ ਪਲਾਨ ਹੈ? ਮੈਂ ਕਿਹਾ ਜੀ ਕਾਨਫਰੰਸ ਅਟੈਂਡ ਕਰਕੇ ਮੇਰਾ ਜੀ ਕਰਦਾ ਕਿ ਨਨਕਾਣਾ ਸਾਹਿਬ ਜਾ ਕੇ ਆਈਏ, ਨਨਕਾਣਾ ਸਾਹਿਬ ਦਾ ਸਾਡੇ ਕੋਲ ਵੀਜ਼ਾ ਹੈ ਨਹੀਂ ਸੀ ਉਸ ਸਾਲ। ਉਹ ਕਹਿੰਦੇ ਕੋਸ਼ਿਸ਼ ਕਰ ਵੇਖਦੇ ਆ। ਉਹਨਾਂ ਕੋਸ਼ਿਸ਼ ਵੀ ਕੀਤੀ, ਖੈਰ ਉਦੋਂ ਟਰਕੀ ਦਾ ਪ੍ਰੈਜ਼ੀਡੈਂਟ ਆਇਆ ਹੋਇਆ ਸੀ ਪਾਕਿਸਤਾਨ ਦੀ ਵਿਜ਼ਿਟ ਤੇ, ਹੋਮ ਮਿਨਿਸਟਰੀ ਬਿਜ਼ੀ ਸੀ, ਜਿਹਨਾਂ ਵੀਜ਼ਾ ਸਾਨੂੰ ਸੈਂਕਸ਼ਨ ਕਰਨਾ ਸੀ, ਪੰਜਾਬ ਗਵਰਨਮੈਂਟ ਵੀ ਬਿਜ਼ੀ ਸੀਗੀ, ਨਾ ਹੋ ਸਕਿਆ। ਫਿਰ ਅਲਟੀਮੇਟਲੀ ਅਸੀਂ ਵਾਪਸ ਪਰਤ ਆਏ ਉਸ ਦਿਨ। ਪਰ ਜਿਸ ਦਿਨ ਕਵੀ ਦਰਬਾਰ ਸੀ, ਇੱਕ ਸ਼ਾਮ ਪਹਿਲਾਂ ਮੈਂ ਉਹਦੇ 'ਚ ਇੱਕ ਗਜ਼ਲ ਉਸ ਦਿਨ ਹੀ ਲਿਖੀ ਸੀ, ਜਿਹਦਾ ਸ਼ੇਰ ਇਸ ਤਰ੍ਹਾਂ ਸੀ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ, ਕਿ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਤਾਂ ਗਲਵੱਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ? ਸਾਡੇ ਹਰੀਕੇ ਪੱਤਣ ਤੇ ਸਤਲੁਜ ਬਿਆਸ ਮਿਲ ਜਾਂਦੇ ਨੇ ਨਾ, ਹਾਂਜੀ। ਅੱਗੇ ਜਾ ਕੇ ਪਾਕਿਸਤਾਨ ਦੇ ਵਿੱਚ ਵੜ ਕੇ ਤਾਂ ਇਹ ਇਕੱਲਾ ਸਤਲੁਜ ਹੀ ਰਹਿ ਜਾਂਦਾ, ਬਿਆਸ ਤਾਂ ਹਿੰਦੁਸਤਾਨ ਦੇ ਵਿੱਚ ਹੀ ਰਹਿ ਜਾਂਦਾ, ਪੰਜਾਬ 'ਚ ਹੀ ਰਹਿ ਜਾਂਦਾ। ਮੈਂ ਕਿਹਾ ਧਾਗਲ ਵੱਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ? ਸ਼ਹਿਰ ਲਾਹੌਰ ਜਾ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ। ਉਹਦੇ 'ਚ ਇੱਕ ਸ਼ੇਰ ਜਿਹੜੇ ਬੜਾ ਬੜਾ ਮੈਨੂੰ, ਜਿਹਨੇ ਬਹੁਤ ਰਵਾਇਆ, ਕਿ ਮੇਰੇ ਪਿੰਡ ਦੀ ਸੰਤੀ ਵਰਗਾ ਮੈਲਾ ਸੂਟ ਅਨਾਇਤਾਂ ਪਾਇਆ, ਮੇਰੇ ਪਿੰਡ ਦੀ ਸੰਤੀ ਵਰਗਾ, ਸੰਤੀ ਮਹਿਰੀ ਸਾਡੇ ਪਿੰਡ ਦੀ ਹੁੰਦੀ ਸੀ ਦਾਣੇ ਭੁੰਨਣ ਵਾਲੀ, ਮੇਰੇ ਪਿੰਡ ਦੀ ਸੰਤੀ ਵਰਗਾ ਮੈਲਾ ਸੂਟ ਅਨਾਇਤਾਂ ਪਾਇਆ, ਆਜ਼ਾਦੀ ਦੇ ਮਗਰੋਂ ਸਾਡਾ ਇੱਕੋ ਜਿਹਾ ਲਿਬਾਸ ਕਿਉਂ ਹੈ? ਫਿਰ ਵੀ ਅਸੀਂ ਇੱਕੋ ਜਿਹੇ ਕਿਉਂ? ਅਸੀਂ ਫਿਰ ਵੀ ਉਸੇ ਗੁਰਬਤ ਨੂੰ ਕਿਉਂ ਹੰਢਾ ਰਹੇ ਹਾਂ? ਜੇ ਅਸੀਂ ਆਜ਼ਾਦ ਹੀ ਨਹੀਂ ਹੋਣਾ, ਇਕਨੋਮਿਕ ਬੈਰੀਅਰ ਹੀ ਨਹੀਂ ਟੁੱਟਣੇ, ਜੇ ਸੰਤੀ ਤੇ ਇਨਾਇਤਾਂ ਦੀ ਫੇਟ ਉਹੀ ਰਹਿਣੀ ਹੈ, ਤੇ ਫਿਰ ਕਿਹੜੇ ਕਿਹੜੇ ਜਸ਼ਨ ਮਨਾ ਰਹੇ ਹਾਂ? ਜਿਹੜੇ ਅਸੀਂ ਜਿਹਨੂੰ ਆਜ਼ਾਦੀ ਕਹਿੰਦੇ ਹਾਂ, ਉਹ ਕਿਹਦੇ ਲਈ ਸੀ? ਉਹ ਜਿਸ ਨੂੰ ਤੂੰ ਕਹਿੰਦਾ ਆਜ਼ਾਦੀ, ਲੱਭ ਲੈ ਕਿੱਧਰ ਗਈ? ਕਾਲਾ ਤਨ ਚੋਲਾ ਬਦਲ ਕੇ ਚਿੱਟੇ ਦੀ ਥਾਂ ਬਹਿ ਗਿਆ, ਕਸਰ ਤੂੰ ਛੱਡੀ ਨਾ ਕੋਈ ਅੱਗ ਲਾ ਕੇ ਹਵਾ, ਵੇਖ ਤੂੰ ਵੇਖ ਵੇਖ ਵੀ ਵੇਖ ਫਿਰ ਵੀ ਤੂੰ ਵੇਖ ਕਿੱਦਾਂ ਝੂਮਦਾ ਜੰਗਲ ਹਰਾ। ਇਹ ਸਤਵ ਆਪਣੇ ਜਦੋਂ 97 'ਚ ਮੈਂ ਗਿਆ ਪਹਿਲੀ ਵਾਰ ਪਾਕਿਸਤਾਨ ਤੇ ਨਨਕਾਣਾ ਸਾਹਿਬ ਕਵੀ ਦੇ ਬਾਰੇ 'ਚ ਮੈਂ ਗਜ਼ਲ ਪੜ੍ਹੀ ਸੀ ਇਹ, ਕਿਉਂਕਿ ਉਦੋਂ 50ਵਾਂ ਵਰ੍ਹਾ ਮਨਾਇਆ ਜਾ ਰਿਹਾ ਸੀ ਆਜ਼ਾਦੀ ਦਾ। ਉਹਦੇ 'ਚ ਮੈਂ ਗੱਲ ਆਖੀ ਸੀ ਕਿ ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ, ਇਸ ਤੋਂ ਵੱਧ ਕੇ ਭਲਾ ਹੋਊਗਾ ਕਿਹੜਾ ਕਰਬਲਾ?
ਮੇਰੀ ਮਾਂ ਭੁੱਲਦੀ ਨਹੀਂ, ਅੱਧੀ ਸਦੀ ਪਹਿਲਾਂ ਦੀ ਬਾਤ, ਇੱਕ ਵਾਹ ਛੰਨਾ ਪੌਣੇ ਬੱਧੀ ਰੋਟੀ ਕੁੱਤਾ ਲੈ ਗਿਆ। ਵਾਹ ਇੰਝ ਲੱਗਦਾ ਕਿ ਆਜ਼ਾਦੀ ਇੱਕ ਛੰਨੇ 'ਚ ਬੱਝੀ ਰੋਟੀ ਵਰਗੀ ਸੀ, ਜਿਹੜੀ ਉਹਨਾਂ ਦੇ ਹੱਥ ਆ ਗਈ, ਜਿਹਨਾਂ ਛੰਨਾ ਵੀ ਲੀਰਾਂ ਲੀਰਾਂ ਕਰ ਦਿੱਤਾ, ਤੋੜ ਦਿੱਤਾ, ਭੰਨ ਦਿੱਤਾ, ਰੋਟੀ ਵੀ ਚੱਬ ਗਏ ਤੇ ਪੌਣਾ ਵੀ ਪਾੜ ਦਿੱਤਾ। ਉਹ ਪੌਣਾ ਜਿਹੜਾ ਸੀ, ਉਹ ਉਹੀ ਸ਼ਾਇਦ ਪੌਣੇ ਸੀ ਜਿਹਦੇ ਵਿੱਚ ਕਿਸੇ ਵਕਤ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬੰਨਿਆ ਸੀ। ਵਾਹ ਜੀ ਵਾਹ ਵਾਹ। ਗੱਲਾਂ ਬਾਤਾਂ ਆਪਾਂ ਹੋਰ ਥੋੜ੍ਹਾ ਜਿਹਾ ਪ੍ਰੋਗਰਾਮ ਅੱਗੇ ਬਣਾ ਲਈਏ, ਥੋੜ੍ਹੇ ਜਿਹੇ ਭਾਵਕ ਤੁਸੀਂ ਵੀ ਹੋਵੇ, ਅਤੇ ਮੈਂ ਵੀ ਉਸ ਸਟੋਰੀਜ਼ ਕਰਦੇ ਰਹੀਦਾ, ਅਤੇ ਦਰਦ ਜਿਹੜਾ ਤੁਹਾਡੇ ਲਫਜ਼ਾਂ ਜੋ ਤੁਹਾਡੇ ਕਲਮ 'ਚੋਂ, ਤਾਂ ਮੈਨੂੰ ਲੱਗਦਾ ਵੀ ਜੋ ਤੁਸੀਂ ਆਪਣੇ ਵੰਡ ਵੇਲੇ ਦਾ ਮਾਂ ਕੋਲ ਸੁਣਿਆ, ਪਿਓ ਕੋਲ ਸੁਣਿਆ, ਵਾਲਦ ਸਾਹਿਬ ਕੋਲ ਸੁਣਿਆ, ਉਹ ਕਲਮ ਦੀ ਰਾਹੀਂ ਵੀ ਨਿਕਲਿਆ। ਸੋ ਅੱਗੇ ਥੋੜ੍ਹੀ ਜਿਹੀ ਗੱਲਬਾਤ ਅੱਗੇ ਵੀ ਕਰਦੇ ਹਾਂ, ਪ੍ਰੋਗਰਾਮ ਦਾ ਟਾਈਮ ਸਾਡਾ ਘੰਟਾ, ਵੈਸੇ ਮੈਨੂੰ ਲੱਗਦਾ 5 ਘੰਟੇ ਹੋਣ ਤਾਂ ਆਪਣਾ ਗੱਲਬਾਤ ਪੂਰੀ ਨਹੀਂ ਹੋਣੀ। ਗਿੱਲ ਸਾਹਿਬ ਇੱਥੇ ਗੱਲ ਕਰਨੇ ਸਾਂ, ਵਿੱਚ ਹੀ ਗੱਲਾਂ ਹੋਰ ਵੀ ਤੁਰ ਪਈਆਂ ਨਾਲ ਨਾਲ, ਜੇ ਆਪਾਂ ਸਰਵਿਸਿਜ਼ ਦੀ ਗੱਲ ਕਰੀਏ, ਕੋਈ ਨੌਕਰੀ ਵੀ ਕੀਤੀ, ਕੋਈ ਜੋਬ ਵਗੈਰਾ ਵੀ ਕੀਤੀ ਇੱਧਰ? ਗੱਲ ਇਹ ਆ, ਸਾਨੂੰ ਤਾਂ ਉੱਜੜਨ ਦਾ ਫਾਇਦਾ ਇੱਕੋ ਇੱਕ ਇਹੀ ਹੋਇਆ ਕਿ ਅਸੀਂ ਮਿੱਟੀ ਘੱਟੇ ਤੋਂ ਬਚ ਕੇ, ਜ਼ਮੀਨਾਂ ਸਾਡੀਆਂ 'ਚ ਘਾਟ ਲੱਗ ਗਈ, ਜ਼ਮੀਨਾਂ ਇੰਨੀਆਂ ਥੋੜ੍ਹੀਆਂ ਹੋ ਗਈਆਂ, ਗੁਜ਼ਾਰਾ ਨਹੀਂ ਸੀ ਕਰ ਸਕਦੇ, ਅਤੇ ਨੌਕਰੀ ਬਿਨਾਂ ਸਰਨਾ ਨਹੀਂ ਸੀ, ਪੜ੍ਹੇ ਬਿਨਾਂ ਸਰਨਾ ਨਹੀਂ ਸੀ। ਸੋ ਅਸੀਂ ਸਾਰੇ ਭਰਾ ਹੀ ਨੌਕਰੀਆਂ ਕਰਦੇ ਰਹੇ ਹਾਂ। ਵੱਡੇ ਭਾਈ ਸਾਹਿਬ, ਉਸ ਤੋਂ ਵੱਡੇ ਮੇਰੇ ਭੈਣ ਜੀ, ਉਹ ਪ੍ਰਿੰਸੀਪਲ ਰਿਟਾਇਰ ਹੋਏ ਨੇ ਦੋਵੇਂ। ਮੇਰੇ ਤੋਂ ਵੱਡੇ ਭਾਈ ਸਾਹਿਬ ਗੁਰਦਾਸਪੁਰ ਗਵਰਨਮੈਂਟ ਕਾਲਜ 'ਚੋਂ ਵਾਈਸ ਪ੍ਰਿੰਸੀਪਲ ਰਿਟਾਇਰ ਹੋਏ ਨੇ, ਔਰ ਮੈਂ ਪਹਿਲਾਂ 7 ਸਾਲ ਵੱਖ ਵੱਖ ਕਾਲਜਾਂ ਦੇ ਵਿੱਚ ਅਤੇ 30 ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਟੀਚਿੰਗ ਦਾ ਕੰਮ ਕਰਦਾ ਕਰਦਾ ਰਿਹਾ, ਔਰ 1 ਸਾਲ ਵਿੱਚੋਂ ਤਲਵੰਡੀ ਸਾਬੋ ਇੱਕ ਐਗਰੀਕਲਚਰ ਹੈਗੀ ਹੈ ਗੁਰੂ ਕਾਸ਼ੀ ਯੂਨੀਵਰਸਿਟੀ, ਉਹਦੇ 'ਚ ਡਾਇਰੈਕਟਰ ਪਲੈਨਿੰਗ ਐਂਡ ਡਿਵੈਲਪਮੈਂਟ ਰਹਿ ਕੇ, ਅਤੇ ਫਿਰ ਉਸ ਤੋਂ ਬਾਅਦ 'ਚ ਮੈਂ ਇਸ ਵਕਤ ਕੁੱਲ ਵਕਤੀ ਰੂਪ ਦੇ ਵਿੱਚ ਘਰ ਪਰਿਵਾਰ ਦੇ ਵਿੱਚ ਹੀ ਲੱਗਿਆ ਹੋਇਆ। ਲਿਖਣ ਪੜ੍ਹਨ ਤੋਂ ਬਿਨਾਂ ਹੋਰ ਮੇਰਾ ਕੋਈ ਰੁਜ਼ਗਾਰ ਨਹੀਂ, ਇਹੀ ਰੁਜ਼ਗਾਰ ਆ ਕਿ ਜੇ ਨਾਸਰ ਬੁਲਾ ਲਏ ਤਾਂ ਨਾਸਰ ਨਾਲ ਗੱਲਾਂ ਕਰ ਲਓ, ਜੇ ਕੋਈ ਹੋਰ ਭਰਾ ਗੱਲਾਂ 'ਚ ਪਾ ਲਵੇ ਤਾਂ ਉਹਦੇ ਨਾਲ ਕਰ ਲਓ, ਇਹੀ ਰੁਜ਼ਗਾਰ ਸਮਝ ਲਓ, ਜਿਹਦੇ 'ਚ ਪੀੜਾਂ ਦੀ ਜਿਹੜੀ ਇੱਕ ਖਾਸ ਗੰਢ ਹੈ ਉਹ ਖੁੱਲਦੀ ਰਹੇ ਤਾਂ ਬੰਦਾ ਸਿਹਤਮੰਦ ਰਹਿੰਦਾ। ਨਾਸਰ, ਤੇਰਾ ਸ਼ੁਕਰਾਨਾ ਕਰਦਾ ਵੀਰਿਆ ਕਿ ਤੂੰ ਮੇਰੇ ਨਾਲ ਗੱਲਾਂ ਕਰਨ ਵਾਸਤੇ ਮੌਕਾ ਬਣਾਇਆ। ਨੌਕਰੀ ਤਾਂ ਬਸ ਇਹੀ ਹੈ ਜਿਹੜੀ 37 ਸਾਲ ਕਰ ਲਈ, ਚਾਕਰੀ ਕਰ ਲਈ। ਤੁਹਾਡਾ ਸ਼ੁਕਰਾਨਾ ਵੀ, ਤੁਸੀਂ ਟਾਈਮ ਦਿੱਤਾ ਗਿਲ ਸਾਹਿਬ, ਤੇ ਨਹੀਂ ਨਹੀਂ ਨੌਕਰੀ ਜਾਂ ਸੇਵਾ ਸਮਝ ਲਈਏ, ਜਾਂ ਪੰਜਾਬ ਨਾਲ, ਪੰਜਾਬੀਅਤ ਨਾਲ ਪਿਆਰ ਸਮਝੀਏ, ਆਪਣੇ ਸੱਭਿਆਚਾਰ ਨਾਲ ਪਿਆਰ ਸਮਝੀ। ਮੈਂ ਸੁਣਦਾ ਰਹਿੰਦਾ ਲੋਕਾਂ ਦੇ ਕੋਲੋਂ ਕੁਛ ਪ੍ਰੋਗਰਾਮ 'ਚ ਕਰੀਦਾ ਵਾ ਕੀਮਤੀ ਗੱਲਾਂ, ਉਹਦੇ 'ਚ ਅਦਬੀ ਲੋਕ ਜਿਹੜੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ। ਵੈਸੇ ਤਾਂ ਜਿਹੜੇ ਲਿਖਾਰੀ ਲੇਖਕ ਜਾਂ ਸਾਹਿਤ ਨਾਲ ਤਾਲੁਕ ਰੱਖਣ ਵਾਲੇ ਲੋਕ ਆ, ਉਹ ਇੱਕ ਦੂਜੇ ਦੀ ਇੰਨੀ ਗੱਲ ਨਹੀਂ ਕਰਦੇ। ਗੁਰਭਜਨ ਗਿੱਲ ਜਿਹੜਾ ਵਾ ਨਵੇਂ ਆਉਣ ਵਾਲੇ ਲੇਖਕਾਂ ਦੀ, ਅਦਬੀ ਲੋਕਾਂ ਦੀ, ਉਹਨਾਂ ਨੂੰ ਪ੍ਰਮੋਟ ਵੀ ਕਰਦਾ ਸੋਸ਼ਲ ਮੀਡੀਆ 'ਤੇ, ਉਹਨਾਂ ਦੀਆਂ ਆਪਣੀਆਂ ਲਿਖਤਾਂ 'ਚ ਵੀ ਉਹਨਾਂ ਨੂੰ ਸ਼ਾਮਿਲ ਕਰਦਾ, ਹਿੱਸਾ ਬਣਾਉਂਦਾ, ਇਹਦੀ ਕੀ ਵਜ੍ਹਾ ਕਿ ਨਵੇਂ ਲਿਖਣ ਵਾਲਿਆਂ ਨਾਲ ਬਹੁਤਾ ਪਿਆਰ ਗੁਰਭਜਨ ਗਿੱਲ ਦਾ? ਮੈਂ ਗੱਲ ਮਹਿਸੂਸ ਇਹ ਕਰਦਾ ਕਿ ਜਿਹੜੇ ਮੇਰੇ ਵੱਡੇ ਸੀ ਨਾ, ਉਹਨਾਂ ਨੇ ਮੈਨੂੰ ਇੱਕ ਸਬਕ ਸਿਖਾਇਆ, ਬਹੁਤ ਵੱਡਾ ਸਬਕ, ਜਿਹਨਾਂ ਦੇ ਵਿੱਚ ਮੇਰੇ ਕੁਛ ਅਧਿਆਪਕ ਨੇ, ਜਿਹਨਾਂ 'ਚੋਂ ਸਭ ਤੋਂ ਵੱਡੇ ਅਧਿਆਪਕ ਮੇਰੇ ਡਾਕਟਰ ਐਸ ਪੀ ਸਿੰਘ ਹੋਰੀ ਨੇ, ਜਿਹੜੇ ਗੁਰੂ ਨਾਨਕ ਦੇਵ ਸੀ ਵਾਈਸ ਚਾਂਸਲਰ ਰਹੇ, ਜਾਂ ਮੇਰੇ ਮਾਪੇ ਸੀ, ਜਾਂ ਮੇਰਾ ਸਮਾਜਿਕ ਜੁਗਿਰਦਾ ਸੀ, ਦੋਵੇਂ ਮੇਰੇ ਵੱਡੇ ਵੀਰ, ਉਹਨਾਂ ਸਾਰਿਆਂ ਨੇ ਇੱਕੋ ਹੀ ਸਬਕ ਸਿਖਾਇਆ ਮੈਨੂੰ ਕਿ ਸਿਰਫ ਇੱਕੋ ਇੱਕ ਫਸਲ ਐਸੀ ਜਿਹਦੇ 'ਚ ਕੋਈ ਇਨਵੈਸਟਮੈਂਟ ਨਹੀਂ, ਕੋਈ ਧਰਤੀ ਨਹੀਂ ਚਾਹੀਦੀ, ਉਹ ਮੁਹੱਬਤ ਹੈ। ਤੇ ਜਿੰਨੀ ਤੁਸੀਂ ਨਿੱਕਿਆਂ ਨੂੰ ਕਰ ਲਓਗੇ, ਉਨੀ ਹੀ ਤੁਸੀਂ ਰੀਪੇ ਤੁਹਾਨੂੰ ਕਰਕੇ ਦੇਣਗੇ ਅਗਲੇ। ਔਰ ਨਾਲ ਦੀ ਨਾਲ ਜਿਹੜੇ ਵੱਡਿਆਂ ਦਾ ਸਤਿਕਾਰ ਹੈ, ਦੋ ਗੱਲਾਂ ਬਹੁਤ ਮਹੱਤਵਪੂਰਨ ਨੇ ਜਿਹੜੀਆਂ ਮੈਨੂੰ ਜ਼ਿੰਦਗੀ ਦੇ ਊੜੇ ਆੜੇ ਵਾਂਗੂ ਜਾਂ ਅਲਫ ਬੇ ਵਾਂਗੂ ਮੈਨੂੰ ਰਟਾਈਆਂ ਗਈਆਂ। ਔਰ ਇਸੇ ਕਰਕੇ ਸ਼ਾਇਦ ਮੈਂ ਇਹ ਦਾਅਵਾ ਕਰ ਸਕਦਾ ਕਿ ਜਿੰਨਾ ਮੈਨੂੰ ਆਪਣੇ ਤੋਂ ਵੱਡਿਆਂ ਤੋਂ ਪਿਆਰ ਮਿਲਿਆ। ਮੈਂ ਇੱਕ ਦਿਨ ਕਿਸੇ ਦੋਸਤ ਨੂੰ ਮੁਲਾਕਾਤ 'ਚ ਦੱਸ ਰਿਹਾ ਸਾਂ, ਮੈਂ ਕਿਹਾ ਯਾਰ ਜਦੋਂ ਮੈਂ ਲੁਧਿਆਣੇ ਆਇਆ 1971 ਦੇ ਵਿੱਚ ਪੜ੍ਹਨ ਵਾਸਤੇ, ਤੇ ਉਦੋਂ ਲੁਧਿਆਣਾ ਕਿੰਨਾ ਸੁਰੰਗਲਾ ਸੀ, ਕਿੰਨਾ ਵੱਡਾ ਲੁਧਿਆਣਾ ਸੀ। ਕਹਿੰਦੇ ਉਹ ਕਿਵੇਂ, ਰਕਬਾ ਤਾਂ ਹੁਣ ਵੱਡਾ। ਮੈਂ ਕਿਹਾ ਰਕਬਾ ਤਾਂ ਫੈਲ ਗਿਆ, ਲੁਧਿਆਣਾ ਸੁੰਗੜ ਗਿਆ। ਕਹਿੰਦਾ ਉਹ ਕਿਵੇਂ, ਮੈਂ ਕਿਹਾ ਉਦੋਂ ਲੁਧਿਆਣੇ ਦੇ ਵਿੱਚ ਲਿਖਾਰੀ ਇਕੱਲੇ ਲੈ ਲਿਆ ਤੂੰ, ਲਿਖਾਰੀਆਂ ਦੇ ਵਿੱਚੋਂ ਭਾਈ ਸਾਹਿਬ ਭਾਈ ਜੋਤ ਸਿੰਘ ਜਿਹੜੇ ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ਰਹੇ ਸੀ, ਜਿਹੜੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ, ਜਿਹੜੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਗੁਜਰਾਂਵਾਲੇ 'ਚ ਪ੍ਰਿੰਸੀਪਲ ਰਹੇ, ਉਹ ਵੀ ਲੁਧਿਆਣੇ 'ਚ ਰਹਿੰਦੇ ਸੀ ਉਦੋਂ, ਅਸੀਂ ਉਹਨਾਂ ਦਰਸ਼ਨ ਕਰਦੇ ਸੀ। ਉਦੋਂ ਬਿਨਾਂ ਗਿਆਨੀ ਸੋਹਣ ਸਿੰਘ ਸੀਤਲ, ਜਿਨ੍ਹਾਂ ਨੇ ਨਾਵਲ ਲਿਖੇ, ਢਾਡੀ ਵਾਰਾਂ ਲਿਖੀਆਂ, ਸ਼ਾਇਰ ਵੀ ਉੱਚ ਦੁਮਾਲੜੇ,
ਉਹ ਲੁਧਿਆਣੇ 'ਚ ਰਹਿੰਦੇ ਸੀ, ਪ੍ਰੋਫੈਸਰ ਮੋਹਨ ਸਿੰਘ ਉਹ ਲੁਧਿਆਣੇ 'ਚ ਰਹਿੰਦੇ ਸੀ, ਕੁਲਵੰਤ ਸਿੰਘ ਵਿਰਕ ਲੁਧਿਆਣੇ 'ਚ ਰਹਿੰਦੇ ਸੀ, ਸੁਰਿੰਦਰ ਸਿੰਘ ਨਰੂਲਾ ਲੁਧਿਆਣੇ 'ਚ ਰਹਿੰਦੇ ਸੀ, ਅਜਾਇਬ ਚਿੱਤਰਕਾਰ ਰਹਿੰਦੇ ਸੀ, ਸੁਰਜੀਤ ਪਾਤਰ ਉਦੋਂ ਲੁਧਿਆਣੇ 'ਚ ਨਵੇਂ ਨਵੇਂ ਆਏ ਸੀ। ਮੈਂ ਉਹਨੂੰ 15-20 ਨਾਂ ਗਿਣਾਏ, ਮੈਂ ਕਿਹਾ ਇਹ ਸਾਰੇ ਬੰਦੇ ਗਿਆਨੀ ਰਾਮ ਨਾਰਾਇਣ ਸਿੰਘ ਦਰਦੀ ਜਿਹੜੇ ਸੀ ਕਮਾਲੀ ਵਾਲੇ, ਉਹ ਲੁਧਿਆਣੇ 'ਚ ਰਹਿੰਦੇ ਸੀ। ਇਹ ਸਾਰੇ ਸਰਗਰਮੀਆਂ ਇੰਨੀਆਂ ਵੱਡੀਆਂ ਕਰਦੇ ਸੀ, ਈਵਨ ਗਾਇਕਾਂ ਦੇ ਵਿੱਚੋਂ ਹੀ ਉਸਤਾਦ ਲਾਲਚੰਦ ਯਮਲਾ ਜੱਟ, ਜਿਹੜਾ ਸਭ ਤੋਂ ਵੱਡਾ ਸਾਡਾ ਅੰਬਰ ਹੈ ਗਾਇਕੀ ਦਾ, ਪੰਜਾਬੀ ਗਾਇਕੀ ਦਾ, ਜਿਵੇਂ ਤੁਹਾਡੇ ਆਲਮ ਨਿਵਾਰ ਸਾਹਿਬ ਦਾ ਨਾਂ ਲੈ ਸਕਦਾ, ਨਵਾਬ ਘੁਮਿਆਰ ਦਾ ਨਾਂ ਲਿਆ ਜਾ ਸਕਦਾ, ਉਹ ਲੋਕ ਉਸਤਾਦ ਲਾਲਚੰਦ ਯਮਲਾ ਜੱਟ ਦੀ ਛਤਰੀ ਥੱਲੇ ਕਿੰਨੇ ਵੱਡੇ ਲੋਕ ਹੋਰ ਪੈਦਾ ਹੋ ਰਹੇ ਸੀ ਲੁਧਿਆਣੇ ਦੇ ਵਿੱਚ। ਉਦੋਂ ਇੱਥੇ ਨਰਿੰਦਰ ਬੀਬਾ ਜੀ ਸਨ, ਇਹ ਉਸ ਵਕਤ ਲੁਧਿਆਣੇ ਦੇ ਵਿੱਚ ਸਵਰਨਲਤਾ ਸੀ, ਚਾਂਦੀ ਰਾਮ ਸੀ, ਫਿਰ ਉਹਨਾਂ ਵਕਤਾਂ 'ਚ ਦੀਦਾਰ ਸੰਧੂ ਸੀ, ਉਹਨਾਂ ਵਕਤਾਂ ਦੇ ਵਿੱਚ ਮੁਹੰਮਦ ਸਦੀਕ ਸਾਹਿਬ ਉਦੋਂ ਪਰਵਿਸ਼ ਪਾ ਰਹੇ ਸਨ, ਜਿਹੜੇ ਹੁਣ ਮੈਂਬਰ ਪਾਰਲੀਮੈਂਟ ਨੇ ਹਿੰਦੁਸਤਾਨ ਦੇ ਵਿੱਚ, ਗਵਈਏ ਬਹੁਤ ਵੱਡੇ ਨੇ। ਇਹ ਸਾਰੇ ਲੋਕ ਉਦੋਂ ਮੈਂ ਲੁਧਿਆਣੇ 'ਚ ਰਹਿੰਦੇ ਸੀ ਤੇ ਇਹਨਾਂ ਨੂੰ ਮਿਲਣਾ ਗਿਲਣਾ ਬੜਾ ਆਸਾਨ ਸੀਗਾ। ਕਪੂਰ ਸਿੰਘ ICS ਲੁਧਿਆਣੇ 'ਚ ਰਹਿੰਦੇ ਸੀ, ਸੋ ਸੰਸਿਕ ਸੇਖੋਂ ਲੁਧਿਆਣੇ 'ਚ ਰਹਿੰਦੇ ਸੀ। ਮੈਂ ਕਿਹਾ ਐਡੇ ਵੱਡੇ ਲੁਧਿਆਣੇ ਤੋਂ ਹੁਣ ਸੁੰਗੜ ਕੇ ਹੁਣ ਮੇਰੇ ਵਰਗੇ, ਜਿਵੇਂ ਕਹਿੰਦੇ ਨਾ ਵੀ ਰੁਪਈਏ ਟੁੱਟ ਗਏ ਤੇ ਹੁਣ ਭਾਨ ਤੁਰੀ ਫਿਰਦੀ ਖੜਕਦੀ, ਅਸੀਂ ਤਾਂ ਭਾਨ ਵਰਗੇ ਹਾਂ, ਜਿਹੜੇ ਅਸੀਂ ਜਿਹੜੇ ਜਿਹੜੇ ਡਬਲੀ ਰੁਪਈਏ ਸੀ ਉਹ ਤਾਂ ਸਾਰੇ ਖਰਚੇ ਗਏ, ਉਹਨਾਂ ਸਾਰਿਆਂ ਨੂੰ ਮੌਤ ਲੈ ਗਈ, ਸੋ ਅਸੀਂ ਤਾਂ ਐਵੇਂ ਭਨ ਘੜ ਤੁਰੇ ਫਿਰਦੇ ਹਾਂ। ਲੁਧਿਆਣਾ ਉਦੋਂ ਵੱਡਾ ਸੀ। ਔਰ ਮੈਂ ਇੱਕ ਸ਼ੇਰ ਲਿਖਿਆ ਨਾਸਰ, ਮੈਂ ਤੁਹਾਨੂੰ ਸਾਂਝਾ ਕਰਨਾ ਚਾਹਾਂਗਾ ਕਿ ਵੱਡਿਆਂ ਦੇ ਮੋਹ ਅਤੇ ਨਿੱਕਿਆਂ ਦੇ ਪਿਆਰ ਨਾਲ ਹਰ ਜੰਗ ਜਿੱਤੀ ਹੈ ਮੈਂ ਇਸੇ ਹਥਿਆਰ ਨਾਲ। ਜਿਹੜਾ ਆਪਣੇ ਨਿੱਕੇ ਨੂੰ ਪਿਆਰ ਨਹੀਂ ਕਰ ਸਕਦਾ, ਖਾਸ ਕਰਕੇ ਉਹ ਅਦੀਬ ਨਹੀਂ ਹੋ ਸਕਦਾ, ਉਹਦਾ ਅਦਬ ਨਾਲ ਰਿਸ਼ਤਾ ਨਹੀਂ ਹੋ ਸਕਦਾ, ਉਹ ਬਾਕੀ ਕੁਛ ਵੀ ਹੋ ਸਕਦਾ, ਉਹ ਅਦੀਬ ਨਹੀਂ ਹੋ ਸਕਦਾ। ਮੈਂ ਇਹ ਵੀ ਪ੍ਰਿਵਿਲੇਜ ਮੰਨਦਾ ਕਿ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਨੌਕਰੀ ਕੀਤੀ, ਜਿਹਦੇ ਵਿੱਚ ਵੱਡੇ ਵੱਡੇ ਤੋਂ ਵੱਡੇ ਵਿਗਿਆਨੀ, ਟਾਪ ਮੋਸਟ ਵਿਗਿਆਨੀ ਹਿੰਦੁਸਤਾਨ ਦੇ ਨਹੀਂ ਦੁਨੀਆਂ ਭਰ ਦੇ, ਨੋਬਲ ਲਾਰੀਏਟ ਡਾਕਟਰ ਨੋਰਮਨ ਈ ਬੋਰਲਾ ਵਰਗੇ ਬੰਦੇ, ਜਿਹਨਾਂ ਵੀਟ ਰੈਵੋਲੂਸ਼ਨ ਲਿਆਂਦਾ, ਜਿਹਨੇ ਹਿੰਦੁਸਤਾਨ ਪਾਕਿਸਤਾਨ ਨੂੰ ਅਨਾਜ ਦੀ ਇੱਕ ਸਿਕਿਉਰਿਟੀ ਦਿੱਤੀ, ਉਹਨਾਂ ਨੂੰ 15 ਵਾਰ ਮਿਲਿਆ ਮੈਂ ਲੁਧਿਆਣੇ ਦੇ ਵਿੱਚ, ਸਿਰਫ ਯੂਨੀਵਰਸਿਟੀ ਨੌਕਰੀ ਕਰਕੇ। ਡਾਕਟਰ ਐਮ ਐਸ ਸਵਾਮੀਨਾਥਨ ਹੋਰਾਂ ਨਾਲ ਮੇਰੀਆਂ 5 ਮੁਲਾਕਾਤਾਂ ਨੇ, 5 ਦੀਆਂ 5 ਲੁਧਿਆਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਰਕੇ ਨੇ, ਜਿਹੜੇ ਬਹੁਤ ਵੱਡੇ ਖੇਤੀਬਾੜੀ ਦੇ ਮਾਹਿਰ ਨੇ। ਡਾਕਟਰ ਗੁਰਦੇਵ ਸਿੰਘ ਖੁਸ਼, ਜਿਨ੍ਹਾਂ ਨੇ ਝੋਨੇ ਦੀਆਂ ਦੁਨੀਆ ਭਰ ਦੇ ਵਿੱਚ ਕਿਸਮਾਂ ਜਿਹੜੀਆਂ ਵਿਕਸਿਤ ਕੀਤੀਆਂ ਉਹਦੇ ਅਧੀਨ, ਅੱਧੇ ਤੋਂ ਬਹੁਤਾ ਰਕਬਾ ਉਹਨਾਂ ਦੀਆਂ ਵਿਕਸਿਤ ਯੂਨੀਵਰਸਿਟੀ ਦੀਆਂ ਕਿਸਮਾਂ ਨੇ, ਜਿਹੜੀਆਂ ਫਿਲਪਾਈਨ ਉਹਨਾਂ ਨੇ ਡਿਵੈਲਪ ਕੀਤੀਆਂ ਮਨੀਲਾ ਦੇ ਵਿੱਚ, ਉਹ ਉਹਨਾਂ ਨਾਲ ਹੁਣ ਤੱਕ 100 ਤੋਂ ਵੱਧ ਮੁਲਾਕਾਤਾਂ ਇਸੇ ਯੂਨੀਵਰਸਿਟੀ ਸਦਕਾ ਹੋ ਸਕੀਆਂ। ਕਿਹੜਾ ਕਿਹੜਾ ਨਾਂ ਗਿਣਾਵਾਂ, ਜੇ ਓਲੰਪੀਅਨ ਪ੍ਰਿਤੀਪਾਲ ਸਿੰਘ ਹੋਰਾਂ ਨਾਲ ਬਹਿ ਕੇ ਚਾਹ ਦੇ ਪਿਆਲੇ ਪੀਤੇ ਹੋਣਗੇ, ਚਾਹ ਦੇ ਪਿਆਲਿਆਂ ਦੀ ਗਿਣਤੀ ਘੱਟੋ ਘੱਟ 50 ਬਣਦੀ ਹੈ, ਜਿਹੜੇ ਭਾਰਤੀ ਹਾਕੀ ਟੀਮ ਦੇ ਉਹਨਾਂ ਵਕਤਾਂ 'ਚ ਕਪਤਾਨ ਸੀ, ਜਦੋਂ ਤੁਹਾਡੇ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਬਾਅਦ 'ਚ ਲਾਇਲਪੁਰ ਯੂਨੀਵਰਸਿਟੀ ਵਾਈਸ ਚਾਂਸਲਰ ਬਣੇ ਖੇਤੀਬਾੜੀ ਯੂਨੀਵਰਸਿਟੀ ਦੇ, ਉਹਨਾਂ ਦੇ ਸਹਿਪਾਠੀ ਹੁੰਦੇ ਸੀ ਪਾਰਟੀਸ਼ਨ ਤੋਂ ਪਹਿਲਾਂ, ਔਰ ਉਹ ਵੀ ਪਾਕਿਸਤਾਨ ਹਾਕੀ ਟੀਮ ਦੇ ਕਪਤਾਨ ਬਣੇ, ਨਾਂ ਤਾਂ ਮੈਨੂੰ ਵਿਸਰ ਗਿਆ, 82 'ਚੋਂ ਆਏ ਵੀ ਸੀ, ਇੱਥੇ ਲੁਧਿਆਣੇ ਵੀ ਮਿਲ ਕੇ ਗਏ ਨੇ ਪ੍ਰਿਤੀਪਾਲ ਸਿੰਘ ਹੋਰਾਂ ਨੂੰ। ਸੋ ਇਹ ਉਹ ਧਰਤੀ ਹੈ ਜਿਹੜੀ ਧਰਤੀ ਦੇ ਵਿੱਚ ਫੈਲਣਾ ਬਹੁਤ ਔਖਾ ਨਹੀਂ ਸੀ, ਪਰ ਫਿਰ ਵੀ ਸੁੰਗੜੇ ਸੁੰਗੜੇ ਲੋਕ ਜਿਹੜੇ ਨੇ ਉਹ ਗੱਲ ਕਰਦੇ ਨੇ ਕਿ ਵੱਡਿਆਂ ਨਾਲ ਮੋਹ ਪਗਾਉਂਦੇ ਨੇ ਸਾਰੇ, ਪਰ ਨਿੱਕਿਆਂ ਨਾਲ ਮੋਹ ਪਗਾਉਣਾ ਵੱਧ ਕੀਮਤੀ ਹੈ। ਇਹ ਮੇਰੇ ਵੱਡਿਆਂ ਦਾ ਸਬਕ ਹੈ, ਉਹੀ ਮੈਂ ਦੁਹਰਾਉਣਾ, ਹੋਰ ਕੁਛ ਨਹੀਂ ਹੈ। ਉਹੀ ਉਹੀ ਸਬਕ ਕੀ ਕਹਿੰਦੇ ਨੇ ਵੀ ਨਿਉਂਦਰਾ ਜਿਹੜਾ ਉਹਨੂੰ ਅੱਗੇ ਤੋਰਦੇ ਤੋਰਦੇ ਆ। ਬਸ ਬਸ। ਅੱਛਾ ਗਿੱਲ ਸਾਹਿਬ, ਸਿਹਤ ਅਕੈਡਮੀ ਅਵਾਰਡ ਇੱਕ ਤੁਹਾਡਾ ਬਹੁਤ ਸੁਣਦੇ ਹੁੰਦੇ ਅਸੀਂ ਵੀ, ਇੱਥੇ ਅਵਾਰਡ ਆ ਦਿੱਤਾ ਜਾਂਦਾ ਵਾ, ਉਹ ਕਿਸ ਬਿਹਾਵ ਤੇ ਦਿੱਤਾ ਜਾਂਦਾ ਵਾ? ਕਿਸੇ ਕਿਤਾਬ ਨੂੰ ਜਾਂ ਕੀ ਕਹਿੰਦੇ ਵੀ ਜਿਵੇਂ ਕੋਈ ਲਾਂਚ ਕਰ ਦਿੰਦੇ ਆਂਦੇ ਵੀ ਉਹ ਫੜ ਕੇ ਨਵਾਂ ਸ਼ਾਇਰ ਲਾਂਚ ਕਰ ਦਿੰਦੇ, ਉਹ ਕਦੀ ਕਿਸੇ ਚੰਗੇ ਸ਼ਾਇਰ ਨੂੰ ਮਿਲਿਆ ਕਿ ਐਵੇਂ ਦੇ ਦਿੰਦੇ ਆਪਣੇ ਹਿਸਾਬ ਨਾਲ? ਨਹੀਂ, ਜੇ ਵੇਖੋ ਸਾਹਿਤ ਅਕਾਡਮੀ ਸਾਡੇ ਹਿੰਦੁਸਤਾਨ ਦੀ ਇੱਕੋ ਸੰਸਥਾ ਆ, ਜਿਹੜੀ ਸਭ ਤੋਂ ਪੁਰਾਣੀ ਸੰਸਥਾ ਆ ਸਾਡੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਜਿੰਨੀ ਪੁਰਾਣੀ ਸੰਸਥਾ ਆ ਉਹ 54 'ਚ ਉਹਦਾ ਜਨਮ ਹੋਇਆ, 54 'ਚ ਸਾਡਾ ਹੋਇਆ। ਮੇਰਾ ਮੇਰੇ ਨਾਲ ਰੱਖਿਆ ਕਿਵੇਂ, ਵੀ ਕਿਸ ਤਰ੍ਹਾਂ ਉਹਦੀ ਕਿਤਾਬ ਨੂੰ? ਉਹਦੇ ਵਿੱਚ ਜਿਹੜੀਆਂ, ਉਹਦੇ ਵਿੱਚ ਇਹ ਹੁੰਦਾ ਕਿ ਪਿਛਲੇ 3 ਸਾਲ ਦੀਆਂ ਜਿਹੜੀਆਂ ਸਰਵੋਤਮ ਕਿਤਾਬਾਂ ਨੇ ਉਹਨਾਂ ਦਾ ਇੱਕ ਵੱਡਾ ਪੈਨਲ ਬਣਾ ਕੇ ਲੋਕਾਂ ਤੋਂ ਸਿਫਾਰਿਸ਼ਾਂ ਮੰਗ ਲੈਂਦੇ ਨੇ ਕਿ ਤੁਸੀਂ ਦੱਸੋ ਕਿ ਇਸ ਸਾਲ ਦੇ ਵਿੱਚ ਜਾਂ ਪਿਛਲੇ 2 ਸਾਲਾਂ ਦੇ ਵਿੱਚ ਕਿਹੜੀਆਂ ਚੰਗੀਆਂ ਕਿਤਾਬਾਂ ਪ੍ਰਿੰਟ ਪਬਲਿਸ਼ ਹੋਈਆਂ ਨੇ। ਸੋ ਜਿਹੜਾ ਸਿਆਣੇ ਬੰਦਿਆਂ ਦਾ ਪੈਨਲ ਹੈ, ਨਾ ਵੋਟਿੰਗ ਨਹੀਂ, ਉਹਨਾਂ ਤੋਂ ਓਪੀਨੀਅਨ ਲਿਖਤੀ ਰੂਪ 'ਚ ਮੰਗ ਲੈਂਦੇ ਨੇ। ਉਦੋਂ ਬਾਅਦ ਵਿੱਚ ਫਿਰ ਜਦੋਂ ਇੱਕ ਕਨਵੀਨਰ ਹੁੰਦਾ ਜਿਹੜਾ 3 ਮੈਂਬਰੀ ਪੈਨਲ ਬਣਾਉਂਦਾ ਹੈ ਕਿ ਤੁਸੀਂ ਹੁਣ ਇਹਦੇ 'ਚ ਪੁਣਛਾਣ ਕਰੋ, 3 ਬੰਦੇ ਦੱਸੋ ਕਿ ਇਹਦੇ ਵਿੱਚੋਂ ਕਿਹੜੀ ਕਿਤਾਬ ਹੈ ਜਿਹੜੀ ਸਭ ਤੋਂ ਵਧੀਆ। ਉਹਦੇ ਵਿੱਚ ਇੱਕ ਦਾ ਖਿਆਲ ਰੱਖਿਆ ਜਾਂਦਾ ਕਿ ਉਹ ਕਿਤਾਬ ਜਿਹੜੀ ਹੋਵੇ ਉਹਦੇ 'ਚ ਕੋਈ ਕਿਸੇ ਕਿਸਮ ਦੀ ਕੋਈ ਜਾਤੀ ਪ੍ਰਥਾ ਦੀ ਬਹੁਤੀ ਮਸ਼ਹੂਰੀ ਨਾ ਕੀਤੀ ਹੋਵੇ।
ਅਸ਼ਲੀਲਤਾ ਚੀਪਨੈਸ ਨਾ ਹੋਵੇ ਜਾਂ ਕਿਸੇ ਧਰਮ ਵਿਸ਼ੇਸ਼ ਦੇ ਖਿਲਾਫ਼ ਉਹਦੇ ਕੋਈ ਗੱਲ ਨਾ ਹੋਵੇ ਜਾਂ ਉਸ ਤੋਂ ਬਿਨਾਂ ਇਹ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਉਹਦਾ ਜਿਹੜਾ ਛਪਣ ਸਾਲ ਹੈ ਉਹ 3 ਸਾਲ ਤੋਂ ਪੁਰਾਣਾ ਨਾ ਹੋਵੇ। ਸੋ ਉਹਦੇ ਵਿੱਚ ਜਿਵੇਂ ਹੁੰਦਾ ਵੀ ਜੇ ਤੁਸੀਂ ਮਤਲਬ ਮਸ਼ੀਨੀ ਟੋਕੇ ਦੇ ਵਿੱਚ ਜੇ ਚੀਰਨੀਆਂ ਲਾਉਂਦੇ ਹੋ ਤੇ ਜੇ ਤੁਸੀਂ ਕਮਾਦ ਕੁਤਰਦੇ ਹੋ ਵਿੱਚ ਜੇ ਕਿਤੇ ਬਘਾਟ ਵੀ ਆ ਗਿਆ ਜਾਂ ਕੋਈ ਹੋਰ ਚੀਜ਼ ਵਿੱਚ ਆ ਗਈ ਤਾਂ ਵੀ ਨਾਲ ਹੀ ਕੁਤਰੀ ਜਾਣੀ ਹੈ। ਸੋ ਜਦੋਂ ਇਨਾਮਾਂ ਦੀ ਲੜੀ ਹਰ ਸਾਲ ਚੱਲਣੀ ਹੈ ਤਾਂ ਜਿੱਥੇ ਚੰਗੇ ਬੜੇ ਬੜੇ ਚੰਗਿਆਂ ਨੂੰ ਮਿਲਿਆ, ਸ਼ਿਵ ਕੁਮਾਰ ਬਟਾਲਵੀ ਨੂੰ ਉਹ ਪਦ ਪੁਰਸਕਾਰ ਮਿਲਿਆ, ਸੁਰਜੀਤ ਪਾਤਰ ਜੀ ਨੂੰ ਮਿਲਿਆ, ਔਰ ਪਿਛਲੇ ਦਿਨਾਂ ਦੇ ਵਿੱਚ ਹੀ ਸਾਡੇ ਨਾਵਲ ਦੇ ਬਹੁਤ ਵੱਡੇ ਲਿਖਾਰੀ ਨੇ ਜਿਨ੍ਹਾਂ ਦੇ ਵਿੱਚੋਂ ਮੈਂ ਕਰਤਾਰ ਸਿੰਘ ਦੁੱਗਲ ਦਾ ਨਾਂ ਲਵਾਂਗਾ, ਈਵਨ ਬਲਦੇਵ ਸਿੰਘ ਸੜਕਨਾਮਾ ਦਾ ਨਾਂ ਲਵਾਂਗਾ, ਅੰਮ੍ਰਿਤਾ ਪ੍ਰੀਤਮ ਜੀ ਦਾ ਨਾਂ ਲਵਾਂਗਾ, ਦਲੀਪ ਕੌਰ ਟਿਵਾਣਾ ਦਾ ਨਾਂ ਲਵਾਂਗਾ, ਕਹਾਣੀਕਾਰਾਂ ਦੇ ਵਿੱਚੋਂ ਪ੍ਰੇਮ ਪ੍ਰਕਾਸ਼ ਖੰਨਵੀ ਦਾ ਨਾਂ ਲਵਾਂਗਾ, ਗੁਰਬਚਨ ਸਿੰਘ ਭੁੱਲਰ ਆ, ਬਰਿਆਮ ਸਿੰਘ ਸੰਧੂ, ਇਹਨਾਂ ਲੋਕਾਂ ਸਾਰਿਆਂ ਦੇ ਨਾਮ ਮਿਲੇ ਨੇ। ਬੜਾ ਅੱਛਾ ਇੱਕ ਸਿਸਟਮ ਹੈ। ਤੇ ਵਿੱਚ ਵਿਚਾਲਾ ਜੇ ਕਿਤੇ ਜਿਵੇਂ ਕਹਿੰਦੇ ਹੁੰਦੇ ਨਾ ਵੀ ਜੇ 100 ਰੁਪਈਏ ਦਾ ਤੁਸੀਂ ਭਾਣ ਲਓ ਤੇ ਵਿੱਚ ਦਵਾਨੀ ਜਾਣੀ ਚ ਖੋਟੀ ਵੀ ਆ ਜਾਵੇ ਤੇ ਉਹ ਕਈ ਵਾਰ ਤੁਹਾਨੂੰ ਨਾਲ ਰੱਖਣੀ ਪੈਂਦੀ ਹੈ। ਸੋ ਜੇ ਕਿਸੇ ਭੈੜੇ ਨੂੰ ਮਿਲ ਵੀ ਜਾਂਦਾ ਤੇ ਉਹ ਫਿਰ ਲੋਕ ਦੇ ਫਿਰ ਦਿਨ ਵਿਚਾਰੇ ਦੱਸਦੇ ਨੀ ਕਿਸੇ ਨੂੰ ਵੀ ਸਾਨੂੰ ਨਾਮ ਮਿਲ ਗਿਆ। ਸੋ ਉਹ ਸਾਰਾ ਕੁਝ ਚੱਲਦਾ ਕਿਉਂਕਿ ਬੰਦਾ ਹੀ ਹੈ ਨਾ ਆਖਰ ਨਾ ਸਰ, ਹੈ ਤਾਂ ਬੰਦਾ ਹੀ ਹੈ ਨਾ, ਤੇ ਬੰਦੇ ਚ ਬੰਦਿਆਂ ਦੀ ਕਮਜ਼ੋਰੀ ਹੋਣੀ ਹੈ। ਇਸ ਕਰਕੇ ਚੰਗਿਆਂ ਨੂੰ ਵੀ ਮਿਲਦਾ, ਚੰਗਿਆਂ ਨੂੰ ਜ਼ਿਆਦਾ ਮਿਲਦਾ, ਮਾੜਿਆਂ ਨੂੰ ਕਦੇ ਕਦੇ ਮਿਲ ਜਾਂਦਾ। ਅੱਛਾ ਗਿੱਲ ਸਾਹਿਬ, ਪਰ ਮੈਨੂੰ ਹੁਣ ਤੱਕ ਨਹੀਂ ਮਿਲਿਆ, ਇਹ ਵੀ ਸੁਣ ਲੈ, ਮੈਂ ਵਾਲ ਵਾਲ ਬਚਿਆ ਹੋਇਆ, ਮੇਰਾ ਸਵਾਲ ਵੀ ਤਾਂ ਹੀ ਮੈਂ ਵਾਲ ਵਾਲ ਬਚਿਆ ਹੋਇਆ। ਉਹ ਕਿਉਂਕਿ ਗੱਲ ਇਹ ਆ ਗਿੱਲ ਸਾਹਿਬ, ਬੰਦੇ ਨੂੰ ਜਿਹੜੀ ਆਪ ਚੰਗੀ ਲੱਗਦੀ ਹੋਵੇ ਨਾ ਤੇ ਬੰਦੇ ਦਾ ਤੇ ਉਹੀ ਦਿਲ ਕਰਦਾ ਨਾ ਵੀ ਯਾਰ ਇਹ ਹੀ ਹੋਣਾ ਚਾਹੀਦਾ। ਸਾਡੇ ਨਾ ਇੱਥੇ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਹੁੰਦੇ ਸੀ, ਸਾਬਕਾ ਵਿਧਾਇਕ ਵੀਰੇ, ਐਮਐਲਏ ਰਹੇ ਸਰ ਜਗਦੇਵ ਸਿੰਘ ਜੱਸੋਵਾਲ, ਉਹ ਇੱਕ ਬੜੀ ਮਹਿੰਗੀ ਗੱਲ ਕਹਿੰਦੇ ਹੁੰਦੇ ਸੀ। ਉਹ ਕਹਿੰਦੇ ਉੱਡਦੀਆਂ ਮਗਰ ਭੱਜਣਾ ਨਹੀਂ ਤੇ ਪੈਰ ਥੱਲੇ ਆਇਆ ਬਟੇਰਾ ਛੱਡਣਾ ਨਹੀਂ। ਮੇਰਾ ਸਿਧਾਂਤ ਵੀ ਇਹੀ ਹੈ ਜੇ ਨਾ ਮਿਲ ਜਾਵੇ ਤੇ ਨਾ ਨਹੀਂ ਕਰਨੀ ਤੇ ਮੰਗਣਾ ਹੈ ਨਹੀਂ ਤੇ ਉਹਦੇ ਲਈ ਆ ਜਿਹੜੀ ਜਿਹੜੀ ਇੱਕ ਚੂਹੇ ਦੌੜ ਚ ਦੌੜ ਪੈਂਦੇ ਆਪਾਂ ਰੈਟ ਰੇਸ ਚ, ਉਹਦੇ ਸ਼ਾਮਿਲ ਨਹੀਂ ਹੋਣਾ। ਕਿਉਂਕਿ ਮੈਨੂੰ ਇਹ ਗੱਲ ਪਹਿਲੇ ਦਿਨ ਹੀ ਪਤਾ ਲੱਗ ਗਈ ਸੀ, ਮੇਰੇ ਉਸਤਾਦ ਨੇ ਦੱਸਤੀ ਸੀ ਡਾਕਟਰ ਐਸਪੀ ਸਿੰਘ ਨੇ ਕਿ ਚੂਹੇ ਦੌੜ ਨੂੰ ਜਿੱਤ ਕੇ ਵੀ ਬੰਦਾ ਸ਼ੇਰ ਨਹੀਂ ਬਣ ਜਾਂਦਾ, ਚੂਹਾ ਚੂਹਾ ਹੀ ਰਹਿੰਦਾ, ਚਾਹੇ ਚੂਹੇ ਦੌੜ ਦਾ ਜਿੱਤੂ ਹੀ ਕਹਾਏਗਾ ਨਾ ਉਹ। ਸੋ ਰੈਡ ਰੇਸ ਤੇ ਵੈਸੇ ਤਾਂ ਉਸਤਾਦ ਸ਼ਾਮਿਲ ਹੋਣੇ ਨੇ, ਤੁਸੀਂ ਆਪ ਹੀ ਦੱਸ ਦਿੱਤਾ ਇਹ ਸਿਹਤ ਦੇ ਇਹਦੇ ਚ ਅਦਬ ਦੇ ਹਵਾਲੇ ਨਾਲ ਤੁਹਾਡੇ ਉਸਤਾਦ ਕਿਹਨੂੰ ਮੰਨਦੇ ਹੋ? ਮੈਂ ਸਭ ਤੋਂ ਵੱਡਾ ਉਸਤਾਦ ਮੰਨਦਾ ਜ਼ਿੰਦਗੀ ਨੂੰ। ਇਹ ਰਾਹ ਦਸੇਰੇ ਨੇ ਸਾਡੇ ਅਧਿਆਪਕ ਜਿਹੜੇ ਨੇ, ਰਾਹ ਦਸੇਰੇ ਹੁੰਦੇ ਨੇ, ਇਹ ਤੁਹਾਨੂੰ ਕਲਾਸਰੂਮ ਟੀਚਿੰਗ ਨਹੀਂ ਕਰਦੇ, ਇਹ ਤੁਹਾਨੂੰ ਇਕੱਲੀਆਂ ਕਿਤਾਬਾਂ ਨਹੀਂ ਪੜ੍ਹਾਉਂਦੇ, ਇਹ ਤੁਹਾਨੂੰ ਜ਼ਿੰਦਗੀ ਨੂੰ ਪੜ੍ਹਨ ਦੇ ਲਿਆਕਤ ਦਿੰਦੇ ਆ। ਔਰ ਮੈਂ ਐਜੂਕੇਸ਼ਨ ਨੂੰ ਇਹੀ ਮੰਨਦਾ, ਔਰ ਮੈਂ ਹੁਣ ਤੱਕ ਆਪਣੇ ਸਟੂਡੈਂਟਸ ਨੂੰ ਇਹੀ ਗੱਲ ਕਹਿੰਦਾ ਰਿਹਾ, ਭਾਵੇਂ ਮੇਰੇ ਕਲਾਸਰੂਮ ਸਟੂਡੈਂਟ ਸੀਗੇ ਜਾਂ ਮੇਰੇ ਕੰਟੈਕਟ ਵਿੱਚ ਆਏ ਉਹ ਲੋਕ ਸਨ, ਜਸਵਿੰਦਰ ਭੱਲਾ ਹੈ, ਬਾਲਮਕੰਦ ਸ਼ਰਮਾ, ਸੁਖਨੈਣ ਹੈ, ਜਾਂ ਨਵਿਆਂ ਮੁੰਡਿਆਂ ਚੋਂ ਸੁਖਵਿੰਦਰ ਸੁੱਖੀ ਹੈ, ਜਾਂ ਹੋਰ ਲੋਕ ਨੇ ਕਈ ਸਾਰੇ, ਨਿਰਮਲ ਜੌੜਾ ਆ, ਸਾਰਿਆਂ ਨੂੰ ਇੱਕੋ ਗੱਲ ਹੀ ਕਹਿੰਦਾ ਹੁੰਦਾ ਸੀ ਕਿ ਤੁਸੀਂ ਇੱਕ ਫਰੇਮ ਦੇ ਅੰਦਰ ਰਹਿ ਕੇ, ਉਹ ਫਰੇਮ ਕਾਹਦਾ, ਉਹ ਧਰਤੀ ਦੀ ਮਰਿਆਦਾ ਦਾ ਫਰੇਮ ਹੈ, ਇਹਦੇ ਅੰਦਰ ਰਹਿ ਕੇ ਤੁਸੀਂ ਆਪਣੀ ਹਰ ਸਰਗਰਮੀ ਕਰਨੀ ਹੈ, ਤੁਹਾਡੀ ਜ਼ਬਾਨ ਤੋਂ ਬੋਲਿਆ ਹਰ ਸ਼ਬਦ ਕਦੇ ਵੀ ਕਿਸੇ ਦੀ ਜ਼ਾਤ ਨੂੰ, ਕਿਸੇ ਦੀ ਔਕਾਤ ਨੂੰ ਜੇਕਰ ਹੀਣ ਭਾਵ ਦਿੰਦਾ ਤਾਂ ਸਮਝੋ ਕਿ ਤੁਹਾਡੀ ਸੰਸਥਾ ਦੀ ਹੇਠ ਹੀ ਹੈ, ਤੁਹਾਡੀ ਹੇਠ ਹੀ ਨਹੀਂ ਹੈ, ਤੁਹਾਡੇ ਟੀਚਰ ਦੀ ਹੇਠ ਹੀ ਹੈ ਕਿ ਤੁਹਾਨੂੰ ਸਭ ਕੋਈ ਨੇ ਗਲਤ ਦਿੱਤਾ। ਸੋ ਮੈਂ ਸਮਝਦਾ ਕਿ ਸਾਡੇ ਸਾਹਾਂ ਸਵਾਸਾਂ ਚ ਧਰਤੀ ਦੀ ਮਰਿਆਦਾ ਵੱਧ ਮਹੱਤਵਪੂਰਨ ਹੋਣੀ ਚਾਹੀਦੀ ਹੈ। ਧਰਤੀ ਦੀ ਮਰਿਆਦਾ ਸਾਨੂੰ ਇਹ ਸਿਖਾਉਂਦੀ ਹੈ ਕਿ ਵੱਡਾ ਬੰਦਾ ਉਹ ਨਹੀਂ ਹੁੰਦਾ ਜਿਹੜਾ ਵੱਡੀਆਂ ਗੱਲਾਂ ਕਰੇ, ਵੱਡਾ ਬੰਦਾ ਉਹ ਹੁੰਦਾ ਜਿਹਦੇ ਕੋਲ ਬੈਠਿਆਂ ਨਿੱਕੇ ਬੰਦੇ ਨੂੰ ਵੀ ਆਪਣਾ ਆਪ ਨਿਕੱਦਾ ਨਾ ਲੱਗੇ, ਉਹਨੇ ਲੱਗੇ ਕਿ ਮੈਂ ਏਡਾ ਛੋਟਾ ਨਹੀਂ ਹਾਂ। ਸਾਡੇ ਡਾਕਟਰ ਐਸ ਐਸ ਜੌਹਲ ਨੇ ਯੂਨੀਵਰਸਿਟੀ ਚ, ਇੱਥੇ ਸਾਡੇ ਵਾਈਸ ਚਾਂਸਲਰ ਵੀ ਰਹੇ ਨੇ ਥੋੜਾ ਸਮਾਂ, ਪੰਜਾਬ ਯੂਨੀਵਰਸਿਟੀ ਦੇ ਲੰਬਾ ਸਮਾਂ ਵਾਈਸ ਚਾਂਸਲਰ ਨੇ, ਉਮਰ ਦਰਾਜ਼ ਨੇ ਇਸ ਵਕਤ ਲਗਭਗ 93-94 ਸਾਲ ਦੇ ਨੇ, ਮੇਰੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਪ੍ਰਧਾਨ ਰਹੇ ਨੇ, ਜਿਹਦੇ ਬਾਅਦ ਚ ਮੈਂ ਪ੍ਰਧਾਨ ਬਣਿਆ। ਉਹ ਜਿੰਨੀ ਸਾਦਗੀ ਨਾਲ ਤੁਹਾਨੂੰ ਮਿਲਦੇ ਆ, ਜਿੰਨੀ ਮੁਹੱਬਤ ਨਾਲ ਤੁਹਾਨੂੰ ਅੱਜ ਵੀ ਮਿਲਦੇ ਆ, ਯਾਰ ਜੀ ਕਰਦਾ ਵੀ ਯਾਰ ਵਕਤ ਖਲੋ ਜਾਵੇ। ਪਰ ਮੋਹਨ ਸਿੰਘ ਨੇ ਕਿਹਾ ਨਾ ਕਿ ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਬੰਨੋ ਵੇ ਕੋਈ ਪਹਾੜ ਸਮੇਂ ਦੇ ਪੈਰੀ, ਰੋਕੋ ਵੇ ਕੋਈ ਰਾਤ ਦਿਵਸ ਦੇ ਗੇੜੇ, ਨੀ ਅੱਜ ਕੋਈ ਆਇਆ ਸਾਡੇ ਵਿਹੜੇ। ਡਾਕਟਰ ਜੌਹਲ ਨੇ ਕੋਈ ਬੈਠਿਆ ਲੱਗਦਾ ਹੁੰਦਾ ਕਿ ਯਾਰ ਘੜੀਆਂ ਰੋਕ ਕਿਉਂ ਨਹੀਂ ਜਾਂਦੀਆਂ, ਇਹ ਕਰੀ ਜਾਣ ਗੱਲਾਂ, ਨਿੱਕੀਆਂ ਨਿੱਕੀਆਂ ਗੱਲਾਂ ਕਰੀ ਜਾਣ, ਅਸੀਂ ਸੁਣੀ ਜਾਈਏ। ਇਹ ਆ ਜਿਹਨੂੰ ਅੰਮ੍ਰਿਤਾ ਪ੍ਰੀਤਮ ਨੇ ਕਿਹਾ ਨਾ ਕਿ ਮਾਣ ਸੁੱਚੇ ਇਸ਼ਕ ਦਾ ਹੈ, ਹੁਨਰ ਦਾ ਦਾਵਾ ਨਹੀਂ। ਇਹੀ ਗੱਲ ਡਾਕਟਰ ਐਮ ਐਸ ਰੰਧਾਵਾ ਸਾਹਿਬ ਦੀ ਸੀ, ਜਿਹੜੇ ਮੇਰੇ ਵਾਈਸ ਚਾਂਸਲਰ ਵੀ ਰਹੇ ਔਰ ਮੇਰੇ ਤੋਂ ਪਹਿਲਾਂ ਭਾਵੇਂ ਰਹੇ, ਮੇਰੇ ਤੋਂ ਪ੍ਰਧਾਨ ਰਹੇ ਪੰਜਾਬੀ ਸਾਹਿਤ ਅਕਾਡਮੀ ਦੇ, ਉਹਨਾਂ ਕੋਲ ਬੈਠਿਆਂ ਤੁਹਾਨੂੰ ਸਬਕ ਮਿਲਦੇ ਸੀ, ਉਹ ਤੁਹਾਨੂੰ ਜ਼ਬਾਨ ਬਾਰੇ ਗੱਲਾਂ ਅਣਬੋਲੀਆਂ ਦੱਸਦੇ ਸੀ, ਆਪਣੇ ਵਿਹਾਰ ਚੋਂ ਦੱਸਦੇ ਸੀ,
एक बार गल्लां दसण लग गए, कहिंदे जदों मैं 1932 दे विच एमएससी करदा सी पंजाब यूनिवर्सिटी लाहौर दे विच, ते मेरे थीसिस वास्ते जिहड़ी ड्राइंग्स बनाउणियां सी ਉਹ ਸਰਦਾਰ ਸੋਭਾ ਸਿੰਘ ਆਰਟਿਸਟ ਤੋਂ ਮੈਂ ਬਣਵਾਈਆਂ, ਜਿਹਨੂੰ ਨਾ ਕੋਈ ਉਹਨੂੰ ਨਾ ਕੋਈ ਉਹਨੂੰ ਜਾਣਦਾ ਸੀ, ਨਾ ਕੋਈ ਮੈਨੂੰ ਜਾਣਦਾ ਸੀ। ਹੁਣ ਇਹ ਕਿੱਡੀ ਵੱਡੀ ਗੱਲ ਹੈ ਕਿ ਉਹਨੇ ਮੇਰੀਆਂ ਡਰਾਇੰਗਸ ਬਣਾਈਆਂ, ਨਾ ਕੋਈ ਮੈਨੂੰ ਜਾਣਦਾ ਸੀ, ਨਾ ਕੋਈ ਉਹਨੂੰ ਜਾਣਦਾ ਸੀ। ਤੇ ਅੱਜ ਮੈਨੂੰ ਇੰਝ ਲੱਗਦਾ ਕਿ ਜੇ ਅੰਬਰ ਕੁਛ ਬੰਦਿਆਂ ਦੇ ਸਿਰ ਦੇ ਉੱਤੇ ਖੜਾ ਨਾ, ਥਰੇ ਥੰਮ ਬਣ ਕੇ ਬੰਦੇ ਜਿਹੜੇ ਖੜੇ ਆ, ਉਹਨਾਂ ਚੋਂ ਇੱਕ ਥੰਮ ਲਾਜ਼ਮੀ ਤੌਰ ਤੇ ਡਾਕਟਰ ਐਮ ਐਸ ਰੰਧਾਵਾ, ਤੇ ਇੱਕ ਥੰਮ ਬੜੇ ਆਸਾਨੀ ਨਾਲ ਕਹਿ ਸਕਦਾ ਕਿ ਸਰਦਾਰ ਸੋਭਾ ਸਿੰਘ ਆਰਟਿਸਟ ਹੈ। ਉਹਨਾਂ ਦੀ ਗੱਲ ਮੈਨੂੰ ਭੁੱਲਦੀ ਨਹੀਂ ਕਦੇ, ਡਾਕਟਰ ਐਮ ਐਸ ਰੰਧਾਵਾ ਦੀ। ਉਹ ਲਿਖਦੇ ਨੇ ਇੱਕ, ਉਹਨਾਂ ਦੀ ਕਿਤਾਬ ਹੈ ਆਪ ਬੀਤੀ, ਉਹਦੇ ਇੱਕ ਫੋਟੋ ਅੱਜ ਛਪੀ ਹੋਈ, ਕਹਿੰਦਾ ਜਦੋਂ ਮੈਂ ਚੰਡੀਗੜ੍ਹ ਦੇ ਚੀਫ ਕਮਿਸ਼ਨਰ ਦਾ ਅਹੁਦਾ ਛੱਡਿਆ ਤਾਂ ਆਹ ਫਲਾਂ 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 ਬੰਦੇ ਮੈਨੂੰ ਅਲਵਿਦਾ ਕਹਿਣ ਆਏ, ਫੇਅਰਵੈਲ ਪਾਰਟੀ ਦੇ ਆਏ। ਫੇਅਰਵੈਲ ਪਾਰਟੀ ਦਾ ਕਹਿੰਦੇ ਫਿਰ ਪੋਲਾਂ 'ਚ ਲਿਖਦੇ ਨੇ, ਮਗਰੋਂ ਸਾਰੇ ਪੰਜਾਬ ਦੇ ਮੁੱਖ ਮੰਤਰੀ ਬਣੇ। ਇਹ ਹੈ ਖੂਬਸੂਰਤੀ। ਜਾਂ ਉਹਨਾਂ ਦੀ ਫੈਮਿਲੀ ਫੋਟੋਗ੍ਰਾਫ ਹੈ ਇੱਕ, ਆਪਣੇ ਪਿਤਾ ਜੀ ਸਰਦਾਰ ਸ਼ੇਰ ਸਿੰਘ ਦੇ ਨਾਲ, ਆਪਣੇ ਜੋੜੇ ਭਰਾ ਰਜਿੰਦਰ ਸਿੰਘ ਦੇ ਨਾਲ, ਮਾਤਾ ਜੀ ਨੇ, ਹੋਰ ਭੈਣ ਭੈਣ ਹਰਬੰਸ ਕੌਰ ਨਾਲ ਹੈ। ਉਹਦੇ 'ਚ ਫੋਟੋ ਦਾ ਕੈਪਸ਼ਨ ਥੱਲੇ ਲਿਖਦੇ ਨੇ ਕਿ ਆਪਣੇ ਪਿਤਾ ਜੀ ਸਰਦਾਰ ਸ਼ੇਰ ਸਿੰਘ ਅਤੇ ਮਾਤਾ ਜੀ ਦੇ ਨਾਲ ਅਸੀਂ ਸਾਰੇ ਭੈਣ ਭਰਾ ਇੱਕ ਗਰੁੱਪ ਫੋਟੋ 'ਚ, ਆ ਫਲਾਣਾ ਆ ਫਲਾਣਾ ਆ ਫਲਾਣਾ, ਖੱਬੇ ਪਾਸੇ ਘੂਰੀ ਵੱਟੀ ਮੈਂ ਬੈਠਾ ਹਾਂ। ਆਇਆ ਜ਼ਿੰਦਗੀ ਨੂੰ ਜਿਉਣ ਦਾ ਇੱਕ ਅੰਦਾਜ਼। ਔਰ ਉਹ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਦੀ ਜਿਹੜੀ ਸਰਦਾਰਨੀ ਸੀ, ਜਿਹੜੀ 2 ਸਾਲ ਪਹਿਲਾਂ ਜਿਹਨਾਂ ਦੀ ਮੌਤ ਹੋਈ ਹੈ, ਸਰਦਾਰਨੀ ਇਕਬਾਲ ਕੌਰ, ਉਹ ਗੋਜਰੇ 'ਚ ਬੜੇ ਮਸ਼ਹੂਰ ਡਾਕਟਰ ਹੁੰਦੇ ਸੀ ਅੱਖਾਂ ਦੇ, ਡਾਕਟਰ ਹਰਭਜਨ ਸਿੰਘ, ਉਹਨਾਂ ਦੀ ਬੇਟੀ ਸੀ। ਗੋਜਰੇ ਵਾਲੇ ਡਾਕਟਰ ਸਾਹਿਬ ਉਹ ਸਨ ਜਿਹਨਾਂ ਨੂੰ ਈਵਨ ਇਸ ਪੰਜਾਬ 'ਚੋਂ ਵੀ ਪਾਰਟੀਸ਼ਨ ਤੋਂ ਪਹਿਲਾਂ ਲੋਕੀ ਅੱਖਾਂ ਬਣਵਾਉਣ ਗੋਜਰੇ ਜਾਂਦੇ ਹੁੰਦੇ ਸੀ। ਕਿੰਨੇ ਸਾਲ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਾਂ ਉਹਨਾਂ ਦੀ ਸੰਸਥਾ ਜਾਂ ਕਿਸੇ ਅਕੈਡਮੀ 'ਚ ਮੈਨੂੰ ਪਤਾ ਲੱਗਾ ਤੁਸੀਂ ਕੋਈ ਕੰਮ ਕੀਤਾ? ਪ੍ਰੋਫੈਸਰ ਮੋਹਨ ਸਿੰਘ ਲੁਧਿਆਣੇ 'ਚ 1970 'ਚ ਆਉਂਦੇ ਨੇ ਔਰ ਮੈਂ 1971 'ਚ ਆਇਆ। ਉਹ ਇੱਥੇ ਪ੍ਰੋਫੈਸਰ ਮੈਰੀਟਸ ਬਣ ਕੇ ਡਾਕਟਰ ਐਮ ਐਸ ਰੰਧਾਵਾ ਜੀ ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਲੈ ਕੇ ਆਏ ਸਨ ਔਰ ਉਹਨਾਂ ਵਾਸਤੇ ਇੱਕ ਡਿਪਾਰਟਮੈਂਟ ਸ਼ੁਰੂ ਕੀਤਾ ਗਿਆ ਸੀ, ਪੰਜਾਬੀ ਭਾਸ਼ਾ ਸੱਭਿਆਚਾਰ ਤੇ ਸਾਹਿਤ ਦੇ ਨਾਲ ਪੱਤਰਕਾਰੀ ਦਾ ਵਿਭਾਗ। ਔਰ ਉਹਨਾਂ ਦੇ ਆਉਣ ਤੋਂ ਜਦੋਂ ਅਗਲੇ ਸਾਲ ਮੈਂ ਆ ਗਿਆ ਤਾਂ ਜਿੰਨੀਆਂ ਸਰਗਰਮੀਆਂ ਸਾਡੇ, ਉਦੋਂ ਕੇਂਦਰ 2 ਹੁੰਦੇ ਸੀ ਵੱਡੇ ਕੇਂਦਰ ਸਾਹਿਤਕ ਸਰਗਰਮੀਆਂ ਦੇ, ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿੱਥੇ ਡਾਕਟਰ ਐਸ ਐਨ ਸੇਵਕ ਯੰਗ ਰਾਈਟਰ ਐਸੋਸੀਏਸ਼ਨ ਬਹੁਤ ਸਰਗਰਮੀਆਂ ਕਰਦੇ ਸੀ, ਔਰ ਦੂਸਰਾ ਕੇਂਦਰ ਉਦੋਂ ਜੀ ਜੀ ਐਨ ਖਾਲਸਾ ਕਾਲਜ ਸੀ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ, ਜਿਹੜਾ ਗੁਜਰਾਂਵਾਲੇ ਤੋਂ 47 ਤੋਂ ਬਾਅਦ ਜੁੜ ਕੇ ਇੱਥੇ ਆ ਕੇ ਅਸਟੈਬਲਿਸ਼ ਹੋਇਆ, ਸਥਾਪਿਤ ਹੋਇਆ। ਔਰ ਪ੍ਰੋਫੈਸਰ ਮੋਹਨ ਸਿੰਘ ਸਾਡੀ ਹਰ ਸਰਗਰਮੀ 'ਚ ਆਉਂਦੇ ਹੁੰਦੇ ਸੀ ਔਰ ਡਾਕਟਰ ਐਸ ਪੀ ਸਿੰਘ ਹੋਰਾਂ ਨੇ ਸਾਨੂੰ ਅਕਸਰ ਭੇਜਿਆ ਕਰਨਾ, ਪ੍ਰਿੰਸ ਸਰਦੂਲ ਸਿੰਘ ਹੋਰੀ ਸਾਡੇ ਹੁੰਦੇ ਸੀ ਜਿਹੜੇ, ਉਹਨਾਂ ਨੇ ਆਖਿਆ ਕਰਨਾ ਕਿ ਪ੍ਰੋਫੈਸਰ ਮੋਹਨ ਸਿੰਘ ਨੂੰ ਕਾਰਡ ਤੁਸੀਂ ਦੇਣ ਜਾਣਾ। ਜਦੋਂ ਅਸੀਂ ਕਾਰਡ ਦੇਣ ਜਾਣਾ ਤੇ ਸਿਆਲਾਂ ਦਿਨਾਂ ਦੇ ਵਿੱਚ ਬਹੁਤੀ ਵਾਰੀ ਉਹਨਾਂ ਦੇ ਓਵਰਕੋਟ ਪਾਇਆ ਹੁੰਦਾ ਸੀ ਵੱਡਾ ਸਾਰਾ, ਤੇ ਉਹਨਾਂ ਨੇ ਕਹਿਣਾ ਕਾਕਾ ਜੀ ਬੈਠ ਜਾਓ, ਸਟਾਈਲ ਸੀ ਉਹਨਾਂ ਦਾ, ਉਹ ਬੇਟਾ ਜੀ ਬੈਠ ਜਾਓ, ਕਾਫੀ ਪੀਂਦੇ ਆ। ਉਹਨਾਂ ਪੋਲੇ ਪੋਲੇ ਮਟਕਦੀ ਤਾਂ ਚਾਲ ਨਾ ਜਾ ਕੇ, ਤੇ ਜਾ ਕੇ ਜਿਹੜੀ ਥਾਪਰ ਹਾਲ ਕੰਟੀਨ ਸੀ ਉਹਦੇ ਕੋਲੋਂ ਜਾ ਕੇ ਉਹਨੂੰ ਕਹਿਣਾ, ਗੁਲਜ਼ਾਰ ਸੀ ਸ਼ਾਇਦ ਕੰਟਰੈਕਟਰ ਉਦੋਂ, ਗੁਲਜ਼ਾਰ ਇੰਨੇ ਕਾਫੀ ਦੇ ਪਿਆਲੇ ਮੇਰੇ ਕਮਰੇ 'ਚ ਭੇਜ ਦੇ, ਕਾਫੀ ਆਉਣੀ। ਫਿਰ ਉਹਨਾਂ ਨੇ ਕਹਿਣਾ ਜੇ ਮਿੱਠਾ ਪਾਉਣਾ ਪਾ ਲਓ, ਮੈਂ ਨਹੀਂ ਪਾਉਣਾ। ਫਿਰ ਉਹਨੇ ਕਹਿਣਾ, ਕਹਿੰਦੇ ਮੈਨੂੰ ਇਹ ਗੱਲ ਲਾਹੌਰ 'ਚ ਸਿਖਾਈ ਸੀ ਕਿਸੇ ਮੇਰੇ ਉਸਤਾਦ ਨੇ ਕਿ ਪਿਆਲੀ 'ਚ ਖੰਡ ਖੋਰਦਿਆਂ ਖੜਾਕ ਨਹੀਂ ਹੋਣਾ ਚਾਹੀਦਾ, ਆਵਾਜ਼ ਨਹੀਂ ਹੋਣੀ ਚਾਹੀਦੀ। ਕਹਿੰਦੇ ਇਹ ਖੜਾਕ ਜਿਹੜਾ ਹੈ ਨਾ, ਤੁਹਾਡੀ ਚੁੱਪ ਦੀ ਬਿਰਤੀ ਨੂੰ ਤੋੜਦਾ ਹੈ। ਬਹੁਤ ਬਰੀਕ ਬੁੱਧ ਸੀ ਉਹ, ਬਹੁਤ ਬਰੀਕ ਬੁੱਧ ਸੀ। ਇੰਨਾ ਜ਼ਿਆਦਾ ਉਹਨਾਂ ਦਾ ਸੀ ਅੰਦਾਜ਼ ਨਾ, ਜਿਹੜਾ ਉਹਨਾਂ ਦਾ ਮੁਹੱਬਤ ਦਾ ਅੰਦਾਜ਼ ਸੀ, ਆਪਣੇ ਤੋਂ ਨਿੱਕਿਆਂ ਨੂੰ ਪਿਆਰ ਦੇਣ ਦਾ ਅੰਦਾਜ਼। ਕਈ ਵਾਰ ਮੈਂ ਔਰ ਮੇਰਾ ਮਿੱਤਰ ਹੈ ਸ਼ਮਸ਼ੇਰ ਸਿੰਘ ਸੰਧੂ, ਮੇਰੇ ਤੋਂ ਇੱਕ ਸਾਲ ਅੱਗੇ ਪੜ੍ਹਦਾ ਸੀ, ਜਿਹੜਾ ਗੀਤਕਾਰੀ 'ਚ ਬੜਾ ਵੱਡਾ ਨਾਂ, ਜਿਹਦਾ ਬੜਾ ਨੋਨ ਗੀਤ ਹੈ, ਪੇਕੇ ਹੁੰਦੇ ਮਾਵਾਂ ਨਾਲ ਜਾਂ ਤੂੰ ਨੀ ਬੋਲਦੀ ਦੁਕਾਨੇ ਤੂੰ ਨੀ ਬੋਲਦੀ, ਉਹਨੇ ਕਈ ਸਾਰੇ ਗੀਤ ਲਿਖੇ ਆ ਵੈਸੇ, ਬੇਸਿਕ ਕਈ ਕੁਛ ਉਹਨੇ ਲਿਖਿਆ, ਤੇ ਉਹਦੇ ਚੋਂ ਮਤਲਬ ਬੇਸਿਕਲੀ ਉਹ ਕਹਾਣੀਕਾਰ ਬੜਾ ਅੱਛਾ ਸੀ, ਵਾਰਤਕ ਬੜੀ ਸੋਹਣੀ ਲਿਖਦਾ, ਪਾਸ਼ ਬਾਰੇ ਕਿਤਾਬ ਬੜੀ ਅੱਛੀ ਲਿਖੀ ਉਹਨੇ। ਤੇ ਅਸੀਂ ਦੋਵੇਂ ਜਣੇ ਗਏ ਹੋਏ ਤੇ ਦਰਵਾਜ਼ਾ ਖੜਕਾਇਆ ਜਾ ਕੇ ਘਰ ਦਾ, ਤੇ ਪ੍ਰੈਸ ਸਾਹਿਬ ਬਾਹਰ ਨਿਕਲੇ, ਸਿਰ ਤੇ ਪਟਕਾ ਬੰਨਿਆ ਹੋਇਆ ਸੀ, ਪਟਕਾ ਮਤਲਬ ਹੁਣ ਤਾਂ ਸਾਰੇ ਕੇਸਰੀ ਬੰਨੀ, ਫਿਰ ਸਾਡੇ ਅੱਗੇ ਵੀ ਉਹ ਸਿਰ ਤੇ ਨਾ ਮਫਲਰ ਬੰਨਦੇ ਹੁੰਦੇ ਸੀ ਅਕਸਰ ਸਿਆਲਾਂ 'ਚ, ਤੇ ਵੇਖਣ ਸਾਰ ਦਰਵਾਜ਼ਾ ਨਹੀਂ ਖੋਲਿਆ ਨਾ, ਸਾਨੂੰ ਵੇਖਣ ਸਾਰ ਪਰਤ ਗਏ। ਉਹ ਭਾਈ ਸੁਰਜੀਤ, ਉਹਨਾਂ ਦੀ ਘਰਵਾਲੀ ਦਾ ਨਾਂ ਸੁਰਜੀਤ ਸੀ,
ਸੁਰਜੀਤ ਚਾਹ ਧਰ ਦੇ, ਮੁੰਡੇ ਆ ਗਏ ਨੇ, ਇਹ ਹੁਣ 1 ਘੰਟਾ ਮੇਰੇ ਕੋਲ ਰਹਿਣਗੇ, ਦੁਬਾਰਾ ਆ ਕੇ ਟਾਈਮ ਨਹੀਂ ਜਮਾਦਾ ਖੋਲ ਕੇ ਸਾਨੂੰ ਦੱਸਦਾ। ਨਹੀਂ, ਇਸ ਵਾਸਤੇ ਟਾਈਮ ਦੱਸਿਆ ਕਿ ਸਾਨੂੰ ਦੱਸਿਆ ਉਹਨਾਂ ਨੇ ਟਾਈਮ, ਘਰ ਵਾਲੇ ਨੇ ਨਹੀਂ ਦੱਸਿਆ, ਸਾਨੂੰ ਦੱਸਿਆ ਕਿ ਪੁੱਤਰ ਜੇ ਆਇਓ ਤਾਂ ਘੰਟਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ, ਜਾਣ ਨਹੀਂ ਦੇਣਾ, ਗੱਲਾਂ ਕਰਨੀਆਂ। ਫਿਰ ਕਹਿਣਾ ਸੁਰਜੀਤ ਤੂੰ ਕਿੰਨੇ ਸੋਹਣੇ ਪਕੌੜੇ ਬਣਾਏ ਸੀ ਉਸ ਦਿਨ ਜਿੱਦਣ ਪਾਤਰ ਮਿਲਣ ਆਇਆ ਸੀ, ਜਾਂ ਫਲਾਂ ਬਿਰਕ ਜਿੱਦਣ ਆਇਆ ਸੀ, ਤੂੰ ਕਿੰਨੇ ਸੋਹਣੇ ਪਕੌੜੇ ਬਣਾਏ ਸੀ। ਮੈਂ ਜੇ ਅੱਜ ਕਹਾਂ ਤੇ ਬਣ ਸਕਦੇ ਨੇ? ਉਹਨਾਂ ਕਹਿਣਾ ਪਿਆਰ ਸਾਹਿਬ ਕਿਉਂ ਨਹੀਂ ਬਣ ਸਕਦੇ? ਔਰ ਸੱਚ ਜਾਣਿਓ ਜਿੰਨਾ ਪਿਆਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਕੀਤਾ ਹੋਏਗਾ, ਲਗਭਗ ਉਹਨਾਂ ਪਿਆਰ ਹੀ ਅਸੀਂ ਉਹਨਾਂ ਤੋਂ, ਜਾਂ ਕਿਣਕਾ ਮਾਤਰ ਘੱਟ ਕਹਿ ਲਓ, ਅਸੀਂ ਉਹਨਾਂ ਤੋਂ ਹਾਸਲ ਕੀਤਾ। 7 ਸਾਲ ਅਸੀਂ ਉਹਨਾਂ ਦੀ ਜੀਵਨ ਯਾਤਰਾ ਦੇ ਅੰਗ ਸੰਗ ਰਹੇ। ਔਰ ਉਦੋਂ ਪ੍ਰੋਫੈਸਰ ਮੋਹਨ ਸਿੰਘ ਹੋਰੀ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸੈਕਟਰੀ ਸੀਗੇ, ਡਾਕਟਰ ਐਮ ਐਸ ਰੰਧਾਵਾ ਪ੍ਰੈਜ਼ੀਡੈਂਟ ਸਨ। ਅਸੀਂ ਤਾਂ ਬੱਚੇ ਸਾਂ, ਖੈਰ ਐਵੇਂ ਕਹੀਏ, ਗ੍ਰੈਜੂਏਸ਼ਨ ਕਰਦੇ ਸੀ, ਬਹੁਤਾ ਆਦਾਨ ਪ੍ਰਦਾਨ ਉਸ ਕਿਸਮ ਦਾ ਅਕੈਡਮੀ ਨਾਲ ਨਹੀਂ ਸੀ। ਪਰ ਇੱਕ ਗੱਲ ਮੈਂ ਅੱਜ ਔਨ ਰਿਕਾਰਡ ਕਹਿਣਾ ਚਾਹੁੰਦਾ ਕਿ ਜਿਹੜਾ ਪੰਜਾਬੀ ਭਵਨ ਅੱਜ ਉਸਰਿਆ ਹੋਇਆ, ਸਟਰਕਚਰ ਢਾਂਚਾ ਜਿਹੜਾ ਉਸਰਿਆ, ਉਹ ਉਦੋਂ ਉਸਰਿਆ ਜਦੋਂ ਡਾਕਟਰ ਐਮ ਐਸ ਰੰਧਾਵਾ ਪ੍ਰਧਾਨ ਸਨ ਔਰ ਪ੍ਰੋਫੈਸਰ ਮੋਹਨ ਸਿੰਘ ਉਹਦੇ ਜਨਰਲ ਸੈਕਟਰੀ ਸਨ। ਉਹਨਾਂ ਨੇ ਯੂਨੀਵਰਸਿਟੀ ਦੇ ਇੰਜੀਨੀਅਰਾਂ ਤੋਂ ਉਹਨੂੰ ਕੰਸਟਰਕਟ ਕਰਵਾਇਆ। ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਪ੍ਰਾਪਤੀ ਹੈ, ਬੜਾ ਵੱਡਾ ਗਿਫਟ ਹੈ ਲੁਧਿਆਣੇ ਨੂੰ ਉਹਨਾਂ ਦਾ। ਅੱਛਾ ਪ੍ਰੋਫੈਸਰ ਸਾਹਿਬ, ਪ੍ਰੋਫੈਸਰ ਮੋਹਨ ਸਾਹਿਬ ਦੀ ਗੱਲ ਹੋਣ ਡਈ ਸੀ। ਮੈਂ ਇੱਕ ਤੁਸੀਂ ਲਿਖੀ ਆ ਖੈਰ ਪੰਜਾਬ ਪਾਣੀਆਂ ਦੀ, 2005 ਦੇ ਸ਼ਾਇਦ ਛਪੀ ਤੁਹਾਡੀ, ਹਾਂ ਜੀ, ਹਾਂ ਜੀ। ਉਹ ਉਹਨੂੰ ਕਿਸ ਸੋਚ ਤੇ ਮੁਹਿਤ, ਉਹਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ? ਉਹਦੀ ਬੜੀ ਸੁਣੀ ਹੈ ਮੈਂ, ਖੈਰ ਪੜ੍ਹਿਆ ਤੇ ਨਹੀਂ ਮੈਂ ਉਹਨੂੰ, ਬਿਲਕੁਲ ਜਿਹੜੇ ਅਦਬ ਨਾਲ ਤਾਲੁਕ ਰੱਖਣ ਵਾਲੇ ਲੋਕ ਨੇ ਉਹਨਾਂ ਦੀ ਰਾਹੀਂ ਮੇਰੇ ਤੱਕ ਵੀ ਗੱਲ ਪਹੁੰਚੀ ਹੈ। ਉਹ ਕਿਸੇ ਦੋਸਤ ਮੇਰੇ ਨੇ ਮੈਨੂੰ ਦੱਸਿਆ ਕਿ ਉਹਦੇ ਵਿੱਚ ਪ੍ਰੋਫੈਸਰ ਸਾਹਿਬ ਨੇ ਬਹੁਤ ਅੱਛੇ ਅੰਦਾਜ਼ ਦੇ ਨਾਲ ਖੈਰ ਪੰਜਾਬ ਪਾਣੀਆਂ ਦੀ, ਉਹਦੇ ਵਿੱਚ ਅਸਲ ਨਾ ਤੇ ਇਧਰਲਾ ਪੰਜਾਬ ਨਾ ਉਧਰਲਾ ਪੰਜਾਬ, ਪੰਜਾਬ ਪਾਣੀਆਂ ਦੀ ਗੱਲ ਕਰ ਸਾਰੀ ਲਿਖ ਛੱਡੀ। ਅਸਲ ਦੇ ਵਿੱਚ ਜਿਹੜੀ ਗੱਲ ਹੈ ਨਾ, ਜਿਹੜੀ ਮੈਨੂੰ ਚੀਜ਼ ਬੜੀ ਹਾਂਟ ਕਰਦੀ, ਮੈਂ ਪਹਿਲਾਂ ਵੀ ਤੁਹਾਡੇ ਨਾਲ ਹਵਾਲਾ ਦੇ ਚੁੱਕਿਆ ਉਸ ਗੱਲ ਦਾ, ਉਹ ਇਹ ਆ ਕਿ ਜਿਹੜਾ ਮੇਰਾ ਅਦਬ ਹੈ, ਮੇਰਾ ਸਾਹਿਤ ਹੈ, ਉਹ ਰਾਵੀ ਦੇ ਉਰਪਾਰ ਉਰਵਾਰ ਪਾਰ ਤੁਰਿਆ ਫਿਰਦਾ। ਉਹ ਦਰਿਆਵਾਂ ਦੀ ਖੈਰ ਮੰਗਦਾ, ਉਹਨਾਂ ਪੰਜਾਂ ਦਰਿਆਵਾਂ ਦੀ ਖੈਰ ਮੰਗਦਾ, ਜਿਹੜੇ ਪੰਜੇ ਦਰਿਆ ਇਸ ਧਰਤੀ ਤੇ ਵਹਿੰਦੇ ਸਿੰਜਦੇ ਨੇ। ਉਹ ਕਿਸੇ ਜੋਗ੍ਰਾਫਿਕਲ ਪੰਜਾਬ ਦਾ ਗੁਲਾਮ ਨਹੀਂ ਹੈ ਜਿਹੜਾ ਮੇਰਾ ਪੰਜਾਬ ਹੈ, ਉਹ ਉਹ ਸਮੂਲਚੇ ਪੰਜਾਬ ਦਾ ਕਲਾਮ ਹੈ ਜਿਹਦੇ ਵਿੱਚ ਪੀੜਾਂ ਸਾਂਝੀਆਂ ਨੇ, ਦਰਦਾਂ ਸਾਂਝੀਆਂ ਨੇ। ਔਰ ਜਦੋਂ 2005 ਦੇ ਵਿੱਚ ਵਰਲਡ ਪੰਜਾਬੀ ਕਾਨਫਰੰਸ ਹੋਣੀ ਸੀਗੀ ਤੇ ਸਾਨੂੰ ਸੱਦਾ ਪੱਤਰ ਤਾਂ ਆ ਗਿਆ ਪਰ ਵੀਜ਼ਾ ਨਾ ਮਿਲਿਆ। ਉਹਦਾ ਕੀ ਕਾਰਨ ਹੋਏਗਾ ਇਹ ਮੈਂ ਕੁਛ ਕਹਿ ਨਹੀਂ ਸਕਦਾ, ਪਰ ਵੀਜ਼ਾ ਨਾ ਮਿਲਿਆ। ਉਸ ਕਾਨਫਰੰਸ ਜਾਣ ਵੇਲੇ ਮੈਨੂੰ ਕਿਸੇ ਨੇ ਇਹ ਗੱਲ ਕਹੀ ਕਿ ਮਿੱਤਰਾ ਜੇ ਤੂੰ ਜਾਣਾ ਉੱਥੇ ਤਾਂ ਤੂੰ ਆਪਣਾ ਕੁਛ ਕਲਾਮ ਸ਼ਾਹਮੁਖੀ ਚ ਕਰਕੇ ਨਾਲ ਲੈ ਜਾ। ਉਹ ਕਿਤਾਬ ਅਸੀਂ ਸਰਦਾਰ ਪੰਛੀ ਸਾਹਿਬ ਸਾਡੇ ਬੜੇ ਵੱਡੇ ਸ਼ਾਇਰ ਨੇ, ਉਹਨਾਂ ਨੂੰ ਮੈਂ ਕਹਿ ਕੇ ਤੇ ਉਹਨੂੰ ਸ਼ਾਹਮੁਖੀ ਚ ਕਰਵਾ ਲਿਆ। ਤੇ ਮੇਰੇ ਇੱਕ ਹੋਰ ਮਿੱਤਰ ਹੁੰਦੇ ਸੀ ਪੁਰਦਮਨ ਸਿੰਘ ਬੇਦੀ, ਉਹ ਕਹਿਣ ਲੱਗੇ ਯਾਰ ਜੇ ਛਾਪਣੀ ਛਾਪਣੀ ਕਿਤਾਬ ਤੇ ਨਾਲ ਆਪਾਂ ਗੁਰਮੁਖੀ ਚ ਵੀ ਨਾਲ ਛਾਪ ਲਈਏ। ਮੈਂ ਕਿਹਾ ਠੀਕ ਹੈ ਜੀ। ਅਸੀਂ ਉਸ ਕਿਤਾਬ ਦਾ ਇੱਕ ਉਹ ਐਡੀਸ਼ਨ ਤਿਆਰ ਕਰ ਲਿਆ ਜਿਹਦੇ ਵਿੱਚ ਪਹਿਲਾਂ ਇੱਕ ਪਾਸਿਓਂ ਗੁਰਮੁਖੀ ਅੱਖਰ ਚੱਲਦੇ ਨੇ, ਮਗਰਲੇ ਬੰਨੇ ਸ਼ਾਹਮੁਖੀ ਚੱਲਦੇ ਨੇ। ਅੱਛਾ, ਵਿਚਕਾਰ ਸੈਂਟਰ 'ਚ ਇੱਕ ਸਫ਼ਾ ਬਚ ਗਿਆ। ਜਿਹੜਾ ਸਫ਼ਾ ਬਚ ਗਿਆ ਉਹਦਾ ਕੀ ਕੀਤਾ ਜਾਵੇ? ਕੋਰਾ ਤੇ ਰਹਿਣ ਨਹੀਂ ਦੇਣਾ। ਉਹਦੇ ਉੱਤੇ ਅਸੀਂ ਇੱਕ ਗੁਲਾਬ ਦੀ ਤਸਵੀਰ ਛਾਪੀ। ਮੈਂ ਕਿਹਾ ਇਹ ਨੋ ਮੈਨਸ ਲੈਂਡ ਜਿਹੜੀ, ਇੱਥੇ ਗੁਲਾਬ ਬੀਜੇ ਜਾਣੇ ਚਾਹੀਦੇ ਆ। ਉਹ ਕਿਤਾਬ ਫਿਰ ਜਿਹਨਾਂ ਲੋਕਾਂ ਨੂੰ ਵੀਜ਼ਾ ਮਿਲਿਆ ਸੀ ਉਹਨਾਂ ਰਾਹੀਂ ਫਿਰ ਮੈਂ ਹੌਲੀ 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 ਕਰਕੇ ਲਗਭਗ ਕਦੇ 500 50 ਕਾਪੀਆਂ, ਕਦੇ 5 ਕਾਪੀਆਂ, ਕਦੇ 2 ਕਾਪੀਆਂ, ਇਸ ਤਰ੍ਹਾਂ ਮੈਂ ਕੁਛ ਦੋਸਤਾਂ ਨੂੰ ਵੰਡੀਆਂ ਭੇਜੀਆਂ ਉੱਥੇ ਪਾਕਿਸਤਾਨ 'ਚ। ਔਰ ਉਸ ਤੋਂ ਬਾਅਦ ਫਿਰ ਇੱਧਰ ਦੁਬਾਰਾ ਉਹ ਕਿਤਾਬ ਛਪੀਏ 2015 ਦੇ ਵਿੱਚ, ਖੈਰ ਪੰਜਾਂ ਪਾਣੀਆਂ ਨਾਂ ਥੱਲੇ। ਔਰ ਜਿਹੜਾ ਖੈਰ ਪੰਜਾਂ ਪਾਣੀਆਂ ਦਾ ਵੀ ਜਿਹੜਾ ਨਾਂ ਆ, ਉਹ ਮੇਰੇ ਇੱਕ ਬਹੁਤ ਪਿਆਰੇ ਸ਼ਾਇਰ ਦੋਸਤ ਹੁੰਦੇ ਸੀ, ਹੁਣ ਤਾਂ ਸੁਰਗਵਾਸ ਹੋ ਗਏ, 2008 ਦੇ ਵਿੱਚ ਕੁਲਵੰਤ ਜਗਰਾਓਂ, ਉਹਨਾਂ ਦੀ ਗਜ਼ਲ ਦਾ ਸ਼ੇਰ ਸੀ ਕਿ ਖੈਰ ਪੰਜਾਂ ਪਾਣੀਆਂ ਦੀ ਫਿਰ ਮਨਾਈਏ ਦੋਸਤੋ। ਉਹਨਾਂ ਦਾ ਪਿੰਡ ਵੀ ਸ਼ੇਖੂਪੁਰੇ ਜ਼ਿਲ੍ਹੇ ਦੇ ਵਿੱਚ ਸੀ, ਮਸਚੱਕ ਉਹਨਾਂ ਦਾ ਪਿੰਡ ਸੀਗਾ, ਮਸਚੱਕ ਪਿੰਡ ਦੇ ਜੰਮੇ ਜਾਏ ਸੀ। ਉਹਨਾਂ ਨੂੰ ਵੀ ਬਹੁਤ ਮੁਹੱਬਤ ਸੀ ਆਪਣੀ ਜਨਮ ਭੂਮੀ ਨਾਲ, ਕਿਉਂਕਿ ਉਹਨਾਂ ਦੀ ਉਮਰ ਉਦੋਂ ਸਿਆਣੀ ਸੀ ਜਦੋਂ ਪਾਰਟੀਸ਼ਨ ਹੋਈ ਹੈ। ਸੋ ਉਹ ਮੈਂ ਸ਼ੇਰ ਉਹਨਾਂ ਦਾ ਲੈ ਕੇ ਇਸ ਕਿਤਾਬ ਦਾ ਨਾਂ ਰੱਖਿਆ ਸੀ। ਆਪਾਂ ਪੈਸਾ ਪਰ ਗੱਲ ਕਰਦੇ ਕਰਦੇ ਗੱਲ ਵਿਸਰ ਗਈ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਸੀ, ਕਿ ਜਿਹੜੇ ਲੋਕ ਹਾਂਜੀ ਹਾਂਜੀ ਪਾਕਿਸਤਾਨ 'ਚ ਉੱਜੜ ਕੇ ਆਏ ਸੀ, ਉਹਨਾਂ ਲੋਕਾਂ ਨਾਲ ਉਹਨਾਂ ਦੀ ਨੇੜਤਾ ਬਹੁਤ ਸੀ ਤੇ ਉਹਨਾਂ ਲੋਕਾਂ ਨਾਲ ਬਹਿ ਕੇ ਬੜੀਆਂ ਵਧੀਆ ਗੱਲਾਂ ਕਰਦੇ ਹੁੰਦੇ ਸੀ। ਉਹਨਾਂ ਦੀ ਬਹੁਤ ਸਾਰੀ ਯਾਰੀ ਲੁਧਿਆਣੇ ਦੇ ਵਿੱਚ ਜਿਹੜੀ ਹੈ ਨਾ, ਉਹ ਇੱਕ ਹੁੰਦੇ ਸੀ ਸਾਡੇ ਕਰਤਾਰ ਸਿੰਘ ਸ਼ਮਸ਼ੇਰ, ਜਿਹੜੇ
ਬਾਹਰ ਚੋਂ ਆਏ ਸੀ ਉੱਜੜ ਕੇ, ਤੇ ਗਏ ਇਧਰੋਂ ਹੀ ਸੀ ਆਪਣੇ ਬਾੜੇਵਾਲ ਪਿੰਡ ਤੋਂ ਹੀ, ਬਾਰਾਂ ਲੁਧਿਆਣੇ ਚ ਆਏ ਸੀ। ਬਾੜੇਵਾਲਾ ਵਾਣਾ ਪਿੰਡ ਹੈ ਇੱਥੇ ਲੁਧਿਆਣੇ ਸ਼ਹਿਰ ਦੇ ਵਿੱਚ ਹੀ ਆ ਗਿਆ ਹੁਣ ਤਾਂ ਬਿਲਕੁਲ ਬਿਲਕੁਲ ਇਸ ਪਿੰਡ ਦੇ। ਬਾੜੇਵਾਲ ਆਵਾਣਾ। ਹਾਂ ਇਸੇ ਪਿੰਡ ਦੇ ਜੰਮੇ ਜਾਏ ਸੀ ਉਹ, ਪਰ ਬਾਹਰ ਚ ਚਲੇ ਗਏ ਸੀ ਉਧਰ, ਤੇ ਉੱਥੇ ਹੀ ਉਹਨਾਂ ਨੇ ਪਰਵਰਿਸ਼ ਪਾਈ ਸਾਰੀ। ਤੇ ਉਹਨਾਂ ਦੀਆਂ ਦੋ ਕਿਤਾਬਾਂ ਬੜੀਆਂ ਮਹੱਤਵਪੂਰਨ ਨੇ, ਇੱਕ ਤਾਂ ਨੀਲੀ ਤੇ ਰਾਵੀ ਉਹਨਾਂ ਦੀ, ਬਾਹਰ ਦੇ ਢੋਲਿਆਂ ਦੀ ਕਿਤਾਬ ਬਹੁਤ ਅੱਛੀ ਹੈ, ਤੇ ਬਾਹਰ ਦੇ ਗੀਤ ਇੱਕ ਹੋਰ ਬੜੀ ਅੱਛੀ ਕਿਤਾਬ ਉਹਨਾਂ ਦੀ ਜਿਹਦੀ ਉਹਨਾਂ ਐਡਿਟ ਕੀਤੀ ਹੈ, ਸੰਗ੍ਰਹਿਤ ਕੀਤੀ ਹੈ, ਉਹ ਵੀ ਸ਼ਾਇਦ ਤੁਹਾਡੇ ਦੇ ਸ਼ਾਹਮੁਖੀ ਜਨਾ ਮਿਲਦੀ ਹੋਵੇ, ਉਹ ਵੀ ਬੇਨਤੀ ਕਰਾਂਗੇ ਕਿਸੇ ਦੋਸਤ ਨੂੰ ਕੋਈ ਉਸਨੂੰ ਕਰ ਸਕੇ। ਉਹਨਾਂ ਨਾਲ ਤਾਸ਼ ਖੇਡਦੇ ਹੁੰਦੇ ਸੀ ਤੇ ਸ਼ਤਰੰਜ ਖੇਡਦੇ ਹੁੰਦੇ ਸੀ ਸਭ ਅਕਸਰ ਹੀ, ਉਹਨਾਂ ਦੇ ਵਿੱਚ ਸਰ ਜਗਦੇਵ ਸਿੰਘ ਜੱਸੋਵਾਲ ਹੁੰਦੇ ਸੀ, ਇਹ ਸਭ ਤੋਂ ਨਿੱਕੀ ਉਮਰ ਦੇ ਹੁੰਦੇ ਸੀ, ਕਪੂਰ ਸਿੰਘ ICS ਹੁੰਦੇ ਸੀ ਕਈ ਵਾਰ, ਤੇ ਬਹੁਤੀ ਵਾਰੀ ਸਰਦਾਰ ਗੋਪਾਲ ਸਿੰਘ ਖਾਲਸਾ ਹੁੰਦੇ ਸੀ, ਜਿਹੜੇ ਗੋਪਾਲ ਸਿੰਘ ਖਾਲਸਾ ਪੰਜਾਬ ਅਣਵੰਡੇ ਪੰਜਾਬ ਚੀਫ ਪਾਰਲੀਮੈਂਟ ਸੈਕਟਰੀ ਵੀ ਰਹੇ, ਔਰ ਜਿਹੜੇ ਪਿਛਲੀ ਪਾਰਲੀਮੈਂਟ ਦੇ ਮੈਂਬਰ ਸੀ ਸਾਡੇ ਹਰਿੰਦਰ ਸਿੰਘ ਖਾਲਸਾ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸੀ, ਪੜ੍ਹੇ ਲਿਖੇ ਸੀ, ਪੁਰਾਣੇ ਅਮਰੀਕਾ ਚ ਪੜ੍ਹ ਕੇ ਆਏ ਸੀ, ਉਹ MSc ਬੋਟਨੀ ਕਰਕੇ ਆਏ ਸੀ, ਇਹਨਾਂ ਦੀ ਸੰਗਤ ਹੁੰਦੀ ਸੀ ਇਹਨਾਂ ਦੀ। ਤੇ ਮੈਨੂੰ ਯਾਦ ਆਉਂਦਾ ਇੱਕ ਵਾਰ ਅਸੀਂ ਕਾਰਡ ਦੇਣ ਤੇ ਘਰ ਗਏ, ਤੇ ਉਹ ਕਹਿੰਦੇ ਪਿਆਰ ਸਾਹਿਬ ਤਾਂ ਗਏ ਹੋਏ ਨੇ ਗੁਰਦੇਵ ਨਗਰ ਡਾਕਖਾਨੇ ਦੇ ਕੋਲ, ਉੱਥੇ ਸ਼ਤਰੰਜ ਖੇਡਦੇ ਮਿਲਣਗੇ ਤੁਹਾਨੂੰ, ਉੱਥੇ ਜਾ ਕੇ ਦਿਆਓ ਕਾਰਡ। ਅਸੀਂ ਕਾਰਡ ਦੇਣ ਗਏ ਤੇ ਪਿਆਰ ਸਾਹਿਬ ਦਾ ਸਟਾਈਲ ਸੀ, ਉਹ ਖੇਡਦੇ ਖੇਡਦੇ ਜਿੱਤਣ ਦੇ ਨੇੜੇ ਪਹੁੰਚਦੇ ਸੀ, ਤਾੜੀ ਮਾਰ ਕੇ ਹੱਸਦੇ ਹੁੰਦੇ ਸੀ, ਤਾੜੀ ਮਾਰ ਕੇ ਕਹਿੰਦੇ ਉਹ ਜਗਦੇਵ ਸ਼ਤਰੰਜ ਤਾਂ ਇੱਕ ਪਾਸੇ ਰਹਿ ਗਈ, ਜਿੱਦਣ ਮੈਂ ਅੱਖਾਂ ਮੀਟ ਗਿਆ ਨਾ, ਤੁਸੀਂ ਮੈਨੂੰ ਕਿਸੇ ਨੇ ਚੇਤੇ ਨਹੀਂ ਕਰਨਾ। ਜੱਸੋਵਾਲ ਸਾਹਿਬ ਨੇ ਇੱਕ ਤੇ ਹੱਥ ਮਾਰਿਆ, ਮੈਂ ਚਸ਼ਮਦੀਦ ਗਵਾਂ ਉਸ ਮੌਕੇ ਦਾ, ਕਹਿੰਦੇ ਪੈ ਸਾਹਿਬ ਵਕਤ ਵਫਾ ਕਰੇ, ਤੁਹਾਨੂੰ ਲੋਕਾਂ ਦੇ ਮਨਾਂ ਚੋਂ ਜਾਣ ਨਹੀਂ ਦਿਆਂਗੇ, ਤੁਹਾਨੂੰ ਭੁਲਾਉਂਦੇ ਨਹੀਂ ਅਸੀਂ। ਉਹ ਸਾਲ 78 ਦੇ ਵਿੱਚ ਉਹਨਾਂ ਜਦੋਂ ਮੌਤ ਹੁੰਦੀ ਹੈ, ਤਾਂ ਉਹਨਾਂ ਦੀ ਯਾਦ ਵਿੱਚ ਪਹਿਲੀ ਮੀਟਿੰਗ ਜਦੋਂ ਕੀਤੀ, ਉਸ ਫੈਸਲਾ ਕੀਤਾ ਗਿਆ ਹਰ ਸਾਲ ਮੇਲਾ ਲਾਇਆ ਜਾਇਆ ਕਰੇਗਾ, ਔਰ ਹਰ ਸਾਲ ਉਹਨਾਂ ਯਾਦ ਵਿੱਚ ਵੱਡਾ ਵਿਸ਼ਾਲ ਮੇਲਾ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਤੇ ਵੀ ਲੱਗਦਾ ਰਿਹਾ, ਲੁਧਿਆਣੇ 'ਚ ਲੰਬਾ ਸਮਾਂ ਲੱਗਦਾ ਰਿਹਾ ਹੈ। ਉਹ ਗੱਲ ਨਹੀਂ ਮੈਨੂੰ ਭੁੱਲਦੀ, ਇੱਕ ਗੱਲ ਹੋਰ ਨਹੀਂ ਉਹਨਾਂ ਦੀ ਮੈਨੂੰ ਭੁੱਲਦੀ, ਇੱਕ ਵਾਰ ਉਹ ਸ਼ਤਰੰਜ ਖੇਡ ਰਹੇ ਸੀ ਕਿਸੇ ਆਪਣੇ ਦੋਸਤ ਨਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ, ਤੇ ਜਿਹੜਾ ਦੋਸਤ ਸੀਗਾ ਉਹ ਕਿਸੇ ਦੀ ਚੁਗਲੀ ਕਰਨ ਲੱਗ ਗਿਆ, ਚੁਗਲੀ ਕਿਸੇ ਉਸ ਬੰਦੇ ਦੀ ਕਰਨ ਲੱਗ ਗਿਆ ਜਿਹੜੀ ਪੈਸਾ ਨੂੰ ਬੰਦਾ ਚੰਗਾ ਲੱਗਦਾ ਸੀ। ਵੇਖੋ ਸਭ ਤੁਹਾਡੇ ਫਲਾਣੇ ਦੋਸਤ ਨੇ ਮੇਰੇ ਨਾਲ ਆਹ ਕੀਤਾ ਆਹ ਕੀਤਾ ਆਹ ਕੀਤਾ, ਪੈਸਾ ਕਹਿੰਦੇ ਕਹਿੰਦੇ ਓਏ ਮੁੰਡਿਆ ਓਏ ਮੁੰਡਿਆ ਓਏ ਮੁੰਡਿਆ, ਪੇਟ ਦੀ ਗੈਸ ਮੂੰਹ ਰਾਹੀਂ ਨਹੀਂ ਕੱਢੀ ਦੀ। ਇੱਕ ਹੋਰ ਨਿੱਕੀ ਜਿਹੀ ਗੱਲ ਸੁਣਾ ਕੇ ਪੈਸਾ ਦੀ ਮੈਂ ਗੱਲ ਨੂੰ ਹੋਰ ਪਾਸੇ ਲੈ ਕੇ ਜਾਵਾਂਗਾ। ਕਿਸੇ ਸਾਡੇ ਸ਼ਾਇਰ ਨੇ ਆਖਿਆ ਕਿ ਪੈਸਾ ਸਾਹਿਬ ਦਾ 65ਵਾਂ ਜਨਮ ਦਿਨ ਹੈ, ਆਪਾਂ 65 ਦੋਸਤ ਰਲ ਕੇ 1-1 ਹਜ਼ਾਰ ਰੁਪਇਆ ਕੰਟਰੀਬਿਊਟ ਕਰੀਏ, ਤੇ ਉਹਨਾਂ ਨੂੰ 65,000 ਰੁਪਏ ਥੈਲੀ ਭੇਂਟ ਕਰੀਏ। ਉਹ ਥੈਲੀ ਉਹਨਾਂ ਵਕਤਾਂ 'ਚ 65 ਰੁਪਈਏ, ਇਹ ਗੱਲ 1900 ਸਮਝ ਲਓ ਕਿ 60-61 ਦੀ ਹੋਏਗੀ, ਕਿਉਂਕਿ ਉਹਨਾਂ ਦਾ ਨਾ 60 ਦੀ ਨਹੀਂ, ਇਹ ਗੱਲ ਹੈ 70 ਦੀ, ਕਿਉਂਕਿ 1905 ਦਾ ਜਨਮ ਸੀ ਉਹਨਾਂ ਦਾ। ਤੇ 4-5 ਦੋਸਤਾਂ ਨੇ 1,000-1,000 ਰੁਪਇਆ ਭੇਜ ਦਿੱਤਾ, ਬਾਕੀ ਲੋਕੀ ਛਾਪੜ ਗਏ, ਉਹਨਾਂ ਗੱਲ ਹੀ ਨਹੀਂ ਅੱਗੇ ਕੀਤੀ। ਜਿਹੜੇ ਬੰਦੇ ਨੇ ਪਹਿਲਾਂ 1,000 ਰੁਪਏ ਭੇਜਿਆ ਸੀ ਉਹਨੇ ਨਾਲ ਹੀ ਆਪਣਾ ਕਿਤਾਬ ਦਾ ਮਸੌਦਾ ਭੇਜ ਦਿੱਤਾ, ਇਹਦਾ ਪ੍ਰੀਫੇਸ ਮੁੱਖ ਮੰਤ ਲਿਖ ਕੇ ਦਿਓ, ਦਿਵਾਚਾ ਲਿਖ ਕੇ ਦਿਓ। ਉਹ ਪੈਸਾ ਉਹ ਕਿਉਂਕਿ ਬਿਜ਼ੀ ਸੀ, ਉਹ ਕਿਤੇ 2-3 ਮਹੀਨੇ ਨਹੀਂ ਲਿਖ ਸਕੇ, ਉਹਨੇ ਸ਼ਿਕਵੇ ਦੀ ਚਿੱਠੀ ਲਿਖੀ ਕਿ ਪੈਸਾ ਉਦੋਂ ਮੈਂ ਬੜਾ ਚੰਗਾ ਸੀ ਜਦੋਂ ਮੈਂ ਤੁਹਾਨੂੰ ਤੁਹਾਡੇ ਵਾਸਤੇ 1,000 ਰੁਪਇਆ ਭੇਜਿਆ, ਹੁਣ ਤੁਸੀਂ ਮੇਰਾ ਆਹ ਕੰਮ ਨਹੀਂ ਕੀਤਾ, ਮੈਨੂੰ ਬਹੁਤ ਇਸ ਗੱਲ ਦੇ ਤੁਹਾਡੇ ਤੇ ਰੰਜਿਸ਼ ਹੈ। ਉਹਨਾਂ ਸਿਰਫ 1 ਸਤਰ ਦੀ ਚਿੱਠੀ ਲਿਖੀ ਉਹਨਾਂ ਨੂੰ, ਕਹਿੰਦੇ ਪਿਆਰੇ ਬਰਖੁਰਦਾਰ ਸਾਡਾ ਵਤੀਰਾ ਸਾਜਨੀ ਹੈ ਤੇ ਤੁਹਾਡਾ ਮਹਾਜਨੀ, ਆਪਣਿਆਂ ਤੇ ਸ਼ਿਕਵੇ ਨਹੀਂ ਕਰੀਦੇ, ਤੁਹਾਡਾ ਮੋਹਨ ਸਿੰਘ। ਬਸ ਇਹ ਸੀ ਮੋਹਨ ਸਿੰਘ। ਚਲੋ ਜੀ, ਗੱਲਾਂ ਵਿੱਚੋਂ ਵਿਸਰ ਗਿਆ ਸੀ ਆਪਾਂ, ਪ੍ਰੋਫੈਸਰ ਸਾਹਿਬ ਦੀ ਗੱਲ ਵਿੱਚ ਰਹਿ ਗਈ ਸੀ, ਉਹਦੀ ਕੰਪਲੀਟ ਹੋ ਗਈ। ਗੱਲ ਹੋਣ ਡਈ ਸੀ ਖੈਰ ਪੰਜਾਂ ਪਾਣੀਆਂ ਦੀ, ਜਿਸ ਤਰ੍ਹਾਂ ਤੁਸੀਂ ਲਿਖੀ, ਪਾਕਿਸਤਾਨ ਤੇ ਇੰਡੀਆ ਦੇ ਸ਼ਾਇਰਾਂ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ, ਪਾਕਿਸਤਾਨੀ ਆਪਾਂ ਉਸ ਪੰਜਾਬ ਦੇ ਇਸ ਪੰਜਾਬ ਦੇ ਸ਼ਾਇਰ ਜਿਹੜੇ ਆ, ਹੁਣ ਜੇ ਵੀ ਗੱਲ ਕਰਦੇ ਵੀ ਜਿੰਨਾ ਕੁਛ ਹੋਣਾ ਸੀ ਹੋ ਗਿਆ, ਜੇ ਅਦਬ ਦੇ ਹਵਾਲੇ ਨਾਲ ਗੱਲ ਕਰੀਏ, ਸ਼ਾਇਰੀ ਦੇ ਹਵਾਲੇ ਨਾਲ ਗੱਲ ਕਰੀਏ, ਕੀ ਇਹਨਾਂ ਦੇ ਆਪਸੀ ਰਿਲੇਸ਼ਨ ਜਾਂ ਆਪਸੀ ਰਵਾਬਤ ਨੂੰ ਲੈ ਕੇ ਆਪਾਂ ਕੀ ਕੋਸ਼ਿਸ਼ ਕਰ ਸਕਦੇ, ਦੋਵਾਂ ਪਾਸਾਂ ਦੇ ਵਸਣ ਵਾਲੇ ਸ਼ਾਇਰ ਜਿਹੜੇ ਆ ਆਪਣੀਆਂ ਲਿਖਤਾਂ ਦੇ ਰੂਪ ਦੇ ਵਿੱਚ, ਆਪਣੇ ਅਦਬ ਦੇ ਰੂਪ ਦੇ ਵਿੱਚ? ਦੇਖੋ 47 ਤੋਂ ਪਹਿਲਾਂ ਵੀ
ਤੇ 47 ਤੋਂ ਬਾਅਦ ਵੀ ਪੰਜਾਬੀ ਦੇ ਜਿਹੜੇ ਜੈਨੂਨ ਲੇਖਕ ਨੇ, ਸਹੀ ਲੇਖਕ ਨੇ, ਉਹਨਾਂ ਨੇ ਆਪਣੀ ਕਲਮ ਨੂੰ ਕਦੇ ਵੀ ਜ਼ਹਿਰ ਦੀ ਪੁੱਠ ਨਹੀਂ ਆਉਣ ਦਿੱਤੀ। ਉਹਨਾਂ ਨੇ ਇੱਕ ਵੀ ਸ਼ਬਦ ਐਸਾ ਨਹੀਂ ਲਿਖਿਆ ਜਿਹੜਾ ਜ਼ਹਿਰੀਲਾ ਹੋਵੇ। ਸਿਰਫ ਇੱਕ ਮਿਸਾਲ ਹੈ ਮੇਰੇ ਸਾਹਮਣੇ, ਮੈਂ ਬੰਦੇ ਦਾ ਨਾਂ ਨਹੀਂ ਲਵਾਂਗਾ, ਪੰਜਾਬ ਯੂਨੀਵਰਸਿਟੀ 'ਚ ਕਿਸੇ ਵੇਲੇ ਪ੍ਰੋਫੈਸਰ ਹੁੰਦਾ ਸੀ। ਉਹ ਜ਼ਰੂਰ ਕਦੇ ਨਾ ਕਦੇ ਕੋਈ ਬਦਹਵਾਸ ਗੱਲਾਂ ਕਰ ਕਰਕੇ ਤੇ ਮਨ ਖਰਾਬ ਕਰਦਾ ਹੁੰਦਾ ਸੀ। ਅਦਰਵਾਈਜ਼ ਕਿਸੇ ਸਿਰਜਣਾਤਮਕ ਬੰਦੇ ਨੇ ਅੱਜ ਤੱਕ ਇੱਕ ਵੀ ਲਾਈਨ ਵੀ ਐਸੀ ਨਹੀਂ ਲਿਖੀ, ਚਾਹੇ ਉਹ ਫਿਰੋਜ਼ਦੀਨ ਸ਼ਰਫ ਸਾਹਿਬ ਸਨ ਪੁਰਾਣਿਆਂ 'ਚੋਂ, ਮੌਲੋ ਬਖਸ਼ ਕੁਸ਼ਤਾ ਸਾਹਿਬ ਸਨ, ਉਸਤਾਦ ਦਾਮਨ ਜੀ ਸੀ, ਜਾਂ ਉਸ ਤੋਂ ਬਾਅਦ ਵਿੱਚ ਨਵੇਂ ਸ਼ਾਇਰਾਂ 'ਚੋਂ ਆਪਣੇ ਸ਼ਰੀਫ ਕੁੰਜਾਹੀ ਸਾਹਿਬ ਸਨ, ਅਹਿਮਦ ਰਾਹੀ ਸਾਹਿਬ ਸਨ, ਤਨਵੀਰ ਬੁਖਾਰੀ ਸਾਹਿਬ ਨੇ, ਜ਼ਫਰ ਇਕਬਾਲ ਸਾਹਿਬ ਨੇ, ਰਊਫ ਸ਼ੇਖ ਸਾਹਿਬ ਨੇ, ਬਿਲਕੁਲ ਨਵਿਆਂ 'ਚੋਂ ਬਾਬਾ ਨਜ਼ਮੀ ਸਾਹਿਬ ਨੇ, ਤਾਹਿਰਾ ਸਰਾਹ ਆ, ਤੁਹਾਡਾ ਰੱਬ ਭਲਾ ਕਰੇ ਸਾਬਰ ਅਲੀ ਸਾਬਰ ਹੈ, ਜਾਂ ਮੇਰਾ ਵੀਰ ਪਿਆਰਾ ਅਫਜ਼ਲ ਸਾਹਿਰ ਹੈ, ਜਾਂ ਬਿਲਕੁਲ ਨਵਿਆਂ 'ਚੋਂ ਅੰਜਮ ਸਲੀਮੀ ਹੈ। ਇਹਨਾਂ ਦੀ ਸ਼ਾਇਰੀ ਵਿੱਚੋਂ ਤੁਹਾਨੂੰ ਬੰਦਾ ਲੱਭੇਗਾ, ਮੁਹੱਬਤ ਲੱਭੇਗੀ, ਜ਼ਹਿਰ ਨਹੀਂ ਲੱਭੇਗਾ, ਨਾ ਹੀ ਸਾਡੇ ਸ਼ਾਇਰਾਂ ਦੇ ਵਿੱਚ ਇਸ ਕਿਸਮ ਦਾ ਜ਼ਹਿਰ ਹੈ। ਗਿੱਲ ਸਾਹਿਬ, ਵੈਸੇ ਤੇ ਗਿੱਲ ਸਾਹਿਬ ਆਪ ਬਹੁਤ ਵੱਡਾ ਨਾਂ ਨੇ, ਤੇ ਜੇ ਮੈਂ ਇੱਧਰਲੇ ਪੰਜਾਬ ਦੀ ਗੱਲ ਕਰਾਂ, ਪਾਕਿਸਤਾਨ ਵਾਲੀ ਸਾਈਡ ਤੇ ਕਿਹੜਾ ਸ਼ਾਇਰ, ਕਿਹੜਾ ਕਵੀ, ਕਿਹੜਾ ਲੇਖਕ ਤੁਹਾਨੂੰ ਵਧੀਆ, ਸਾਰਿਆਂ ਨੂੰ ਵਧੀਆ ਲੱਗਦਾ? ਅਸਲ 'ਚ ਇਹ ਸਵਾਲ ਏਡਾ ਸਿੱਧਾ ਪੱਧਰਾ ਨਹੀਂ ਕਿ ਉਹਦਾ ਮੈਂ ਸਿੱਧਾ ਜਵਾਬ ਦੇ ਦਿਆਂ। ਜੇ ਮੈਨੂੰ ਪੁੱਛਦਾ ਤਾਂ ਮੈਨੂੰ ਮੀਆਂ ਮੁਹੰਮਦ ਬਖਸ਼ ਸਾਹਿਬ ਤੋਂ ਵੱਡਾ ਸ਼ਾਇਰ ਨਹੀਂ ਲੱਭਿਆ ਅੱਜ ਤੱਕ, ਜਿਹੜਾ 19ਵੀਂ ਸਦੀ 20ਵੀਂ ਸਦੀ ਦੇ ਜੋੜ ਲੱਗਦੇ ਨੇ, ਜਿਹੜੇ ਸਭ ਤੋਂ ਵੱਧ ਅਣਗੌਲੇ ਹੋਏ ਨੇ, ਜਿਹਨਾਂ ਦੀ ਸ਼ਾਇਰੀ ਨੂੰ ਬਹੁਤ ਘੱਟ ਲੋਕ ਜਾਣਦੇ ਨੇ। ਕਦ ਤਾਈ ਮਤਲਬ ਅਸੀਂ ਇਹਨਾਂ ਲੋਕਾਂ ਨੂੰ ਵਸਾਰਾਂਗੇ? ਮੈਨੂੰ ਲੱਗਦਾ ਨਹੀਂ ਕਿ ਉਹਨਾਂ ਲੋਕ ਵਸਾਰ ਸਕੀਏ। ਮਰ ਗਿਆ ਤਨਵੀਰ, ਹੋਈ ਨਾ ਕਿਸੇ ਨੂੰ ਵੀ ਖਬਰ, ਨਾਲ ਦੇ ਕਮਰੇ 'ਚ ਉਵੇਂ ਰੇਡੀਓ ਵੱਜਦਾ ਰਿਹਾ, ਡਰਦਾ ਮਾਰਾ ਡਿੱਗਦਾ ਨਹੀਂ ਮੈਂ, ਆਟਾ ਡੁੱਲ ਜੂ ਕੀੜੀ ਦਾ, ਨਹੀਂ ਤਾਂ ਕਦਮ ਕਦਮ ਤੇ ਮੈਨੂੰ 100-100 ਠੇਡਾ ਆਇਆ ਏ, ਕਰਦਾ ਸੀ ਕਿ ਯਾਦ ਤੇ ਦੂਜਾ ਆਪੇ ਉੱਠ ਨੱਸਦਾ ਸੀ। ਟੈਲੀਫੋਨ ਤੇ ਸਾਇੰਸਦਾਨ ਹਾਲੇ ਕੱਲ ਬਣਾਇਆ ਏ। ਅੱਛਾ, ਮੇਰੇ 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 ਸ਼ੇਰਾਂ ਵਿੱਚੋਂ ਮੇਰਾ ਆਪਾ ਇੰਜ ਦਿਸ ਆਵੇ ਜਿਸ ਤਰ੍ਹਾਂ ਕਿਸੇ ਡਰਾਈਵਰ ਕੋਲੋਂ ਡੀਜ਼ਲ ਦੀ ਬੂ ਆਵੇ, ਉਹਦਾ ਰੂਪ ਉਧਾਰਾ ਲੈ ਕੇ ਗਜ਼ਲਾਂ ਲੀਕ ਰਿਹਾ ਵਾਂ, ਮੰਗਵਾਂ ਸੂਟ ਜਿਵੇਂ ਕੋਈ ਪਾ ਕੇ ਇੰਟਰਵਿਊ ਲਈ ਜਾਵੇ। ਜਦੋਂ ਜਦੋਂ ਜ਼ਫਰ ਇਕਬਾਲ ਸਾਹਿਬ ਲਿਖਦੇ ਨੇ, ਕਦ ਤਾਈ ਸ਼ਰਮਾਵਣਾ ਤੇ ਕਿੱਥੋਂ ਤਾਈ ਸੰਘਣਾ, ਆਖਿਰ ਇਹਨਾਂ ਪੁਲਾਂ ਦੇ ਹੇਠੋਂ ਪਾਣੀ ਲੰਘਣਾ, ਪਾਣੀ ਲੰਘਣਾ, ਪਾਣੀ ਲੰਘਣਾ। ਜਦੋਂ ਸ਼ਰੀਫ ਪੰਜਾਹੀ ਸਾਹਿਬ ਕਹਿੰਦੇ ਨੇ, ਵੀਰਾਂ ਵੇ ਲੜਾਈਆਂ ਵਿੱਚ ਐਵਾ ਕੁਝ ਹੁੰਦਾ ਸਦਾ, ਭਾਈ ਜਾਜਾ ਮੂੰਹੋਂ ਕਦੇ ਸਾਖੀਆਂ ਨੀ ਕੱਢੀਆਂ। ਇਹ ਇਹ ਸਾਡੇ ਜਿਹੜੇ ਸ਼ਾਇਰ ਨੇ, ਬਾਬਾ ਨਜ਼ਮੀ ਸਾਹਿਬ ਨੇ, ਅਫਜ਼ਲ ਸਾਹਿਰ ਆ, ਤਾਹਿਰਾ ਸਰਾਹ ਆ, ਸਾਡਾ ਸਾਬਰ ਅਲੀ ਹੈ, ਇਹ ਵਕਤ ਦੀ ਅੱਖ ਚੱਕ ਪਾ ਕੇ ਗੱਲ ਕਰਨ ਵਾਲੇ ਸ਼ਾਇਰ ਨੇ। ਔਰ ਵਕਤ ਦੀ ਅੱਖ ਚੱਕ ਪਾ ਕੇ ਗੱਲ ਕਰਨੀ ਏਡਾ ਸਸਤਾ ਸੌਦਾ ਨਹੀਂ ਹੈ, ਬੜਾ ਮਹਿੰਗਾ ਸੌਦਾ ਆ, ਪਰ ਇਹਦੇ ਬਾਵਜੂਦ ਕਰ ਰਹੇ ਨੇ। ਇਸ ਕਰਕੇ ਸਾਡੇ ਸਾਰੇ ਆਪਣੇ ਨੇ, ਸਾਡੀ ਬਹੁਤ ਵੱਡੀ ਬੁੱਕਲ ਜਿਹਦੇ ਸਾਰੇ ਬੈਠੇ ਹਾਂ ਅਸੀਂ। ਔਰ ਮੈਨੂੰ ਕਦੇ ਨਹੀਂ ਲੱਗਿਆ ਕਿ ਵੱਖ ਵੱਖ ਧਰਤੀਆਂ ਤੇ ਰਹਿ ਕੇ ਵੀ ਅਸੀਂ ਅਲੱਗ ਅਲੱਗ ਹਾਂ। ਕਲਬੂਤ ਅਲੱਗ ਜ਼ਰੂਰ ਨੇ, ਜਾਨ ਇੱਕ ਹੀ ਹੈ, ਉਹ ਇਨਸਾਨੀਅਤ ਪ੍ਰਸਤੀ ਹੈ। ਉਸ ਇਨਸਾਨੀਅਤ ਪ੍ਰਸਤੀ ਵਿੱਚ ਕੋਈ ਕਿਸੇ ਤੋਂ 4 ਕਿਤਾਬਾਂ ਅੱਗੇ, ਕੋਈ ਕਿਸੇ ਤੋਂ 4 ਕਿਤਾਬਾਂ ਪਿੱਛੇ ਆ, ਇੰਨਾ ਕੀ ਫਰਕ ਹੈ? ਜਿੰਨਾ ਕੰਮ ਮੈਂ ਇਸ ਵਕਤ ਤੁਹਾਡਾ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਐਂਡ ਕਲਚਰ ਕਰ ਰਿਹਾ, ਪਿਲਾਕ ਕਰ ਰਹੀ ਹੈ, ਉਹਦੇ 'ਚ ਬੀਬੀ ਡਾਕਟਰ ਸੁਗਰਾ ਸਦਫ ਕਰ ਰਹੀ ਹੈ, ਜਾਂ ਹੋਰ ਦੋਸਤ ਕਰ ਰਹੇ ਨੇ, ਉਹ ਨਿੱਕੀ ਗੱਲ ਨਹੀਂ ਹੈ, ਵੱਡੀ ਗੱਲ ਹੈ, ਵੱਡੀ ਗੱਲ। ਗਿੱਲ ਸਾਹਿਬ, ਬਾਕੀ ਜ਼ਬਾਨਾਂ ਦੇ ਮੁਕਾਬਲੇ ਪੰਜਾਬੀ ਸ਼ਾਇਰੀ ਅਦਬ ਨੂੰ ਤੁਸੀਂ ਕਿੱਥੇ ਦੇਖਦੇ? ਦੇਖੋ, ਮੈਂ ਗੱਲ ਕਹਿੰਦਾ ਕਿ ਸਾਡਾ ਮੁਕਾਬਲਾ ਜੇ ਕਹੋ ਵੀ ਘੋੜੇ 'ਚ ਤੇ ਝੋਟੇ 'ਚ ਕੀ ਫਰਕ ਹੈ, ਇਹਨਾਂ ਦਾ ਕੀ ਮੁਕਾਬਲਾ ਹੈ, ਤੇ ਮੈਂ ਕੀ ਦੱਸਾਂਗਾ ਤੁਹਾਨੂੰ? ਹਰ ਧਰਤੀ ਦੀ ਆਪਣੀ ਮਰਿਆਦਾ, ਉਸ ਧਰਤੀ ਦਾ ਆਪਣਾ ਸਾਹਿਤ ਹੈ। ਜਿਹੜੀ ਸਾਡੀ ਧਰਤੀ ਦੀ ਮਰਿਆਦਾ ਆ, ਉਹਦੇ ਮੁਤਾਬਕ ਸਾਡੇ ਸਾਹਿਤ ਨੇ ਵਿਕਸਿਤ ਹੋਣਾ, ਉਹ ਟਰਾਂਸਲੇਟ ਹੋ ਕੇ ਹੂਬ ਹੂ ਸਾਡੀ ਸਪਿਰਿਟ ਜਿਹੜੀ ਹੈ ਉਹ ਨਹੀਂ ਜਾ ਸਕਦੀ ਜਿਹੜੀ ਸਪਿਰਿਟ ਨਾਲ ਸਾਡੇ ਸ਼ਾਇਰ ਨੇ ਲਿਖਿਆ। ਮੈਂ ਸ਼ਿਵ ਕੁਮਾਰ ਦੀ ਲੂਣਾ
हिंदी च अनुवाद की भी पढ़ी है, वो नहीं गल बनती, वो ऐ लगता जिवें तू दस्ताने पा के तू हथ मिला रहा कोई। मैं उन्होंने शाहमुखी च भी किसी दोस्त तो सुने है। वो नहीं गल बनती। मेरी अपनी किताब रावी पिछे छापी है अमजद सलीम मिन्हास ने सांझ प्रकाशन वालों, ओहदे जदों इधरले किसी शाहमुखी जाणदे बंदे ने किताब पढ़ी, मैनूं कहिंदे इहदे च गलतियां बड़ियां, असल च गलतियां नहीं हैगियां। वो अंदाज आ जिहड़ा उधरला होर है इधरला होर है, वो गल बन नहीं सकती। हुण उहदा फिर मैं शेयर कोट करांगा तनवीर बुखारी साहब दा, वो कहिंदे पै गया खसमां नूं खाणा ऐनकां दा की रवाज, आदमी दे नाल अखां मिलदा नहीं आदमी। सो जे मैं कालियां ऐनकां लाईआं ने ते मित्रा मैनूं काला दिसणा, हरियां लाईआं ने ते मैनूं हरा दिसणा, जे मैं सुरख रंग दियां लाईआं ते हरा सुरख दिसणा। इस करके जिहड़ा पंजाबी लिटरेचर है इहदी असली तंद जिहड़ी हैगी है लोक पक्खी होणा है। और जिथे किते जिहड़ी धरती ते भी, खास करके अफ्रीकन मुल्कां जिहड़ी पोएट्री है, वो पोएट्री साडी पंजाबी पोएट्री दे बहुत नेड़े है। कोई स्ट्रगलिंग लोग जिहड़े हुंदे ने, संघर्षी लोग हुंदे ने, उन्हां दी शायरी हमेशा इक्को जिही हुंदी है, उन्हां दे एक्सपीरियंसिस भी लगभग रलदे मिलदे हुंदे ने। और डिप्रैस्ड लोग जिहड़े ने, उन्हां डिप्रैस्ड लोकां दे डिप्रैशन दी जिहड़ी जिहड़ी आवाज़ है वो लगभग इक्को जिही नहीं हुंदी, इक्को जिही हुंदी है। जिहड़े नेटिव ने कैनेडा दे, उन्हां दी पोएट्री पढ़न दा मौका मैनूं मिलिया, चीफ लैंड जार्ज दी कविता दी किताब, उकाब दी उड़ान किताब है उन्हां दी। उहदे विच बहुत सारियां गल्लां ऐसियां ने जिहड़ियां साडी नेटिविटी नूं इत्थों दी प्रमोट करदियां ने, साडी इत्थों नेटिविटी दा चेता कराउंदियां ने सानूं। ਜਿਹੋ ਜਿਹੇ ਭੂਤ ਪ੍ਰੇਤ ਸਾਡੇ ਇੱਥੇ ਪੁਰਾਣੇ, ਹੁਣ ਤੱਕ ਸਾਡੇ ਪੰਜਾਬ 'ਚ ਕੋਈ ਉਹਦਾ ਯਕੀਨ ਨਹੀਂ ਕਰਦਾ ਕੋਈ, ਹੁਣ ਤਾਂ ਪ੍ਰੇਤਾਂ ਵਰਗੇ ਬੰਦੇ ਤੁਰੇ ਫਿਰਦੇ ਆ। ਜਦੋਂ ਭੂਤ ਪ੍ਰੇਤਾਂ ਦੇ ਸਿੰਬਲਸ ਹੁੰਦੇ ਸਾਡੇ, ਉਹੋ ਜਿਹੇ ਭੂਤ ਪ੍ਰੇਤਾਂ ਦੇ ਸਿੰਬਲ, ਜਿਹੜੇ ਮੈਂ ਉੱਥੇ ਸਟੈਨਲੇ ਪਾਰਕ ਦੇ ਕੋਲ ਜਿਹੜਾ ਦਰਿਆ ਉਹਨਾਂ ਦਾ, ਜਿੱਥੇ ਉਹ ਸਾਡਾ ਕੰਮ ਗੱਟਾ ਮਾਰੂ ਜਹਾਜ਼ ਰੋਕਿਆ ਗਿਆ ਸੀ, ਉੱਥੇ ਲੱਗੇ ਹੋਏ ਦੇਖੇ ਨੇ ਵੈਨਕੂਵਰ ਦੇ ਵਿੱਚ। ਸੋ ਇਸ ਕਰਕੇ ਲੋਕਾਂ ਦੇ ਦਰਦਾਂ ਦਾ ਰੰਗ ਜਿਹੜਾ ਹੁੰਦਾ ਉਹਨੂੰ ਸ਼ਾਇਰੀ ਨੇ ਪੇਸ਼ ਕਰਨਾ ਹੁੰਦਾ, ਜਿੱਥੇ ਸਟਰਗਲ ਜਿਸ ਕਿਸਮ ਦੀ ਹੈ। ਪੈਟਰਸ ਲੁਮੁੰਬਾ ਦੀ ਸ਼ਾਇਰੀ ਜੇ ਪੜ੍ਹਦਾ ਮੇਰੇ ਹਬਸ਼ੀ ਭਰਾਵਾ, ਤਾਂ ਮੈਨੂੰ ਲੱਗਦਾ ਕਿ ਸਾਡੇ ਡਾਊਨ ਟਾਟਨ ਦੀ, ਸਾਡੇ ਇੱਥੋਂ ਦੇ ਦਰਾਬੜ ਦੀ ਉਹ ਪੋਇਟਰੀ ਹੈ, ਕੰਮੀ ਦੀ ਕਵਿਤਾ ਹੈ, ਮੁਸੱਲੀ ਦੀ ਕਵਿਤਾ ਹੈ। ਸੋ ਦਰਦਾਂ ਦਾ ਰੰਗ ਜਿੱਥੇ ਕਿਤੇ ਇੱਕੋ ਜਿਹਾ, ਉੱਥੇ ਸ਼ਾਇਰੀ ਲਗਭਗ ਇੱਕੋ ਜਿਹੀ ਹੈ। ਸੁਖਿਆਰਿਆਂ ਦੀ ਸ਼ਾਇਰੀ ਹੋਰ ਹੈ, ਦੁਖਿਆਰਿਆਂ ਦੀ ਸ਼ਾਇਰੀ ਹੋਰ ਹੈ। ਸੋ ਜਿੱਥੇ ਕਿਤੇ ਦੁਖਿਆਰਾ, ਉੱਥੇ ਪੰਜਾਬੀ ਕਵਿਤਾ ਪੂਰੇ ਮਾਣ ਨਾਲ ਇੱਕ ਤਾਣ ਕੇ ਖਲੋਂਦੀ ਹੈ, ਭਾਵੇਂ ਸੰਤਰਾ ਮਦਾਸੀ ਹੋਵੇ, ਗੁਰਦਾਸ ਰਾਮ ਆਲਮ ਹੋਵੇ ਸਾਡਾ, ਜਾਂ ਤੁਹਾਡੇ ਇਧਰ ਦੇ ਸ਼ਾਇਰਾਂ ਚ ਬਾਬਾ ਨਜ਼ਮੀ ਹੋਵੇ ਜਾਂ ਹੋਰ ਸ਼ਾਇਰ ਹੋਣ। ਇਹਨੂੰ ਮੈਂ ਬਹੁਤ ਇਜ਼ਤ ਨਾਲ ਦੇਖਦਾ ਕਿ ਇਹ ਸਾਡੇ ਬੰਦਿਆਂ ਨੇ ਵੱਡਾ ਕੰਮ ਕੀਤਾ। ਵੱਡਾ ਕੰਮ ਗਿਲ ਸਾਹਿਬ, ਗਜ਼ਲ ਵੀ ਤੇ ਕਵਿਤਾ ਵੀ ਲਿਖੀ ਤੁਸੀਂ ਲਿਖੀਆਂ, ਹਾਂ, ਤੇ ਆਪਣੇ ਆਪ ਨੂੰ ਸੌਖਾ ਕਿੱਥੇ ਮਹਿਸੂਸ ਕਰਦੇ ਹੋ? ਮੈਂ ਸੱਚ ਜਾਣੀ ਵੀਰਿਆ, ਮੈਂ ਆਪਣੇ ਆਪ ਨੂੰ ਹਮੇਸ਼ਾ ਇਮਤਿਹਾਨ ਚ ਪਾਇਆ ਤੇ ਹਮੇਸ਼ਾ ਮੈਨੂੰ ਸਾਹਿਤ ਦੇ ਰੂਪਾਂ ਨੇ ਕੱਢਿਆ। ਜਦੋਂ ਤਾਂ ਮੈਂ ਟੋਟਿਆਂ ਚ ਸੋਚਦਾ ਉਦੋਂ ਮੈਂ ਗਜ਼ਲ ਲਿਖਦਾ, ਜਦੋਂ ਮੈਂ ਸਮੁੱਚੀ ਕਿਸੇ ਖਾਸ ਵਿਚਾਰਧਾਰਾ ਨਾਲ ਵਿਚਾਰ ਥਾਟ ਪ੍ਰੋਸੈਸ ਦੇ ਵਿੱਚ ਲਿਖਦਾ ਤਾਂ ਉਦੋਂ ਮੇਰੇ ਨਾਲ ਕਵਿਤਾ ਹੁੰਦੀ ਹੈ, ਲੰਮੀ ਕਵਿਤਾ ਹੁੰਦੀ ਹੈ। ਜਦੋਂ ਮੈਂ ਬਹੁਤ ਤਰਲ ਹੁੰਦਾ ਤਾਂ ਉਦੋਂ ਗੀਤ ਮੈਨੂੰ ਬੇਲੋਟ ਕਰਦਾ, ਉਹ ਮੈਨੂੰ ਜ਼ਮਾਨਤ ਤੇ ਛਡਾਉਂਦਾ। ਇਹਨਾਂ ਦਿਨਾਂ 'ਚ ਮੈਂ ਰੁਬਾਈ ਬਹੁਤ ਲਿਖੀ ਹੈ, ਰੁਬਾਈ ਦੀ ਕਿਤਾਬ ਮੇਰੀ ਪਿੱਛੇ ਛਪੀ ਸੰਧੂਰਦਾਨੀ, ਜਿਹੜੀ ਆ ਪਿਛਲੀ ਵਿਜ਼ਿਟ 'ਤੇ ਮੈਂ ਆਇਆ ਸੀ, ਕੁਝ ਦੋਸਤਾਂ ਦੇ ਕੇ ਗਿਆ ਵੀ ਹਾਂ। ਔਰ ਹੁਣ ਇੱਕ ਹੋਰ ਕਿਤਾਬ ਮੇਰੀ ਜਲਕਣ ਤਿਆਰ ਹੋ ਰਹੀ ਹੈ, ਨਜ਼ਮਾਂ ਦੀ ਕਿਤਾਬ ਵੀ ਇੱਕ ਤਿਆਰ ਹੋ ਰਹੀ, ਮੇਰੀ ਸੂਰਜ ਟਿੱਕਾ ਉਹਦਾ ਨਾਂ ਆ। ਇਸ ਤਰ੍ਹਾਂ ਗਜ਼ਲ ਦੀ ਕਿਤਾਬ ਇੱਕ ਸੁਰਤਾਲ ਇੱਧਰ ਵੀ ਛਪ ਰਹੀ ਹੈ, ਤੁਹਾਡੇ ਇੱਧਰ ਆਸਿਫ ਰਜ਼ਾ ਹੋਰੀ ਉਹਨੂੰ ਤਿਆਰ ਕਰ ਰਹੇ ਨੇ। ਇਸ ਕਰਕੇ ਮੈਂ ਮਹਿਸੂਸ ਇਹ ਕਰਦਾ ਕਿ ਹਰ ਲੇਖਕ ਨੂੰ ਆਪਣੀ ਪ੍ਰੀਖਿਆ ਖੁਦ ਲੈਣੀ ਚਾਹੀਦੀ ਹੈ ਕਿ ਮੈਂ ਕਿਹੜਾ ਕਿਹੜਾ ਸਾਹਿਤ ਰੂਪ ਲਿਖ ਸਕਦਾ। ਇੱਕ ਵਾਰ ਮੈਂ ਬੈਂਤ ਲਿਖੇ, ਬੈਂਤ ਲਿਖਦੇ ਆ ਮੈਨੂੰ ਇਹ ਮਹਿਸੂਸ ਹੋਇਆ ਕਿ ਜਦੋਂ ਮੈਂ ਕੋਈ ਲੜੀਵਾਰ ਗੱਲ ਨੂੰ ਅੱਗੇ ਲੈ ਕੇ ਜਾਣਾ ਤਾਂ ਬੈਂਤ ਸਭ ਤੋਂ ਵਧੀਆ ਨਰੇਸ਼ਨ ਕਰਦਾ, ਵਧੀਆ ਗੱਲਾਂ ਸੁਣਾਉਂਦਾ, ਜਿਹੜੀ ਗੱਲ ਗਜ਼ਲ ਨਹੀਂ ਸੁਣਾ ਸਕਦੀ। ਮੁਸਲਸਲ ਗਜ਼ਲ ਵੀ ਭਾਵੇਂ ਹੋਵੇ, ਗਜ਼ਲ ਆਪਣੀ ਗੱਲ ਆਪਣੀ ਸੀਮਾ ਤੱਕ ਰੱਖਦੀ ਹੈ, ਇਸ਼ਾਰਤਨ ਕਰਦੀ ਹੈ, ਬਿਟਸ 'ਚ ਗੱਲ ਕਰਦੀ, ਟੋਟਿਆਂ 'ਚ ਗੱਲ ਕਰਦੀ ਹੈ। ਜਿਹੜਾ ਨਰੇਟਿਵ ਹੈ ਉਹ ਹਮੇਸ਼ਾ ਬੈਂਤ ਵਿੱਚ ਜਾਂ ਜਿਹੜੀ ਵਿਸਤ੍ਰਿਤ ਗੱਲ ਹੋ ਸਕਦੀ ਹੈ। ਸੋ ਉਹ ਵੀ ਕੋਸ਼ਿਸ਼ ਕਰਕੇ ਵੇਖੀ ਹੈ ਮੈਂ। ਸੋ ਸਾਹਿਤ ਰੂਪ ਦੇ ਵਿੱਚ ਤਾਂ ਮੈਂ ਅੱਜ ਕੱਲ੍ਹ ਇੱਕ ਨਵਾਂ ਜਿਹੜਾ ਪ੍ਰੋਜੈਕਟ ਮਨ 'ਚ ਮੇਰੇ 'ਚ ਹੈਗਾ ਉਹ ਹੈਗਾ, ਮੈਂ ਪ੍ਰੋਜ਼ ਬੜੀ ਨਸਰ ਬੜੀ ਘੱਟ ਲਿਖੀ ਹੈ, ਪਰ ਜਦੋਂ ਮੈਂ ਥੋੜ੍ਹਾ ਬਹੁਤ ਲਿਖਦਾ ਤਾਂ ਮੈਨੂੰ ਲੋਕੀ ਨਾ ਭਰਮ ਬਹੁਤ ਪਾਉਂਦੇ ਆ ਕਿ ਤੇਰੀ ਨਰੇਸ਼ਨ ਜਿਹੜੀ ਬਹੁਤ ਅੱਛੀ ਹੈ, ਤੂੰ ਵਾਰਤਕ ਬੜੀ ਅੱਛੀ ਲਿਖ ਸਕਦਾ, ਪ੍ਰੋਜ਼ ਬੜੀ ਅੱਛੀ ਲਿਖ ਸਕਦਾ।
ਸੋ ਮੈਂ ਤੇ ਭਾਈ ਹੁਣ ਅਗਲੇ ਸਾਲਾਂ ਦੇ ਵਿੱਚ ਖਾਸ ਕਰਕੇ ਇਸ ਸਾਲ ਦੇ ਅੰਦਰ ਅੰਦਰ ਹੀ ਸ਼ੁਰੂ ਕਰ ਦੇਣਾ ਕੁਛ ਇੱਕ ਆਪਣੀਆਂ ਲਿਖਤਾਂ ਨੂੰ ਸੋਚ ਸੁਧਾਰ ਕੇ ਇੱਕ ਦੋ ਕਿਤਾਬਾਂ ਵਾਰਤਕ ਦੀਆਂ ਵੀ ਲਿਖਾਂਗਾ ਤਾਂ ਕਿ ਮੈਂ ਆਪਣੇ ਆਪ ਨੂੰ ਹੋਰ ਟਰਾਂਸਲੇਟ ਕਰ ਸਕਾਂ। ਮੈਂ ਤਾਂ ਸੈਲਫ ਨੂੰ ਟਰਾਂਸਲੇਟ ਕਰਦਾ, ਇਸ ਕਰਕੇ ਮੈਨੂੰ ਇਹ ਕਦੇ ਨਹੀਂ ਲੱਗਿਆ ਕਿ ਮੈਨੂੰ ਗਜ਼ਲ ਜ਼ਿਆਦਾ ਸੌਖੀ ਹੈ, ਗੀਤ ਸੌਖਾ ਆ। ਮੈਂ ਬਹੁਤੇ ਬੰਦਿਆਂ ਨੂੰ ਪਤਾ ਹੀ ਨਹੀਂ ਕਿ ਘੱਟੋ ਘੱਟ 50 ਦੇ ਕਰੀਬ ਤਾਂ ਮੇਰੇ ਗੀਤ ਵੀ ਬੜੇ ਨਾਮੀ ਗ੍ਰਾਮੀ ਗਾਇਕਾਂ ਨੇ ਰਿਕਾਰਡ ਕੀਤੇ ਨੇ, ਜਿਸ ਚ ਹੁਣੇ ਹਰਭਜਨ ਮਾਨ ਨੇ ਪਿਛਲੇ ਦਿਨਾਂ 'ਚ ਗੀਤ ਰਿਕਾਰਡ ਕੀਤਾ ਹੈ ਮੇਰੇ ਮੇਰਾ ਇੱਕ ਚੁੱਪ ਵਾਲੀ ਮਾਰ ਨਾ ਤੂੰ ਮਾਰ ਵੇ ਪਿਆਰਿਆ, ਚੁੱਪ ਵਾਲੀ ਮਾਰ ਨਾ ਤੂੰ ਮਾਰ, ਜਾਂ ਭਰੂਣ ਹੱਤਿਆ ਦੇ ਖਿਲਾਫ਼ ਜਸਵੀਰ ਜੱਸੀ ਨੇ ਗੀਤ ਗਾਇਆ ਸੀ ਮੇਰਾ ਇੱਕ, ਮਾਏ ਨੀ ਅਣਜੰਮੀ ਧੀ ਨੂੰ ਆਪਣੇ ਨਾਲੋਂ ਵਿਛੜੇ ਜੀ ਨੂੰ, ਜਾਂ ਦੀਵਾਰੀ ਮਾਏ ਨੀ ਕਲੋਰੀ ਦੇ ਦੇ, ਬਾਬਲ ਤੋਂ ਭਾਵੇਂ ਚੋਰੀ ਨੀ ਕਲੋਰੀ ਦੇ ਦੇ, ਜਾਂ ਉਹਨੇ ਗੀਤ ਗਾਇਆ ਸੀ ਮੇਰਾ ਇੱਕ। ਤੁਸੀਂ ਬਗੈਰ ਕਹਿਣ ਤੋਂ ਮੈਨੂੰ ਕਮੈਂਟਸ ਦੇ ਵਿੱਚ ਆ ਰਹੀ ਹੈ ਫਰਮਾਇਸ਼ ਲੋਰੀ ਦੀ, ਹਾਂ ਤੁਸੀਂ ਜੋ ਸਾਰੀ ਇੱਕ ਵਾਰੀ ਤੇ ਕਵਿਤਾ ਸੁਣਾ ਦਿਓ ਤੇ ਉਹ ਵੀ ਸੁਣਾ ਦੇਣਾ। ਫਿਰ ਉਹਨੇ ਇੱਕ ਗੀਤ ਹੋਰ ਗਾਇਆ ਸੀ ਮੇਰਾ, ਬੜਾ ਮੈਨੂੰ ਚੰਗਾ ਲੱਗਦਾ ਗੀਤ, ਮੈਂ ਕਿਹਾ ਸੁਣ ਪਰਦੇਸੀ ਢੋਲਾ ਵਿਭਾਗਾਂ ਵਤਨਾਂ ਨੂੰ ਮੋੜ, ਸਾਨੂੰ ਖੁਸ਼ਬੂ ਬੀਬਾ ਵੇ ਸਾਨੂੰ ਖੁਸ਼ਬੂ ਦੀ ਲੋੜ, ਜਾਂ ਇੱਕ ਲੰਮਾ ਗੀਤ ਮੇਰਾ ਰਿਕਾਰਡ ਹੋਇਆ ਨਵੰਬਰ ਦੇ ਵਿੱਚ ਰਿਲੀਜ਼ ਕਰਾਂਗੇ, ਤੁਹਾਨੂੰ ਵੀ ਭੇਜ ਦਿਆਂਗੇ, ਤੁਸੀਂ ਵੀ ਇੱਥੇ ਇਹਨੂੰ ਲੋਕਾਂ ਤੱਕ ਲੈ ਕੇ ਜਾਇਓ। ਉਹ ਮੈਂ ਲਿਖਿਆ ਸੀ ਕਿ 5 ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ, ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ, ਉਹ 14 ਉਹਦੇ ਅੰਤਰੇ ਨੇ, ਔਰ 14 ਦੇ 14 ਅੰਤਰੇ 14 ਹੀ ਸਿੰਗਰ ਨੇ ਗਾਏ ਨੇ, ਉਹ ਜਸਵੀਰ ਜੱਸੀ ਨੇ ਗਾਇਆ, ਸੁਰਿੰਦਰ ਸ਼ਿੰਦਾ ਨੇ ਗਾਇਆ, ਪਾਲੀ ਦੇਤਵਾਲੀਆ ਨੇ ਗਾਇਆ, ਦਿਲਬਾਗ ਹੁੰਦਲ ਨੇ ਗਾਇਆ, ਉਹਦੇ ਚ ਬੜੇ 14 ਦੇ 14 ਹੀ ਆਰਟਿਸਟਾਂ ਨੇ ਗਾਇਆ। ਔਰ ਉਹ ਨਵੰਬਰ ਦੇ ਵਿੱਚ ਅਸੀਂ ਉਹਨੂੰ ਅਗਲੇ ਮਹੀਨੇ ਰਿਲੀਜ਼ ਕਰਾਂਗੇ, ਉਹ ਤੁਹਾਨੂੰ ਵੀ ਕਰਾਂਗੇ, ਤੁਸੀਂ ਵੀ ਇੱਥੇ ਜ਼ਰੂਰ ਦੋਸਤਾਂ ਮਿੱਤਰਾਂ ਚ ਵੰਡਿਓ। ਤੁਸੀਂ ਜ਼ਰੂਰ ਇੱਕ ਵਾਰੀ ਲੋਰੀ ਦੀ ਫਰਮਾਇਸ਼ ਬਹੁਤ ਆ ਰਹੀ। ਹਾਂ, ਮੈਂ ਲੋਰੀ ਜਿਹੜੀ ਲਿਖੀ ਸੀ ਉਦੋਂ ਪੰਜਾਬ ਦੇ ਵਿੱਚ ਨਵਾਂ ਨਵਾਂ ਸ਼ੁਰੂ ਹੋਇਆ ਸੀ ਇਹ ਕੋਹੜ, ਧੀਆਂ ਨੂੰ ਕੁੱਖ ਵਿੱਚ ਮਾਰਨ ਦਾ, ਸਰਜਰੀ ਕਰਕੇ ਉਹ ਤੁਹਾਡਾ ਬੱਚੇ ਨੂੰ ਭਰੂਣ ਦੇ ਮਾਰ ਦੇਣਾ, ਤੇ ਉਦੋਂ ਇੱਕ ਘਟਨਾ ਵਾਪਰੀ, ਮੇਰੇ ਮਿੱਤਰ ਪਿਆਰੇ ਨੇ ਪ੍ਰੋਫੈਸਰ ਰਵਿੰਦਰ ਪੱਠਲ, ਉਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਰਿਸ਼ਤੇਦਾਰੀ 'ਚ ਉਹ ਗਏ ਪਤਾ ਕਰਨ, ਤੇ ਉੱਥੇ ਕੋਈ ਹੋਰ ਔਰਤ ਆਈ ਹੋਈ ਸੀ ਆਪਣੇ ਬੱਚੇ ਦਾ ਭਰੂਣ ਡਗਾਉਣ ਵਾਸਤੇ, ਤੇ ਉਹਨਾਂ ਨੇ ਜਦੋਂ ਆ ਕੇ ਦੱਸਿਆ ਕਿ ਅਸੀਂ ਇਹਨਾਂ ਵੇਖ ਕੇ ਆਏ ਹਾਂ ਕਿ ਬਾਪ ਆਪਣੀ ਧੀ ਨੂੰ ਲੈ ਕੇ ਆਇਆ ਸੀ ਹਸਪਤਾਲ ਦੇ ਵਿੱਚ, ਤੇ ਉਹ ਮੈਂ ਮਨ ਤੇ ਅਸਰ ਪਿਆ, ਔਰ ਮੈਂ ਜਿਹੜਾ ਇੱਕ ਗੀਤ ਲਿਖਿਆ ਦਰਦਨਾਕ ਗੀਤ ਹੈ, ਇਸ ਕਰਕੇ ਮੈਂ ਉਹਨੂੰ ਗੀਤ ਤਾਂ ਨਹੀਂ ਕਹਾਂਗਾ, ਮੈਂ ਲੋਰੀ ਕਹਿੰਦਾ ਤਾਂ ਨਾਂ ਵੀ ਲੋਰੀ ਰੱਖਿਆ, ਉਹ ਸਾਲ 2000 'ਚ ਮੈਂ ਲਿਖੀ ਸੀ, ਉਹ ਮੈਂ ਤੁਹਾਨੂੰ ਸੁਣਾਉਣੀ ਚਾਹਾਂਗਾ ਕਿ ਮਾਏ ਨੀ ਅਣਜੰਮੀ ਧੀ ਨੂੰ ਆਪਣੇ ਨਾਲੋਂ ਵਿਛੜੇ ਜੀ ਨੂੰ, ਜਾਂਦੀ ਵਾਰੀ ਮਾਏ ਨੀ ਇੱਕ ਲੋਰੀ ਦੇ ਦੇ, ਬਾਬਲ ਤੋਂ ਭਾਵੇਂ ਚੋਰੀ ਨੀ ਇੱਕ ਲੋਰੀ ਦੇ ਦੇ, ਮੰਨਿਆ ਤੇਰੇ ਘਰ ਵਿੱਚ ਵੱਧ ਗਏ ਧੀਆਂ ਵਾਲੇ ਗੁੱਡੀ ਪਟੋਲੇ, ਤੇਰੇ ਦਿਲ ਦਾ ਹੌਕਾ ਨੀ ਮੈਂ ਸੁਣਦੀ ਰਹੀ ਹਾਂ ਤੇਰੇ ਓਹਲੇ, ਮੈਨੂੰ ਮਾਰ ਮਕਾਉਣ ਦੀ ਗੱਲ ਕਿਉਂ ਤੂੰ ਪਹਿਲਾਂ ਤੋਰੀ ਨੀ ਇੱਕ ਲੋਰੀ ਦੇ ਦੇ, ਭਾਵੇਂ ਦੇ ਬਾਬਲ ਤੋਂ ਚੋਰੀ ਨੀ ਇੱਕ ਲੋਰੀ ਦੇ ਦੇ, ਮਾਏ ਨੀ ਤੇਰੀ ਗੋਦੀ ਅੰਦਰ ਬੈਠਣ ਨੂੰ ਮੇਰਾ ਜੀ ਕਰਦਾ ਸੀ, ਬਾਬਲ ਦੀ ਤਿਉੜੀ ਤੋਂ ਡਰ ਕੇ ਹਰ ਵਾਰੀ ਮੇਰਾ ਜੀ ਡਰਦਾ ਸੀ, ਧੀਆਂ ਬਣ ਕੇ ਜੰਮਣਾ ਇੱਥੇ ਕਿਉਂ ਬਣ ਗਈ ਕਮਜ਼ੋਰੀ ਨੀ ਇੱਕ ਲੋਰੀ ਦੇ ਦੇ, ਹਸਪਤਾਲ ਦੇ ਕਮਰੇ ਅੰਦਰ ਪਈਆਂ ਨੇ ਜੋ ਜੋ ਮਸ਼ੀਨਾਂ, ਪੁੱਤਰਾਂ ਨੂੰ ਇਹ ਕੁਝ ਨਾ ਆਖਣ ਸਾਡੇ ਲਈ ਕਿਉਂ ਬਣਨ ਸੰਗੀਨਾਂ, ਡਾਕਟਰਾਂ ਚੋਂ ਸਿੱਕਿਆਂ ਖਾਤਰ ਕੱਟੀ ਜੀਵਨ ਡੋਰੀ ਨੀ ਇੱਕ ਲੋਰੀ ਦੇ ਦੇ, ਭਾਵੇਂ ਦੇ ਬਾਬਲ ਤੋਂ ਚੋਰੀ ਨੀ ਇੱਕ ਲੋਰੀ ਦੇ ਦੇ, ਧੀ ਤਿੱਤਲੀ ਨੂੰ ਵਸਣ ਵੇਲੇ ਚੁੱਪ ਖੜੇ ਕਿਉਂ ਧਰਮਾਂ ਵਾਲੇ, ਗੁੰਗੇ ਬੋਲੇ ਹੋ ਗਏ ਸਾਰੇ ਨੱਕ ਨਮੂਜਾਂ ਸ਼ਰਮਾਂ ਵਾਲੇ, ਬਿਨ ਡੋਲੀ ਤੋਂ ਧਰਮੀ ਮਾਪਿਆਂ ਕਿੱਧਰ ਨੂੰ ਧੀ ਤੋਰੀ ਨੀ ਇੱਕ ਲੋਰੀ ਦੇ ਦੇ, ਭਾਵੇਂ ਦੇ ਬਾਬਲ ਤੋਂ ਚੋਰੀ ਨੀ ਇੱਕ ਲੋਰੀ ਦੇ ਦੇ। ਆਖਰੀ ਇਹਦਾ ਬੰਦ ਸੀ ਨਾ ਸਿਰ ਕੇ ਸੁੱਤਿਆਂ ਲਈ ਸੌ ਯਤਨ ਵਸੀਲੇ, ਜਾਗਦਿਆਂ ਨੂੰ ਕਿਵੇਂ ਜਗਾਵਾਂ, ਰੱਖੜੀ ਦੀ ਤੰਦ ਖਤਰੇ ਵਿੱਚ ਹੈ, ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ, ਅੰਬੜੀਏ ਮੈਨੂੰ ਗੁੜਤੀ ਦੀ ਥਾਂ ਦੇ ਨਾ ਜ਼ਹਿਰ ਕਟੋਰੀ ਨੀ ਇੱਕ ਲੋਰੀ ਦੇ ਦੇ, ਭਾਵੇਂ ਦੇ ਬਾਬਲ ਤੋਂ ਚੋਰੀ ਨੀ ਇੱਕ ਲੋਰੀ ਦੇ ਦੇ। ਜਲ ਸਾਹਿਬ, ਗੱਲ ਨੂੰ ਅੱਗੇ ਥੋੜ੍ਹਾ ਜਿਹਾ ਆਪਾਂ ਵਧਾ ਲਈਏ। ਪੰਜਾਬੀ ਗਜ਼ਲ ਜਿਸ ਹੁਣ ਉੱਚੇ ਮੁਕਾਮ ਤੇ ਆ ਪੰਜਾਬੀ ਇਧਰ ਸਿਹਤ, ਇਹਦੇ ਵਿੱਚ ਤੁਸੀਂ ਕ੍ਰੈਡਿਟ ਕਿਹੜੇ ਕਿਹੜੀਆਂ ਹਸਤੀਆਂ ਨੂੰ ਦਿੰਦੇ? ਪੰਜਾਬੀ ਦੇ ਵਿੱਚ ਜਿਹੜੀ ਗਜ਼ਲ ਲਿਖੀ ਜਾ ਰਹੀ ਹੈ ਨਾ, ਉਹਦਾ ਆਰੰਭ ਤਾਂ ਕਿਉਂਕਿ ਫਾਰਸੀ ਮੂਲ ਸਰੋਤ ਹੈ ਇਹਦਾ, ਫਾਰਸੀ 'ਚ ਉਰਦੂ 'ਚ ਆਈ, ਉਰਦੂ 'ਚ ਪੰਜਾਬੀ 'ਚ ਆਈ, ਔਰ ਮੁੱਢਲੇ ਬੁਨਿਆਦੀ ਬੰਦੇ ਜਿਹਨਾਂ ਨੇ ਕੰਮ ਕੀਤਾ ਉਹਨਾਂ 'ਚ ਪੀਰ ਫਜ਼ਲ ਗੁਜਰਾਤੀ ਹੋਰਾਂ ਦਾ ਨਾਮ ਬੜਾ ਵੱਡਾ, ਪਹਿਲਾ ਕਲਾਮ ਉਹਨਾਂ ਦਾ ਮਿਲਦਾ ਪੰਜਾਬੀ ਦੇ ਵਿੱਚ ਗਜ਼ਲ ਦਾ, ਫਿਰ ਫਿਰੋਜ਼ਦੀਨ ਸ਼ਰਤ ਸਾਹਿਬ ਨੇ ਕੁਛ ਗਜ਼ਲਾਂ ਲਿਖੀਆਂ, ਚਾਤ੍ਰਿਕ ਸਾਹਿਬ ਨੇ ਵੀ ਲਿਖੀਆਂ, ਔਰ ਦੇਸ਼ ਦੀ ਵੰਡ ਤੋਂ ਬਾਅਦ ਜਿਹਨਾਂ ਲੋਕਾਂ ਨੇ ਗਜ਼ਲ ਨੂੰ ਬੂਟੇ ਦੇ ਰੂਪ 'ਚ ਪਾਣੀ ਪਾਇਆ, ਉਹਨਾਂ ਦੇ ਵਿੱਚ ਜਿਹੜੇ ਵੱਡੇ ਨਾਂ ਆਉਂਦੇ ਨੇ ਉਹਨਾਂ 'ਚ ਡਾਕਟਰ ਸਾਧੂ ਸਿੰਘ ਹਮਦਰਦ ਨਾਂ ਆਉਂਦਾ, ਜਿਹੜੇ ਅਜੀਤ ਅਖਬਾਰ ਦੇ ਬਾਨੀ ਸੰਪਾਦਕ ਸੀ,
ਡਾਕਟਰ ਠਾਕੁਰ ਭਾਰਤੀ ਦਾ ਨਾਂ ਆਉਂਦਾ, ਦੀਪਕ ਜਤੋਈ ਸਾਹਿਬ ਦਾ ਨਾਂ ਆਉਂਦਾ, ਪ੍ਰਿੰਸੀਪਲ ਤਖਤ ਸਿੰਘ ਦਾ ਨਾਂ ਆਉਂਦਾ। ਇਹ ਉਸਤਾਦ ਲੋਕ ਸਨ ਜਿਨ੍ਹਾਂ ਨੇ ਮਾਹੌਲ ਉਸਾਰਿਆ। ਉੱਥੋਂ ਅਗਲੀ ਫਸਲ ਜਿਹੜੀ ਬਹੁਤ ਮੈਚੋਰ ਲੋਕਾਂ ਦੀ ਆਈ, ਉਹਨਾਂ ਦੇ ਵਿੱਚ ਡਾਕਟਰ ਜਗਤਾਰ ਦਾ ਨਾਂ ਬਹੁਤ ਵੱਡਾ, ਬਹੁਤ ਵੱਡਾ। ਡਾਕਟਰ ਜਗਤਾਰ ਦੇ ਨਾਲ ਜਿਹੜੇ ਹੋਰ ਲੋਕ ਆਏ, ਉਹਨਾਂ ਦੇ ਵਿੱਚ ਰਣਧੀਰ ਸਿੰਘ ਚੰਦ ਦਾ ਨਾਂ ਆਉਂਦਾ, ਗੁਰਦੇਵ ਸਿੰਘ ਨਿਰਧਨ ਦਾ ਨਾਂ ਆਉਂਦਾ, ਕੰਵਰ ਚੌਹਾਨ ਦਾ ਨਾਂ ਆਉਂਦਾ। ਇਸੇ ਤਰ੍ਹਾਂ ਦੇ ਨਾਲ ਥੋੜ੍ਹਾ ਹੋਰ ਅੱਗੇ ਆਈਏ ਤਾਂ ਡਾਕਟਰ ਲੋਕ ਸਿੰਘ ਆਨੰਦ ਦਾ ਨਾਂ ਆਉਂਦਾ। ਉਦੋਂ ਅਗਲੀ ਪੀੜ੍ਹੀ ਜਿਹੜੀ ਫਿਰ ਆਉਂਦੀ, ਉਹਦੇ ਸੁਰਜੀਤ ਪਾਤਰ ਸਾਹਿਬ ਦਾ ਨਾਂ ਬੜਾ ਸਤਿਕਾਰਯੋਗ ਹੈ। ਉਹਨਾਂ ਦੇ ਨਾਲ ਦਵਿੰਦਰ ਜੋਸ਼ ਦਾ ਨਾਂ ਬੜਾ ਵੱਡਾ। SS ਮੀਸ਼ਾ ਸਾਹਿਬ ਨੇ ਵੀ ਗਜ਼ਲ ਲਿਖਣੀ ਸ਼ੁਰੂ ਕੀਤੀ, ਹਰਭਜਨ ਸਿੰਘ ਹੁੰਦਲ ਹੋਰਾਂ ਨੇ ਵੀ ਗਜ਼ਲ ਲਿਖਣੀ ਸ਼ੁਰੂ ਕੀਤੀ ਲੇਟਰ ਸਟੇਜ ਦੇ ਉੱਤੇ। ਇਹਨਾਂ ਲੋਕਾਂ ਨੇ ਮਾਹੌਲ ਉਸਾਰ ਦਿੱਤਾ। ਔਰ ਜਦੋਂ ਅਸੀਂ ਲੋਕ ਸ਼ੁਰੂ ਹੋਏ ਹਾਂ 75-76 ਦੇ ਨੇੜ ਤੇੜ, ਮੇਰੀ ਪਹਿਲੀ ਗਜ਼ਲ 78 ਛਪੀ ਹੈ, ਮੇਰੀ ਪਹਿਲੀ ਕਿਤਾਬ ਸੀ ਸ਼ੀਸ਼ਾ ਝੂਠ ਬੋਲੋ, ਉਹਦੇ ਛਪੀ ਸੀਗੀ। ਔਰ ਅਸੀਂ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹ ਗਜ਼ਲ ਲਿਖੀਏ ਜਿਹੜੀ ਪੰਜਾਬੀ ਮੁਹਾਵਰੇ ਤੇ ਮੁਹਾਂਦਰੇ ਨੂੰ ਪੇਸ਼ ਕਰਦੀ ਹੋਵੇ। ਔਰ ਇਸ ਗੱਲ ਨੂੰ ਡਾਕਟਰ ਜਗਤਾਰ ਨੇ, ਮੇਰੀ ਕਿਤਾਬ ਛਪੀ ਸੀ 2003 ਦੇ ਵਿੱਚ ਮਨ ਦੇ ਬੂਹੇ ਬਾਰੀਆਂ, ਉਹਦੇ ਦਿਵਾਚ ਚ ਵੀ ਗੱਲ ਲਿਖੀ ਹੈ ਕਿ ਨਿਰੋਲ ਪੰਜਾਬੀ ਗਜ਼ਲ ਨੂੰ ਜੇ ਪੜ੍ਹਨਾ ਤਾਂ ਤੁਹਾਨੂੰ ਮਨ ਦੇ ਬੂਹੇ ਬਾਰੀਆਂ ਪੜ੍ਹਨੀ ਚਾਹੀਦੀ ਹੈ। ਇਹੀ ਗੱਲ ਸਰਦਾਰ ਪੰਛੀ ਨੇ ਕਹੀ, ਇਹੀ ਗੱਲ ਪ੍ਰਿੰਸ ਤਖਤ ਸਿੰਘ ਨੇ, ਮੇਰੀ ਪਹਿਲੀ ਗਜ਼ਲ ਦੀ ਕਿਤਾਬ ਛਪੀ 87 ਦੇ ਵਿੱਚ ਹਰ ਦੁੱਖ ਦਾ ਪਿੰਡ ਮੇਰਾ ਹੈ, ਉਹਦੇ ਚ ਵੀ ਉਹਨਾਂ ਨੇ ਗੱਲ ਕਹੀ ਸੀ। ਮੈਂ ਕਹਿਣਾ ਚਾਹੁੰਦਾ ਕਿ ਮੈਂ ਬਹੁਤੀ ਮੈਂ ਕਰਾਂ ਤਾਂ ਮੇਰੀ ਹਸਤੀ ਬਹੁਤੀ ਵੱਡੀ ਨਹੀਂ ਹੋ ਜਾਂਦੀ, ਪਰ ਹਕੀਕਤਨ ਜਿਹੜੇ ਮੇਰੇ ਸਹਿਯੋਗੀ ਸਾਥੀ ਨੇ, ਜਿਹੜੇ ਮੇਰੇ ਸਮੇਂ 'ਚ ਲਿਖ ਰਹੇ ਲੋਕ ਨੇ, ਉਹਨਾਂ ਦੇ ਵਿੱਚ ਜਸਵਿੰਦਰ ਸਾਡਾ ਬਹੁਤ ਅੱਛਾ ਸ਼ਾਇਰ ਹੈ, ਅਗਰਬੱਤੀ ਉਹਦੀ ਕਿਤਾਬ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਇਸ ਤਰ੍ਹਾਂ ਗੁਰਤੇਜ ਕੁਹਾਰ ਵਾਲਾ ਬੜਾ ਅੱਛਾ ਪੋਇਟ ਹੈ ਸਾਡਾ, ਜਿਹਦੀ ਕਿਤਾਬ ਪਾਣੀ ਪਾਣੀ ਦਾ ਹਾਸ਼ੀਆ ਛਪੀ। ਇਸੇ ਤਰ੍ਹਾਂ ਦੇ ਨਾਲ ਹੋਰ ਸਾਡੇ ਸ਼ਾਇਰ ਬੜੇ ਅੱਛੇ ਨੇ, ਨਵਿਆਂ ਦੇ ਵਿੱਚੋਂ ਤਰਲੋਚਨ ਲੋਚੀ ਹੈ, ਮਨਜਿੰਦਰ ਧਨੋਆ ਹੈ, ਬ੍ਰਿਜਿੰਦਰ ਚੌਹਾਨ ਹੈ। ਇਹ ਲੋਕ ਨੇ ਬੜੀ ਅੱਛੀ ਗਜ਼ਲ ਲਿਖ ਰਹੇ ਨੇ, ਬੜਾ ਉਹਨਾਂ ਦਾ ਉੱਚਾ ਮੁਕਾਮ ਹੈ। ਕੁੜੀਆਂ ਦੇ ਵਿੱਚੋਂ ਸੁਰਜੀਤ ਸਖੀ ਹੈ ਜਿਹੜੀ ਅਮਰੀਕਾ 'ਚ ਵੱਸਦੀ ਹੈ। ਇਸੇ ਤਰ੍ਹਾਂ ਨਾਲ ਪੰਜਾਬ 'ਚ ਵੱਸਦਿਆਂ 'ਚੋਂ ਸੁਖਵਿੰਦਰ ਅੰਮ੍ਰਿਤ ਹੈ, ਬੜੀ ਅੱਛੀ ਗਜ਼ਲ ਲਿਖ ਰਹੀ ਹੈ। ਅਨੂਬਾਲਾ ਅਨੰਦਪੁਰ ਸਾਹਿਬ ਰਹਿੰਦੀ ਹੈ। ਅਮਰਜੀਤ ਕੌਰ ਅਮਰ ਹੈ, ਕੁੜੀ ਸਾਡੀ ਹੁਸ਼ਿਆਰਪੁਰ ਰਹਿੰਦੀ ਹੈ, ਬੜੀ ਅੱਛੀ ਗਜ਼ਲ ਲਿਖ ਰਹੇ ਨੇ। ਔਰ ਕੁਛ ਇੱਕ ਲੋਕ ਉਹ ਵੀ ਹੋ ਸਕਦੇ ਭੁੱਲ ਗਿਆ ਹੋਵਾਂ ਜਿਹਨਾਂ ਦੇ ਨਾਂ, ਪਰ ਉਹ ਕੰਮ ਕਰ ਰਹੇ ਨੇ। ਅਜਾਇਬ ਹੁੰਦਲ ਸਾਹਿਬ ਦਾ ਨਾਂ ਕਿੱਡਾ ਵੱਡਾ, ਉਹਨਾਂ ਨੇ ਗਜ਼ਲ ਲਿਖੀ ਉਹਨਾਂ ਤੋਂ ਪਹਿਲਿਆਂ 'ਚੋਂ। ਹਾਂ, ਅਜਾਇਬ ਚਿੱਤਰਕਾਰ ਸਾਹਿਬ, ਸੁਰਜੀਤ ਰਾਮਪੁਰੀ ਸਾਹਿਬ, ਉਹਨਾਂ ਨੇ ਬੜਾ ਅੱਛਾ ਗਜ਼ਲ ਦਾ ਕਲਾਮ ਕਿਹਾ। ਗੁਰਚੰਦ ਰਾਮਪੁਰੀ ਹੋਰਾਂ ਨੇ ਗਜ਼ਲ ਬੜੀ ਅੱਛੀ ਕਹੀ ਹੈ। ਸੋ ਇੱਕ ਪੂਰਾ ਮੁਹਾਵਰਾ ਤੇ ਮੁਹਾਂਦਰਾ, 100 ਸਾਲ ਦਾ ਇਤਿਹਾਸ ਸਾਡੇ ਕੋਲ ਪੰਜਾਬੀ ਗਜ਼ਲ ਦਾ, ਨਿਰੋਲ ਪੰਜਾਬੀ ਗਜ਼ਲ ਦਾ ਬਣਦਾ। ਔਰ ਮੈਨੂੰ ਲੱਗਦਾ ਕਿ ਇਹਨਾਂ ਲੋਕਾਂ ਦੀ ਕੰਟਰੀਬਿਊਸ਼ਨ ਨੂੰ ਨਿੱਕਾ ਕਰਕੇ ਨਹੀਂ ਵੇਖ ਸਕਦੇ। ਸਾਹਿਬ, ਪੰਜਾਬੀ ਸਿਹਤ, ਪੰਜਾਬੀ ਜ਼ੁਬਾਨ, ਪੰਜਾਬੀ ਸੱਭਿਆਚਾਰ, ਇਹਨਾਂ ਨੂੰ ਕਿਹੜੀਆਂ ਗੱਲਾਂ ਤੋਂ ਬਚਾਉਣ ਦੀ ਲੋੜ ਹੈ? ਤੇ ਅਖੀਰ ਤੇ ਜਿਹੜੇ ਉਹ ਇੱਕ ਤੁਸੀਂ ਅੱਗੇ ਨਾਮ ਹੀ ਕੋਟ ਕੀਤਾ, ਗੁੰਮਨਾਮ ਸ਼ਾਇਰ ਜਿਨ੍ਹਾਂ ਨੇ ਪੰਜਾਬੀ ਜ਼ੁਬਾਨ ਲਈ ਬਹੁਤ ਸਾਰਾ ਕੰਮ ਕੀਤਾ, ਉਹਨਾਂ ਲਈ ਕੀ ਕਹਿਣਾ ਚਾਹੋਗੇ? ਵੇਖੋ, ਪੰਜਾਬੀਆਂ ਨੂੰ ਸਭ ਤੋਂ ਵੱਧ ਜਿਹੜੀ ਇਸ ਵੇਲੇ ਵਾਇਰਸ ਕਰੋਨਾ ਤੋਂ ਵੀ ਖਤਰਨਾਕ ਚੰਬੜਿਆ, ਉਹ ਹੈਗਾ ਸ਼ੇਖੀ ਦਾ। ਉਹ ਤੋਂ ਮੁਕਤ ਹੋਣ ਦੀ ਲੋੜ ਹੈ ਕਿ ਜੇ ਮਹਾਨਾਂ ਤੋਂ ਵੀ ਅਸੀਂ ਹਾਂ, ਜੇ ਦਾਨਵੀਰਾਂ ਤੋਂ ਵੀ ਅਸੀਂ ਹਾਂ, ਜੇ ਸੋਹਣਿਆਂ ਦਾ ਅਸੀਂ ਵੀ ਉਹ ਵੀ ਅਸੀਂ ਹਾਂ, ਜੇ ਬਹਾਦਰਾਂ ਤੋਂ ਵੀ ਅਸੀਂ ਹਾਂ, ਇਹ ਸਾਡੀਆਂ ਸੀਮਾਵਾਂ ਨੇ। ਇਹ ਸੱਚ ਹੈ ਕਿ ਅਸੀਂ ਕਿਲਿਆਂ ਦੇ ਸਵਾਮੀ ਹਾਂ, ਗੜ ਸਾਡੇ ਟਿਕਾਣੇ ਸੀ ਕਿਸੇ ਵਕਤ, ਅਸੀਂ ਹੌਲੀ ਹੌਲੀ ਦਰਬਾਨੀ ਤੱਕ ਕਿਵੇਂ ਪਹੁੰਚੇ ਸੋਚਣ ਦੀ ਲੋੜ ਹੈ। ਅੱਜ ਕਿਲਿਆਂ ਦੇ ਅੰਦਰ ਵੜਨ ਵਾਲੇ ਨਹੀਂ ਅਸੀਂ ਹੈਗੇ, ਅਸੀਂ ਕਿਲਿਆਂ ਦੇ ਦਰਬਾਨ ਹਾਂ। ਉਹ ਦਰਬਾਨੀ ਤੱਕ ਆਪਣੇ ਇਸ ਗੱਲ 'ਚ ਆ ਕਿ ਅਸੀਂ ਸ਼ਾਸਤਰ ਤਿਆਗ ਦਿੱਤਾ, ਅਸੀਂ ਸ਼ਸਤਰ ਫੜ ਲਿਆ, ਇਕੱਲਾ ਸ਼ਸਤਰ ਫੜ ਲਿਆ, ਮੁਕਾਬਲਾ ਹਥਿਆਰ ਦਾ ਹਥਿਆਰ ਨਾਲ ਹੋਣ ਲੱਗ ਗਿਆ, ਬੰਦੇ ਦਾ ਮੱਥੇ ਦਾ ਮੱਥੇ ਦਾ ਮੁਕਾਬਲਾ ਹੀ ਕੋਈ ਨਹੀਂ ਹੋ ਰਿਹਾ। ਮੇਰੀ ਮਰਿਆਦਾ ਨੂੰ ਨਸਰ ਢਿੱਲੋਂ ਨਹੀਂ ਜਾਣਦਾ, ਨਸਰ ਢਿੱਲੋਂ ਦੀ ਮਰਿਆਦਾ ਨੂੰ ਮੈਂ ਨਹੀਂ ਜਾਣਦਾ, ਜਦਕਿ ਤੇਰੇ ਵੱਡੇ ਵਡਿੱਕੇ 5 ਵੜ ਦੇ ਜੰਮੇ ਜਾਏ ਨੇ, ਮੇਰੇ ਵੱਡੇ ਵਡਿੱਕੇ ਲਿੱਦੋ ਗਿਆ ਦੇ ਨੇ। ਉਹੋ ਜਿਹੀ ਮਿੱਟੀ ਫੋਲਦੇ ਉਹ ਜੱਟ ਸਨ, ਉਹੋ ਜਿਹੀ ਮਿੱਟੀ ਫੋਲਦੇ ਮੇਰੇ ਬਜ਼ੁਰਗ ਜੱਟ ਸਨ। ਸਾਨੂੰ ਆਪਣੀ ਮਿੱਟੀ ਦੇ ਨਾਲ ਸਾਂਝ ਪਾਉਣੀ ਪਏਗੀ, ਆਪਣੀ ਸ਼ੇਖੀ ਮੁਕਤ ਹੋਣਾ ਪਏਗਾ, ਹੰਕਾਰ ਮੁਕਤ ਹੋਣਾ ਪਏਗਾ, ਸਾਂਝੀ ਵਿਰਾਸਤ ਤੇ ਸਾਂਝਾ ਮਾਣ ਕਰਨਾ ਪਏਗਾ। ਸਾਡੀ ਬੁੱਕਲ ਇੱਡੀ ਸਧਾਰਨ ਬੁੱਕਲ ਨਹੀਂ ਹੈ ਯਾਰ, ਜਿਹੜੀ ਜ਼ਬਾਨ ਕੋਲ ਬਾਬਾ ਫਰੀਦ ਹੋਵੇ, ਦੁੱਲਾ ਹੋਵੇ, ਬੁੱਲਾ ਹੋਵੇ, ਅਹਿਮਦ ਖਾਂ ਖਰਲ ਹੋਵੇ, ਸਰਾਭਾ ਹੋਵੇ, ਭਗਤ ਸਿੰਘ ਹੋਵੇ, ਊਧਮ ਸਿੰਘ ਹੋਵੇ, ਲਾਜਪਤ ਰਾਏ ਹੋਵੇ, ਜਿਹੜੀ ਧਰਤੀ ਕੋਲ ਸੂਫੀ ਅੰਬਾ ਪ੍ਰਸ਼ਾਦ ਹੋਵੇ, ਬਾਂਕੇ ਦਿਆਲ ਹੋਵੇ, ਲਾਲਾ ਹਰਦਿਆਲ ਹੋਵੇ, ਬਾਬਾ ਸੁਣ ਸੁਣ ਭਕਣਾ ਹੋਵੇ, ਉਹ ਸਧਾਰਨ ਮਿੱਟੀ ਤੇ ਨਹੀਂ ਨਾ। ਮੌਲਵੀ ਬਰਕਤੁੱਲਾ ਹੋਵੇ, ਉਹ ਮਿੱਟੀ ਸਧਾਰਨ ਨਹੀਂ ਹੈਗੀ। ਸਰ ਮੁਹੰਮਦ ਇਕਬਾਲ ਹੋਵੇ,
ਕਿੱਡੇ ਕਿੱਡੇ ਵੱਡੇ ਸਿਰ ਨੇ ਯਾਰ ਉਹਨਾਂ ਲੋਕਾਂ ਦੇ, ਕਿੱਡੇ ਵੱਡੇ ਸਿਰ ਨੇ ਜਿਹੜੇ ਸਾਨੂੰ ਕਹਿ ਗਏ ਕਿ ਖੁਦ ਹੀ ਕੋ ਕਰਬਲਾ ਦਿੱਤਾ, ਕਿਹਾ ਤਦਬੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਬਤਾ ਰਜ਼ਾ ਕਿਆ ਹੈ। ਤੇਰੀ ਰਜ਼ਾ। ਜਿਹੜਾ ਸਾਨੂੰ ਇਹ ਕਹਿ ਗਿਆ ਬੰਦਾ ਤੇ ਕਿ ਆਪਣੇ ਆਪ ਨੂੰ ਮਸਜਿਦ ਤੋਂ ਇੰਨਾ ਬਣਾ ਲਈ, ਇੰਨਾ ਇੰਨਾ ਪ੍ਰੂਵ ਕਰੋ ਕਿ ਰੱਬ ਤੁਹਾਡੇ ਕੋਲ ਪੁੱਛੇ ਵੀ ਮਸਜਿਦ ਤੇਰੇ ਲਈ। ਮਸਜਿਦ 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 ਤੋਂ ਬਣਾ ਲਈ ਸ਼ਬਰ ਮੇਂ ਇਮਾਂ ਕੀ ਹਰਾਰਤ ਵਾਲੋਂ ਨੇ। ਮਨ ਸਦੀਓ ਪੁਰਾਣਾ ਪਾਪੀ ਥਾ ਬਰਸੋਂ ਮੇਂ ਨਿਵਾਜ਼ੀ ਬਣ ਨਾ ਸਕਾ। ਇਕਬਾਲ ਬੜਾ ਉਪਦੇਸ਼ਕ ਹੈ, ਮਨ ਬਾਤੋਂ ਸੇ ਮੋਹ ਲੇਤਾ ਹੈ, ਗੁਫਤਾਰ ਕਾ ਗਾਜ਼ੀ ਬੰਦ ਹੋ ਗਿਆ, ਕਿਰਦਾਰ ਕਾ ਗਾਜ਼ੀ ਬਣ ਨਾ ਸਕਾ। ਅਸੀਂ ਕਿਰਦਾਰ ਦੇ ਗਾਜ਼ੀ ਬਣਾਂਗੇ ਤਾਂ ਸਾਡਾ ਸਰਨਾ ਹੈ ਮਿੱਤਰਾ। ਇਕੱਲੇ ਹੰਕਾਰ ਦੀ ਪੰਡ ਚੁੱਕ ਕੇ ਅਸੀਂ ਵਹਿੰਦੇ ਪਾਣੀ ਚ ਤੁਰੇ ਫਿਰਾਂਗੇ ਨਾ, ਜਦੋਂ ਰੱਖਾਂਗੇ ਮਾੜਾ ਜਿਹਾ ਛਿੱਲਾ ਹੋਇਆ ਨੀ, ਉਹੀ ਰੂਹ ਤੁਹਾਡਾ ਹੰਕਾਰ ਵਾਲਾ ਰੂਹ, ਉਹਨੇ ਭਿੱਜ ਜਾਣਾ ਤੇ ਉਹਨੂੰ ਤੁਹਾਨੂੰ ਡੋਬ ਦੇਣਾ, ਤੇ ਲਗਭਗ ਹੁਣ ਡੁੱਬੇ ਪਏ ਆ। ਐਵੇਂ ਆ ਮੁੱਛਾਂ ਖੜੀਆਂ ਕਰਕੇ ਭਰਮ ਭੁਲੇਖਾ ਚੁੱਕੀ ਫਿਰਦੇ ਆ। ਕਹਾਣੀ ਇਹ ਆ ਕੁੱਲ ਬਣਾ ਕੇ ਕਿ ਆਹ ਜੋਤ ਇਹਦੇ ਉੱਤੇ ਢੱਕਣ ਬੰਦ ਹੈ, ਆਹ ਦੋ ਜਿਹੜੀਆਂ ਅੱਖਾਂ ਨੇ ਇਹ ਸੰਸਾਰ ਨੂੰ ਵੇਖਣ ਲਈ ਨੇ, ਵਿਸ਼ਲੇਸ਼ਣ ਵਾਸਤੇ ਤੀਸਰਾ ਨੇਤਰ ਸਾਨੂੰ ਜਗਾਉਣਾ ਪੈਣਾ, ਜਿਹੜਾ ਵਿਜੁਅਲਾਈਜ਼ ਕਰ ਸਕੇ ਅੱਖਾਂ ਮੀਟ ਕੇ। ਕਿ ਸਮਾਂ ਕਿਹੋ ਜਿਹਾ ਹੋਏਗਾ ਜਦੋਂ ਬਾਬਾ ਸ਼ੇਖ ਫਰੀਦ ਦਾ ਕਲਾਮ ਲੈਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਪਾਕਪਟਨ ਗਏ ਹੋਣਗੇ, ਉਹ ਸਮਾਂ ਕਿਹੋ ਜਿਹਾ ਹੋਏਗਾ ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਭਗਤ ਕਬੀਰ ਨੂੰ, ਨਾਮਦੇਵ ਨੂੰ, ਜੈਦੇਵ ਨੂੰ, ਭਾਈ ਮਰਦਾਨਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ ਦੇ ਬਰਾਬਰ ਬਿਠਾਇਆ ਹੋਏਗਾ। ਉਹ ਕਿੱਡਾ ਬੜਾ ਵਿਜ਼ਨ ਸੀ ਉਹ ਵਕਤ ਕਿਹੋ ਜਿਹਾ ਹੋਏਗਾ ਜਦੋਂ ਸਾਈਂ ਮੀਆਂ ਮੀਰ ਚੱਲ ਕੇ ਆਉਂਦੇ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ, ਇੱਟ ਰੱਖਣ ਆਉਂਦੇ ਨੇ। ਉਹ ਕਿੱਡੇ ਵੱਡੇ ਸਿਰ ਹੋਣਗੇ ਜਿਨ੍ਹਾਂ ਦੀ ਰਬਾਬ ਪਹਿਲਾਂ ਵੱਜਦੀ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਰਦਾਨਿਆਂ ਰਬਾਬ ਵਜਾਏ ਬਾਣੀ ਆਈ ਹੈ। ਉਹ ਕਿੱਡਾ ਵੱਡਾ ਦਿਵ ਦ੍ਰਿਸ਼ਟੀ ਵਾਲਾ ਮਨੁੱਖ ਹੋਏਗਾ ਰਾਏ ਬਰਾਲ ਪੱਟੀ, ਜਿਹਨੇ ਮੇਰੇ ਪਾਤਸ਼ਾਹ ਨੂੰ ਸਭ ਤੋਂ ਪਹਿਲੀ ਵਾਰ ਪਛਾਣਿਆ ਹੋਏਗਾ, ਜਿਹਨੂੰ ਯਮਲਾ ਜੱਟ ਕਹਾਉਂਦਾ ਨਾ, ਕਹਿੰਦਾ ਕਹਿੰਦਾ ਕਿ ਬੰਦਿਆਂ ਤੂੰ ਰੱਬ ਦੇ ਚਪੇੜਾਂ ਕਾਹਨੂੰ ਮਾਰੀਆਂ, ਚਾਂਦੀ ਦੀਆਂ ਠੀਕਰਾਂ ਨੇ ਕੀ ਨਕਾਰੀਆਂ, ਬੰਦਿਆਂ ਤੂੰ ਰੱਬ ਦੇ ਚਪੇੜਾਂ ਕਾਹਨੂੰ ਮਾਰੀਆਂ। ਉਸ ਕਿਸਮ ਦਾ ਮਨੁੱਖ ਸਾਡੇ ਅੰਦਰੋਂ ਸਾਨੂੰ ਜਗਾਉਣ ਦੀ ਲੋੜ ਹੈ। ਵਿੱਚੇ ਬੈਠਾ ਕਿਤੇ ਬਾਹਰ ਨਹੀਂ ਗਿਆ, ਉਹ ਵਿੱਚੇ ਬੈਠਾ, ਉਹ ਅਸੀਂ ਡੋਰਮੈਂਸੀ ਚ ਪਏ ਹੋਏ ਨੂੰ ਪਾਣੀ ਦਾ ਤਰੌਂਕਾ ਮਾਰ ਕੇ, ਗਿਆਨ ਦਾ ਤਰੌਂਕਾ ਮਾਰ ਕੇ ਜਗਾਉਣਾ। ਜੇ ਉਹ ਜਾਗ ਪਵੇਗਾ, ਉਹ ਕਿਸੇ ਦੇਸ਼ ਲਈ, ਖਿੱਤੇ ਲਈ ਕਿਸੇ ਤਰ੍ਹਾਂ ਦਾ ਨੁਕਸਾਨਕਾਰੀ ਨਹੀਂ ਹੈ। ਧਰਤੀ ਦਾ ਸਵੈਮਾਣ ਹੰਕਾਰ ਚ ਤਬਦੀਲ ਹੁੰਦਾ ਤਾਂ ਖਤਰਨਾਕ ਹੈ। ਧਰਤੀ ਦਾ ਸਵੈਮਾਣ ਜਿਉਂਦਾ ਰਹਿਣਾ ਚਾਹੀਦਾ, ਹਰ ਧਰਤੀ ਦਾ ਸਵੈਮਾਣ, ਤੇ ਉਹਦੀ ਨੇਟਿਵਿਟੀ ਦੇ ਵਿੱਚੋਂ ਜਿਹੜੀ ਤਾਕਤ ਮਿਲਦੀ ਹੈ ਉਹਦੇ ਨਾਲ ਹੀ ਮੁਲਕਾਂ ਦੀਆਂ ਅੰਦਰੂਨੀ ਤੇ ਬਾਹਰੀ ਸੁਰੱਖਿਆ ਜਿਹੜੀਆਂ ਯਕੀਨੀ ਬਣਦੀਆਂ ਨੇ। ਤੁਸੀਂ ਅੰਦਾਜ਼ਾ ਲਾਓ ਕਿ ਫੁਲਕਾਰੀ ਇਕੱਲੇ ਲਾਲ ਰੰਗ ਦੀ ਹੋਵੇ ਉਹਨੂੰ ਫੁਲਕਾਰੀ ਕਹੋਗੇ, ਹਰੇ ਰੰਗ ਦੀ ਹੋਵੇ ਫੁਲਕਾਰੀ ਕਹੋਗੇ, ਰੰਗ ਭਰਨੇ ਪੈਂਦੇ ਫੁਲਕਾਰੀ ਚ ਰੰਗ ਨੀ ਭਰਨੇ ਪੈਂਦੇ, ਫੁਲਕਾਰੀ ਕੋਈ ਰੰਗ ਆਪਣੇ ਹੁੰਦੇ ਨੇ ਮਿੱਤਰਾ। ਉਹ ਥੋੜੀਆਂ ਟੁੱਟੀਆਂ ਸਾਡੀਆਂ ਧੀਆਂ ਭੈਣਾਂ ਮਾਵਾਂ ਨੇ ਆਪਣਾ ਸਾਰਾ ਹੀ ਰੇਸ਼ਮ ਉਹਦੇ ਵਿੱਚ ਲਾਇਆ ਹੁੰਦਾ, ਰੇਸ਼ਮ ਦੀਆਂ ਅੱਟੀਆਂ ਜਿਹੜੀਆਂ ਉੱਤੇ ਲਾਈਆਂ ਹੁੰਦੀਆਂ ਨੇ, ਤੇ ਉਹਦਾ ਥੱਲੇ ਵਾਲਾ ਜਿਹੜਾ ਕੱਪੜਾ ਜਿਹਨੂੰ ਹਲਵਾਨ ਕਹਿੰਦੇ ਆ, ਲਾਲ ਰੰਗ ਦਾ, ਸੁਰਖ ਰੰਗ ਦਾ, ਨੀਲਕ ਦਾ, ਨੀਲੇ ਰੰਗ ਦਾ, ਉਹਦਾ ਬੇਸ ਪਤਾ ਕਿਹੜਾ ਹੁੰਦਾ, ਉਹ ਖੱਦਰ ਦਾ ਹੁੰਦਾ। ਉਹ ਖੱਦਰ ਦਾ ਕਿਉਂ ਹੁੰਦਾ ਤੇ ਕਢਾਈ ਰੇਸ਼ਮ ਦੀ ਕਿਉਂ ਹੁੰਦੀ ਹੈ, ਇਹ ਪੰਜਾਬੀ ਸੁਭਾਅ ਦੀ ਇੱਕ ਬੜੀ ਵੱਡੀ ਮਿਸਾਲ ਹੈ ਕਿ ਅਸੀਂ ਆਧਾਰ ਭੂਮੀ ਦੇ ਵਿੱਚ ਮਜ਼ਬੂਤ ਹਾਂ, ਖੱਦਰ ਵਾਂਗ ਹਾਂ, ਤੇ ਉਸਾਰ ਸਾਡਾ ਜਿਹੜਾ ਹੈਗਾ ਉਹ ਕੋਮਲਤਾ ਤੇ ਮੁਲਾਇਮੀ ਵਿੱਚ ਹੈ, ਸਾਡਾ ਹੁਸਨ ਜਿਹੜਾ ਹੈਗਾ ਉਹ ਸਾਡੀ ਕੋਮਲਤਾ ਵਿੱਚ ਹੈ, ਸੰਵੇਦਨਾ ਵਿੱਚ ਹੈ, ਸੈਂਸਿਟਿਵਿਟੀ ਵਿੱਚ ਹੈ। ਉਹ ਸੈਂਸਿਟਿਵਿਟੀ ਨਾ ਗੁਆਚੇ, ਅੱਜ ਅੰਡਰ ਥਰੈਟ ਮੇਰੇ ਵਤਨ 'ਚ ਵੀ ਤੇਰੇ ਵਤਨ 'ਚ ਵੀ ਸੈਂਸਿਟਿਵਿਟੀ ਅੰਡਰ ਥਰੈਟ ਹੈ, ਸੰਵੇਦਨਾ ਜਿਹੜੀ ਹੈਗੀ ਹੈ ਉਹ ਗੁਆਚ ਰਹੀ ਹੈ।
ਦੀਵੇ ਤੇ ਤੂਫਾਨ ਦੀ ਲੜਾਈ ਮਿੱਤਰਾ ਸੰਵੇਦਨਾ ਨਾ ਗੁਆਚੇ, ਇਹੀ ਤਰਲੇ ਮਾਰੋ, ਮਿੱਤਰ ਪਿਆਰਿਆਂ ਨੂੰ ਆਖੋ, ਸੰਚਾਰ ਮਾਧਿਅਮਾਂ ਨੂੰ ਆਖੋ, ਲਿਖਾਰੀਆਂ ਨੂੰ ਆਖੋ, ਹੁਕਮਰਾਨਾਂ ਨੂੰ ਆਖੋ ਕਿ ਸਾਡੀ ਸੰਵੇਦਨਾ ਨਾ ਖੋਇਓ, ਰੱਬ ਦਾ ਵਾਸਤਾ ਸਾਡੀਆਂ ਜਾਨਾਂ ਲੈ ਲਓ, ਸਾਡੀ ਸੰਵੇਦਨਾ ਨਾ ਖੋਇਓ, ਸਾਡੀ ਅੱਖ 'ਚ ਅੱਥਰੂ ਆਵੇ। ਜਿੱਦਣ ਇੱਕ ਸਕੂਲ ਦੇ ਬੱਚਿਆਂ ਦੇ ਬਸਤੇ ਖੂਨ ਨਾਲ ਭਿੱਜੇ ਸੀ ਤੇਰੇ ਵਤਨ ਦੇ ਵਿੱਚ, ਜਾਂ ਜਿੱਦਣ ਉਹ ਕੁੜੀ ਸਵਾਤ ਘਾਟੀ ਦੇ ਵਿੱਚ ਗਜ਼ਾਲਾਂ ਨੂੰ ਗੋਲੀ ਵੱਜੀ ਸੀ, ਮੈਂ 2-3 ਰਾਤਾਂ ਸੌਂ ਨਹੀਂ ਸੀ ਸਕਿਆ, ਮੈਂ ਸੌਂ ਨਹੀਂ ਸੀ ਸਕਿਆ, ਨਾ ਮੇਰੀ ਗਜ਼ਾਲਾ ਕੁਛ ਲੱਗਦੀ ਸੀ, ਨਾ ਉਹਨਾਂ ਬੱਚਿਆਂ 'ਚੋਂ ਮੇਰਾ ਕੋਈ ਭਣੇਵਾਂ ਭਤੀਜਾ ਪੋਤਾ ਪੋਤੀ ਸੀ, ਪਰ ਮੈਨੂੰ ਇੰਝ ਲੱਗਦਾ ਸੀ ਕਿ ਬਸ ਤਾਂ ਸਾਡੇ ਘਰ ਆਇਆ ਲੁਧ ਭਿੱਜਿਆ ਹੋਇਆ। ਇਹ ਸੈਂਸਿਟਿਵਿਟੀ ਜਿਹੜੀ ਹੈਗੀ ਹੈ, ਇਹ ਗੈਰ ਹਾਜ਼ਰ ਨਹੀਂ ਹੋਣੀ ਚਾਹੀਦੀ। ਦੁਨੀਆਂ 'ਤੇ ਕਿਤੇ ਵੀ ਦੁੱਖ ਹੈ, ਤਕਲੀਫ ਹੈ, ਉਹਦੇ ਨਾਲ ਤੁਹਾਡੀ ਅੱਖ 'ਚ ਸਲਾਬ ਆਉਣੀ ਚਾਹੀਦੀ ਹੈ। ਜੇ ਸਲਾਬ ਨਹੀਂ ਆਉਂਦੀ, ਤੁਸੀਂ ਇੱਕ ਸੁੱਕੀ ਲੱਕੜ ਬਣ ਚੁੱਕੇ ਹੋ, ਪੱਥਰ ਹੋ ਗਏ ਹੋ। ਜਿਹੜੇ ਪੱਥਰ ਬਾਰੇ ਮੈਂ ਕਿਹਾ ਸੀ ਕਿ ਇੱਕੋ ਵਾਰੀ ਮੰਦਰ ਜਾ ਕੇ ਪੱਥਰ ਤਾਂ ਭਗਵਾਨ ਬਣ ਗਿਆ, ਇੱਕੋ ਵਾਰੀ ਮੰਦਰ ਜਾ ਕੇ ਪੱਥਰ ਤਾਂ ਭਗਵਾਨ ਬਣ ਗਿਆ, ਇੰਨੀ ਵਾਰੀ ਮੰਦਰ ਜਾ ਕੇ ਬੰਦਾ ਪੱਥਰ ਕਿਉਂ ਇਨਸਾਨ ਬਣ ਗਿਆ, ਇੰਨੀ ਵਾਰੀ ਮੰਦਰ ਜਾ ਕੇ ਪੱਥਰ ਕਿਉਂ ਇਨਸਾਨ ਬਣ ਗਿਆ, ਵੀ ਜਿਹੜਾ ਪੱਥਰ ਸੀ ਗਿਆ ਉਹ ਤਾਂ ਉੱਥੇ ਭਗਵਾਨ ਬਣ ਕੇ ਬੈਠਾ, ਤੇ ਅਸੀਂ ਜਿਹੜੇ ਇਨਸਾਨ ਸਾਂ ਅਸੀਂ ਪੱਥਰ ਹੋ ਗਏ ਹਾਂ। ਅਸੀਂ ਆਪਣੀ ਸੰਵੇਦਨਾ ਨੂੰ ਪਥਰਾਉਣ ਨਹੀਂ ਦੇਣਾ। ਇੱਕ ਤੁਹਾਡੇ ਸਾਡੇ ਤਾਂ ਇੱਥੇ ਫਿਰਦੀ ਹੁੰਦੀ ਹੈ ਇੱਕ ਮਸ਼ੀਨ ਜਿਹਦੇ ਵਿੱਚ ਸੀਮੈਂਟ ਬਜਰੀ ਰੇਤਾ ਰਲਾ ਕੇ ਤੇ ਉਹ ਮੂਵਮੈਂਟ ਹੈ ਨਾ, ਤੁਹਾਡੇ ਵੱਡੀ ਵੱਡੀ ਫਿਰਦੀ ਹੋਣੀ ਕਈ ਸੜਕਾਂ ਸੁੜਕਾਂ ਬਣਾਉਣ ਵਾਲੀ, ਕੋਠੀਆਂ ਦੇ ਲੈਂਟਰ ਦਾ ਪਾਉਂਦੇ ਆ ਉਹ। ਮੈਂ ਕਿਸੇ ਨੂੰ ਪੁੱਛਿਆ, ਮੈਂ ਕਿਹਾ ਯਾਰ ਤੁਰੀ ਜਾਂਦੀ ਵੀ ਘੁੰਮੀ ਜਾਂਦੀ ਹੈ, ਉਹ ਗੱਲ ਬੜੀ ਸੋਹਣੀ ਕਹੀ ਉਸ ਬੰਦੇ ਨੇ, ਬੇਲਦਾਰ ਨੇ, ਕਹਿੰਦਾ ਸਰਦਾਰ ਸਾਹਿਬ ਜੇ ਇਹਨੂੰ ਮੂਵਮੈਂਟ 'ਚ ਨਾ ਨਾ ਰੱਖਿਆ, ਜਿੱਥੇ ਖਲੋ ਗਈ ਇਹਨੇ ਉੱਥੇ ਜੰਮ ਜਾਣਾ, ਫਿਰ ਕਿਸੇ ਕੰਮ ਦੀ, ਕਿਸੇ ਦੇ ਕੰਮ ਦੀ ਨਹੀਂ। ਅਸੀਂ ਆਪਣੀ ਸੰਵੇਦਨਾ ਦਾ ਜਿਹੜਾ ਪਹੀਆ ਨਾ ਉਸ ਮਸ਼ੀਨ ਵਾਂਗੂ ਹਮੇਸ਼ਾ ਘੁੰਮਦਾ ਰੱਖਣਾ ਚਾਹੀਦਾ ਸਾਨੂੰ, ਤਾਂ ਕਿ ਅਸੀਂ ਕਿਤੇ ਪਥਰਾ ਨਾ ਜਾਈਏ। ਸੰਵੇਦਨਾ ਦਾ ਚਸ਼ਮਾ ਜਿਹੜਾ ਉਹ ਲਗਾਤਾਰ ਵਹਿਣਾ ਚਾਹੀਦਾ, ਵਹਿਣਾ ਚਾਹੀਦਾ। ਇਹ ਵਿਆਹ ਸੀ, ਵਿਆਹ ਸੀ, ਮੈਨੂੰ ਯਾਦ ਹੈ 1996 ਦੇ ਵਿੱਚ ਜਦੋਂ ਪਹਿਲੀ ਵਾਰ ਲੋਕ ਸੰਗੀਤ ਮੇਲਾ ਕਰਵਾਇਆ ਇੱਥੇ ਨੱਚਦੀ ਜਵਾਨੀ ਕਲਚਰ ਸੁਸਾਇਟੀ ਵੱਲੋਂ, ਪੰਮੀ ਬਾਈ ਦੇ ਨਾਲ ਸੀ ਉਦੋਂ ਆਪਣਾ ਸਰਦਾਰ ਹਰਨੇਕ ਸਿੰਘ ਕੜੂਆ, ਉਦੋਂ ਮੰਤਰੀ ਸੀ ਪੰਜਾਬ ਦੇ, ਰੈਵਨਿਊ ਮਿਨਿਸਟਰ ਸੀ, ਕੁਛ ਦੋਸਤ ਹੋਰ ਸੀ ਨਾਲ ਉਦੋਂ, ਤੇ ਸੁਨੇਹਾ ਆਇਆ ਕਿ ਤੁਸੀਂ ਸ਼ਾਮਿਲ ਹੋਵੋ, ਜਿਹੜਾ ਕਾਫਲਾ ਆਉਣਾ ਲਾਹੌਰੋਂ ਉਹ 19 ਤਰੀਕ ਨੂੰ ਆ ਰਿਹਾ, ਵਾਹਗਾ ਕ੍ਰਾਸ ਕਰ ਰਿਹਾ, ਤੇ ਰਿਸੀਵ ਕਰਨ ਵਾਸਤੇ ਅਟਾਰੀ ਬਾਰਡਰ ਤੇ ਤੁਸੀਂ ਪਹੁੰਚੋ। ਜੱਸੋਵਾਲ ਸਾਹਿਬ ਮੈਨੂੰ ਕਹਿਣ ਲੱਗੇ, ਕਹਿੰਦੇ ਪੁੱਤਰ ਆਪਾਂ ਜਾ ਕੇ ਆਉਣਾ। ਮੈਂ ਕਿਹਾ ਚਲੋ ਚੱਲਾਂਗੇ ਜੀ। ਨਾਸਰ ਉਹ ਦਿਨ ਮੇਰੇ ਵਾਸਤੇ ਯਾਦਗਾਰੀ ਦਿਨ ਇਸ ਵਾਸਤੇ ਬਣ ਗਿਆ ਕਿ ਉਸ ਦਿਨ ਮੈਂ ਇਕੱਠੇ ਹਾਂ ਰੇਸ਼ਮਾ, ਸ਼ੌਕਤ ਅਲੀ ਭਾਜੀ, ਨੈਲਸਨ ਭੱਟੀ ਤੇ ਅਕਮ ਰਾਹੀ ਨੂੰ ਇਕੱਠਿਆਂ ਵੇਖਿਆ ਸੀ ਇੱਕੋ ਦਿਨ, 4 ਵੱਡਿਆਂ ਬੰਦਿਆਂ ਨੂੰ, ਸੰਗੀਤ ਦੇ ਵੱਡਿਆਂ ਸਿਤਾਰਿਆਂ ਨੇ, ਜਿਹਨਾਂ 'ਚ 2 ਸਾਨੂੰ ਸਾਥ ਛੱਡ ਗਏ ਨੇ ਸਾਡੇ, ਔਰ ਇਸ ਵੇਲੇ ਸ਼ੌਕਤ ਭਾਜੀ ਵੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ। ਪਰਮਾਤਮਾ ਕਰੇ, ਅੱਲਾ ਕਰੇ ਕਿ ਉਹ ਸਿਹਤਯਾਬ ਹੋਣ, ਸਾਨੂੰ ਉਸੇ ਤਰ੍ਹਾਂ ਨਾਲ ਹੀ ਫਿਰ ਗਲਵੱਕੜੀ 'ਚ ਲੈਣ। ਮੇਰੇ ਵੱਡੇ ਵੀਰ ਨੇ ਉਹ, ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ, ਇੰਨਾ ਪਿਆਰ ਮੈਂ ਸ਼ਾਇਦ ਕਿਸੇ ਹੋਰ ਬੰਦੇ ਨੂੰ ਕਰਦਾ ਹੋਵਾਂ ਧਰਤੀ 'ਤੇ ਜਿੰਨਾ ਗਾਇਕਾਂ 'ਚੋਂ ਸ਼ੌਕਤ ਅਲੀ ਭਾਜੀ ਨੂੰ ਕਰਦਾ। ਮੇਰਾ ਦਿਨ ਮਗਰੋਂ ਚੜ੍ਹਦਾ, ਮੈਨੂੰ ਪਹਿਲਾਂ ਅਰਦਾਸ ਆਉਂਦੀ ਹੈ ਕਿ ਰੱਬਾ ਸ਼ੌਕਤ ਅਲੀ ਨੂੰ ਕੁਛ ਨਾ ਹੋਵੇ। 96 ਦੀ ਗੱਲ ਕਰਦਾ, ਅਸੀਂ ਉਹਨਾਂ ਨੂੰ ਰਿਸੀਵ ਕੀਤਾ ਤੇ ਮੂੰਹ ਇਹਨਾਂ ਦਾ ਗੁੜ ਨਾਲ ਮਿੱਠਾ ਕਰਾ ਕੇ, ਸਰੋਂ ਦਾ ਤੇਲ ਚੋ ਕੇ ਇਹਨੂੰ ਕ੍ਰਾਸ ਕਰਵਾਇਆ ਅੰਦਰ, ਤੇ ਇਹਨਾਂ ਚਾਹੁੰਦੀਆਂ ਅੱਖਾਂ ਦੇ ਵਿੱਚ ਸਲਾਬ ਸੀ। ਅੰਮ੍ਰਿਤਸਰ ਵਾਲੇ ਤੇ ਕਹਿਣ ਲੱਗੇ ਕਿ ਅਸੀਂ ਬਾਅਦ ਵਿੱਚ ਕੁਛ ਮੂੰਹ 'ਚ ਪਾਉਣਾ, ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ। ਉਦਣ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਸੀ, ਅਸੀਂ ਕਿਸੇ ਦੋਸਤ ਮਿੱਤਰ ਨੂੰ ਕਹਿ ਕੇ ਬੇਨਤੀ ਕਰਕੇ ਉਹਨਾਂ ਨੂੰ ਮੱਥਾ ਟਿਕਵਾ ਦਿੱਤਾ। ਬਾਅਦ ਵਿੱਚ ਉੱਥੇ ਰਿਸੈਪਸ਼ਨ ਸੈਂਟਰ ਦੇ ਵਿੱਚ ਆਨਰ ਕਰਨਾ ਸੀ ਉਹਨਾਂ ਨੂੰ, ਤੇ ਉੱਥੇ ਜਿਹੜਾ ਸੂਚਨਾ ਅਧਿਕਾਰੀ ਸੀ ਉਸ ਵਕਤ ਅਮਰਜੀਤ ਸਿੰਘ ਗਰੇਵਾਲ, ਸੁਰਗਵਾਸ ਹੋ ਗਿਆ ਹੁਣ ਤਾਂ ਉਹ,
ਉਹ ਕਹਿਣ ਲੱਗਿਆ ਕਿ ਮੈਂ ਚਾਹੁੰਦਾ ਕਿ ਇਹ ਚਾਰੇ ਕੋਈ ਸ਼ਬਦ ਸੁਣਾਉਣ। ਮੈਨੂੰ ਤਾਂ ਗੁੱਸਾ ਆ ਗਿਆ, ਮੈਂ ਕਿਹਾ ਯਾਰ ਮੁਸਲਮਾਨ ਸਾਡੇ ਗਾਇਕ ਨੇ, ਇਹ ਸ਼ਬਦ ਉਹਨਾਂ ਨੂੰ ਕਹਿੰਦੇ ਸੁਣਾਓ ਮੈਨੂੰ, ਵੀ ਸ਼ਬਦ ਕਿੱਦਾਂ ਸੁਣਾ ਦੇਣਗੇ ਇਹਨੂੰ। ਪਰ ਨਾਸਰ ਜਿਹੜਾ ਉਹ ਦਿਨ ਸੀ ਨਾ ਸਮਝਦਾ ਕਿ ਦਸ਼ਮੇਸ਼ ਪਿਤਾ ਆਪ ਆਏ ਉਸ ਥਾਂ ਦੇ ਉੱਤੇ, ਇਹਨਾਂ ਦੇ ਸਿਰ ਦੇ ਉੱਤੇ ਚੰਦੋਏ ਵਾਂਗ ਰਹਿਮਤ ਆਣ ਦਿੱਤੀ ਉਹਨਾਂ ਨੇ। ਸ਼ੌਕਤ ਭਾਅ ਜੀ ਨੇ ਕਿਹਾ ਕਿ ਮੈਂ ਸ਼ੁਰੂ ਕਰਦਾ, ਆਪਾਂ ਰਲ ਕੇ ਗਾਉਂਦੇ ਹਾਂ। ਚੌਹਾਂ ਨੇ ਪਤਾ ਕਿਹੜੇ ਸ਼ਬਦ ਗਾਇਆ? ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਭਲੇ ਕੌਣ ਮੰਦੇ। ਜਦੋਂ ਰੇਸ਼ਮ ਨੇ ਅਲਾਪ ਲਿਆ ਤਾਂ ਇੰਝ ਲੱਗਿਆ ਕਿ ਅੰਬਰਾਂ ਤੱਕ ਉਹਦੀ ਰੀਚ ਹੈ। ਜਦੋਂ ਸ਼ੌਕਤ ਅਲੀ ਭਾਅ ਜੀ ਗਾ ਰਹੇ ਸੀ, ਇੰਝ ਲੱਗਦਾ ਸੀ ਕਿ ਫੈਲਵੇਂ ਰੂਪ ਦੇ ਵਿੱਚ ਪੂਰੀ ਕਾਇਨਾਤ, ਪੂਰੀ ਪ੍ਰਕਿਰਤੀ ਸੁਣ ਰਹੀ ਹੈ। ਨੈਲਸਨ ਪੱਟੀ ਸਾਹਿਬ ਸੁਣਾ ਰਹੇ ਸੀ ਤਾਂ ਇੰਝ ਲੱਗ ਰਿਹਾ ਸੀ ਕਿ ਪਤਾਲ ਤੱਕ ਉਹ ਆਵਾਜ਼ ਜਾ ਰਹੀ ਹੈ। ਅਕਰਮ ਨੂੰ ਤੁਸੀਂ ਜਾਣਦੇ ਹੋ, ਅਕਰਮ ਦਾ ਅੰਦਾਜ਼ ਵੀ ਕਿਹੜਾ ਪਿਆਰਾ ਹੈ। ਇਹਨਾਂ ਚੌਹਾਂ ਨੇ ਜਦੋਂ ਰਲ ਕੇ ਗਾਇਆ ਤਾਂ ਮੈਨੂੰ ਲੱਗਿਆ ਕਿ ਇੱਥੇ ਕੋਈ ਹੱਦ ਨਹੀਂ, ਸਰਹੱਦ ਨਹੀਂ, ਇੱਥੇ ਸਿਰਫ ਤੇ ਸਿਰਫ ਉਹ ਤਾਰੀ ਹੈ ਮਾਹੌਲ ਜਿਹੜਾ ਮਨੁੱਖ ਨੂੰ ਅੱਜ ਚਾਹੀਦਾ। ਉਸ ਮਾਹੌਲ ਦੀ ਸਲਾਮਤੀ ਵਾਸਤੇ ਆਪਾਂ ਕਲਮ ਨੂੰ ਹਥਿਆਰ ਵਾਂਗ ਵਰਤੀਏ। ਜਦੋਂ ਐਤਕੀ ਗਿਆ ਨਾ ਮੈਂ ਹੁਣ ਜਾ ਕੇ ਆਇਆ ਜਦੋਂ ਫਰਵਰੀ 'ਚ ਤੁਹਾਡੇ ਪਾਕਿਸਤਾਨ, ਤੇ ਮੈਨੂੰ ਤੁਹਾਡੇ ਪੁੱਛਣ ਲੱਗ ਗਏ ਰੇਂਜਰ, ਸਰਦਾਰ ਜੀ ਕੋਈ ਹਥਿਆਰ ਤਾਂ ਨਹੀਂ? ਮੈਂ ਕਿਹਾ ਹਾਂ ਹੈਗਾ। ਉਹ ਸਰਦਾਰ ਬੜਾ ਜਾਣਾ ਸੀ ਤੁਹਾਡਾ, ਜਿਹੜਾ ਗੱਭਰੂ ਸੀ ਰੇਂਜਰ ਦਾ, ਬੜਾ ਗੱਭਰੂ, ਵੱਡਾ ਗੱਭਰੂ ਸੀ, ਮਤਲਬ ਮੇਰੇ ਨਾਲ ਵੀ ਸਮਝ ਲਓ ਵੀ ਗਿੱਠ ਉੱਚਾ ਸੀ ਉਹ। ਮੈਂ ਉਹਨੂੰ ਐਂ ਦੇਖਿਆ, ਮੈਂ ਕਿਹਾ ਹੈਗਾ? ਮੈਨੂੰ ਕਹਿੰਦਾ ਸਰਦਾਰ ਜੀ ਮਜ਼ਾਕ ਪੇ ਕਰਦੇ ਹੋ, ਤੇ ਮੈਂ ਕਿਹਾ ਤੂੰ ਵੀ ਤਾਂ ਮਜ਼ਾਕ ਹੀ ਕੀਤਾ। ਮੈਂ ਕਿਹਾ ਸਾਡੇ ਵਾਲੇ ਕਿਹੜੇ ਸਿੱਧੇ ਪੱਧਰੇ, ਉਹਨਾਂ ਨੇ 50 ਦੀ ਤਲਾਸ਼ੀ ਲਈ ਸਾਡੀ, ਕਿੰਨੀਆਂ ਸਾਡੀ ਸਕੈਨ ਕਰਕੇ ਸਾਨੂੰ ਲਗਾਇਆ, ਤੇ ਪ੍ਰਭਾ ਹਥਿਆਰ ਤਾਂ ਫਿਰ ਅਸੀਂ ਉਹਨਾਂ ਤੋਂ ਚੋਰੀ ਲੁਕਾ ਕੇ ਲਏ ਹਾਂ। ਕਹਿੰਦੇ ਕਿੱਥੇ ਆ? ਮੈਂ ਜੇਬ ਨਾਲ ਪੈਨ ਉਤਾਰਿਆ, ਮੈਂ ਕਿਹਾ ਮੈਂ ਕਿਹਾ ਜਿਹੜੀ ਤੂੰ ਕਲਾਸ਼ਕੀਨੋਵ ਚੁੱਕੀ ਫਿਰਦਾ ਇਹਦੇ ਮੁਕਾਬਲੇ ਤੇ ਹੇਚ ਹੈ, ਇਹਦੇ ਵਿੱਚ ਕੁਛ ਪਾਏਗਾ ਤੇ ਚੱਲਣਾ, ਤੇ ਮੇਰੇ ਪੈਨ ਦੇ ਵੀ ਪਹਿਲੀ ਸਿਆਹੀ ਪਈ ਹੋਈ ਹੈ। ਮੈਂ ਕਿਹਾ ਇਹਨੇ ਤਾਂ ਚੱਲੀ ਜਾਣਾ, ਚੱਲੀ ਜਾਣਾ, ਇਹਨੇ ਦੁਸ਼ਮਣ ਨੀ ਵੇਖਣਾ, ਇਹਨੇ ਤੇ ਉੱਥੇ ਅਸਰ ਕਰਨਾ ਜਾ ਕੇ, ਮਿਜ਼ਾਈਲ ਉੱਥੇ ਜਾ ਕੇ ਚੱਲਣੀ ਹੈ ਜਿੱਥੇ ਟਾਰਗੇਟ ਮੈਂ ਮਿਥ ਲੈਣਾ। ਸ਼ਬਦ ਦਾ ਜਿਹੜਾ ਸਹਿਯੋਗ ਅੰਦਾਜ਼ ਹੈ ਉਹ ਸੰਵੇਦਨਾ ਦੀ ਸਲਾਮਤੀ ਵਾਸਤੇ ਵਰਤਣ ਦੀ ਲੋੜ ਹੈ, ਅਖਬਾਰਾਂ ਨੂੰ, ਮੀਡੀਆ ਨੂੰ, ਲੇਖਕਾਂ ਨੂੰ, ਤਾਂ ਕਿ ਇਸ ਧਰਤੀ ਦੀ ਮਰਿਆਦਾ ਜਿਹੜੀ ਹੈ ਉਹ ਕਾਇਮ ਰਹੇ, ਅਸੀਂ ਸਾਂਝੇ ਜੀਣ ਤੇ ਸਾਂਝੇ ਮਰਨ ਦੀ ਪਰੰਪਰਾ ਨੂੰ ਗਵਾਈਏ ਨਾ। ਇਹੀ ਮੇਰੀ ਅਰਦਾਸ ਹੈ, ਇਹੀ ਮੇਰੀ ਦੁਆ ਆ, ਔਰ ਇਹੀ ਮੈਂ ਕੋਈ ਨਰਕ ਤੋਂ ਡਰਦਾ ਨਹੀਂ, ਸੁਰਗ ਦਾ ਲਾਲਚ ਕੋਈ ਨਹੀਂ, ਇੱਕੋ ਚੀਜ਼ ਮੰਗਦਾ ਕਿ ਜਿੱਦਣ ਮੈਂ ਅੱਖਾਂ ਮੀਟਾਂ ਇਸ ਧਰਤੀ ਦੇ ਬੰਦਿਆਂ ਨੂੰ ਬੰਦਗੀ ਯਾਦ ਰਵੇ ਕਿ ਬੰਦੇ ਨਾਲ ਬੰਦਾ ਕਿਵੇਂ ਬਿਹੇਵ ਕਰਦਾ, ਉਹਨੂੰ ਵੱਢੂ ਖਾਓ ਨਾ ਕਰੇ, ਕਿਉਂਕਿ ਮੈਨੂੰ ਉਹ 10 ਲੱਖ ਮੋਏ ਬਾਰ ਬਾਰ ਜਗਾਉਂਦੇ ਨੇ 47 ਵੇਲੇ, ਚਾਹੇ ਉਹ ਸਿੱਖ ਸੀ, ਮੁਸਲਮਾਨ ਸੀ, ਹਿੰਦੂ ਸੀ, ਧੀਆਂ ਸੀ, ਭੈਣਾਂ ਸੀ, ਉਹਨਾਂ ਦੀਆਂ ਚੀਜ਼ਾਂ ਗੁਆਚੀਆਂ ਹੋਈਆਂ ਚੀਜ਼ਾਂ ਦੇ ਵਿੱਚੋਂ ਸਭ ਤੋਂ ਮਹਿੰਗੀ ਚੀਜ਼ ਹੈ ਉਹਦਾ ਚੀਖ ਜਿਹੜੀ ਗੁਆਚ ਗਈ, ਜਿਹਦੀ ਸਭ ਤੋਂ ਕੇਅਰ ਨਹੀਂ ਕੀਤੀ ਅਸੀਂ ਕਿਸੇ ਨੇ ਵੀ। ਸਾਨੂੰ ਕੁਛ ਨਹੀਂ ਯਾਦ ਹੁੰਦਾ ਟੋਲ ਟਮੱਕਿਆਂ ਦੇ ਵਿੱਚ 47 ਦੀ, ਉਹਨਾਂ ਦੀ ਦਰਦਾਂ ਦੀ ਵਾਰਤਾ ਪਾਉਣ ਦਾ ਵਕਤ ਹੀ ਕਿਸੇ ਕੋਲ ਹੈ ਨਹੀਂ। ਅਸੀਂ ਜਸ਼ਨਾਂ 'ਚ ਰੁੱਝ ਜਾਂਦੇ ਹਾਂ, ਉਹ ਫਿਰ ਪੁੱਛਦੇ ਨੇ ਸ਼ਾਇਦ ਅਗਲੇ ਸਾਲ ਕੋਈ ਸਾਡੀ ਕੋਈ ਗੱਲ ਕਰ ਲਵੇਗਾ। ਅਸੀਂ ਉਹਨਾਂ ਨੂੰ ਚੇਤੇ ਕਰਦੇ ਹੋਏ ਇਸ ਧਰਤੀ 'ਤੇ ਇੱਕ ਵੀ ਕਤਰਾ ਦੇ ਖੂਨ ਦਾ ਸਾਡੇ ਸ਼ਬਦਾਂ ਕਰਕੇ ਵਹਿੰਦਾ, ਤਾਂ ਅਸੀਂ ਅੱਲਾਹ ਤਾਲਾ ਦੇ, ਰੱਬ ਦੇ, ਪਰਮਾਤਮਾ ਦੇ, ਪਰਵਰਦਗਾਰ ਦੇ ਦੇਣਦਾਰ ਹਾਂ, ਕਰਜ਼ਾਈ ਹਾਂ, ਅਸੀਂ ਉਹਦੇ ਲਾਹਣਤੀ ਹਾਂ ਜੇ ਸ਼ਬਦ ਸਾਡਾ ਕਿਸੇ ਵੀ ਧਰਮ ਨੂੰ, ਜ਼ਾਤ ਨੂੰ, ਗੋਤ ਨੂੰ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਦਾ ਪਾਠ ਪੜ੍ਹਾਉਂਦਾ। ਵਾਹ ਜੀ ਵਾਹ ਗਿੱਲ ਸਾਹਿਬ, ਗੱਲਾਂ ਜਿਹੜੀਆਂ 1.5 ਘੰਟਾ ਲੰਘ ਗਿਆ ਤੇ ਮੈਨੂੰ ਮਹਿਸੂਸ ਨਹੀਂ ਹੋਇਆ ਵੀ 1.5 ਘੰਟਾ ਲੰਘ ਗਿਆ। ਐਡੀਆਂ ਸੋਹਣੀਆਂ ਤੇ ਸੁਚੱਜੀਆਂ ਗੱਲਾਂ ਤੁਸੀਂ ਕਰ ਰਹੇ ਹੋ ਤੇ ਕੀਤੀਆਂ, ਟਾਈਮ ਨੂੰ ਮਨੂਜ਼ੇ ਖਾਤਰ ਰੱਖਦੇ ਹਾਂ। ਜਿਸ ਤਰ੍ਹਾਂ ਆਪਾਂ ਪਹਿਲੋਂ ਗੱਲ ਕੀਤੀ ਸੀ ਪ੍ਰੋਫੈਸਰ ਮੋਹਨ ਸਿੰਘ ਹੋਣਾ ਤੇ ਇੱਕ ਪੀਰੀਅਡ ਆਪਾਂ ਫਿਰ ਇੱਕ ਸੈਸ਼ਨ ਪੂਰੇ ਦਾ ਪੂਰਾ ਜ਼ਰੂਰ ਰੱਖਾਂਗੇ। ਸਾਡੇ ਸਾਡੇ ਤੁਹਾਡੇ ਤੇ ਪਤਾ ਨਹੀਂ ਕੀ ਕਰਦੇ ਨੇ, ਸਾਡੇ ਤਾਂ ਜਦੋਂ ਪਿੰਡ ਜਾਈਦਾ ਸੀ ਨਾ ਅੱਗੇ ਤੇ ਬਾਪੂ ਜੀ ਨੇ ਕਹਿਣਾ ਵੀ ਪੁੱਤ ਗੰਨੇ ਲੈ ਜਾਓ, ਤੇ ਗੰਨੇ ਹੁੰਦੇ ਸੀ ਲੰਮੇ,
ਤੇ ਅਸੀਂ ਕਹਿਣਾ ਬਾਪੂ ਜੀ ਇਹ ਬੱਸ ਦੇ ਉੱਤੇ ਧਰਨੇ ਸੌਖੇ ਨਹੀਂ ਹੋਣੇ ਗੰਨੇ। ਕਹਿੰਦਾ ਜਾਓ ਛਦਾਈਆ, ਇਹਨੂੰ ਲੱਕੋਂ ਵੱਢ ਦਿੰਦੇ ਆ ਤੇ ਆਗ ਨਾ ਮੈਂ ਬੰਨ ਦਿੰਦਾ, ਧਿਆਨਪੁਰੋਂ ਬੱਸ ਤੇ ਮੈਂ ਚੜਾ ਆਉਣੀ ਹੈ, ਬਟਾਲਿਓ ਆਪ ਚਾੜਨੀ ਤੇ ਆਰਾਮ ਨਾਲ ਹਫ਼ਤਾ 10 ਦਿਨ ਚੁੱਪਿਓ। ਸੋ ਭਾਈ ਜੇ 1.5 ਘੰਟਾ ਹੋ ਗਿਆ, ਤੂੰ ਆਪਣੇ ਪ੍ਰੋਗਰਾਮ ਨੂੰ ਲੱਕ ਚੋਂ ਵੱਢ ਲਈ, ਦੋ ਟੋਟੇ ਕਰ ਲਈ ਤੇ ਮੇਰੇ ਬਾਪੂ ਨਹੀਂ ਦੀ ਗੱਲ ਜੀ, ਮੰਨ ਲਈ। ਨਹੀਂ ਜੀ, ਮੈਂ ਕਿਹਾ ਇੱਕ ਪ੍ਰੋਗਰਾਮ ਅਸੀਂ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਤੋਂ ਲੈ ਕੇ ਜ਼ਰੂਰ ਇਹ ਕਰਨਾ ਫਿਰ ਆਉਣ ਵਾਲੇ ਦਿਨਾਂ 'ਚ, ਮੈਂ ਇਹ ਗੱਲ ਕੀਤੀ ਸੀ ਤੇ ਮੈਂ ਤੇ ਇੱਕੋ ਗੱਲ ਕਹਿੰਦਾ ਹੁੰਦਾ, ਜਦੋਂ ਮੈਨੂੰ ਕਹਿਣਗੇ ਭਾਈ ਸਾਹਿਬ ਸਾਨੂੰ ਟਾਈਮ ਦੇ ਦਿਓ, ਮੈਂ ਕਿਹਾ ਆਪਣੇ ਕੋਲ ਕੋਈ ਤਾਂ ਚੀਜ਼ ਦੇਣ ਵਾਸਤੇ, ਹੋਰ ਦੇਣ ਵਾਸਤੇ ਹੈ ਹੀ ਕੁਛ ਨਹੀਂ। ਤਾਂ ਸਾਡੇ ਇੱਥੇ ਪੰਜਾਬ ਦੇ ਵਿੱਚ ਇੱਕ ਮੁਹਾਵਰਾ ਬੜਾ ਨੋਨ ਹੈ ਕਿ ਨਾਈ ਬਦੋ ਆਲਦਾ ਇਹੀ ਕੰਮ ਭਾਲਦਾ। ਸੋ ਭਾਈ ਇਸ ਤਰ੍ਹਾਂ ਗੱਲਾਂ ਜੋ ਕਹੀਆਂ, ਉਹ ਫਿਰ ਮੈਂ ਬਾਪੂ ਦੀ ਗੱਲ ਯਾਦ ਕਰਾ ਦਿੰਦਾ, ਤੁਹਾਡੇ ਵੀ ਬਾਪੂ ਇਹੋ ਜਿਹੇ ਹੈਗੇ, ਮੈਂ ਸੁਣਦਾ ਰਹਿੰਦਾ ਇੰਟਰਵਿਊ ਤੁਹਾਡੀਆਂ ਕਈ ਬਜ਼ੁਰਗਾਂ ਦੀਆਂ। ਬਾਪੂ ਸਾਡੇ ਕਹਿੰਦੇ ਹੁੰਦੇ ਸੀ, ਇੱਕ ਦਿਨ ਅਸੀਂ ਤਿੰਨੇ ਭਰਾ ਬੈਠੇ ਤੇ ਕਹਿੰਦੇ ਓਏ ਜਸ, ਓਏ ਜਸ, ਓਏ ਸੁੱਖ, ਓਏ ਸੁੱਖ, ਓ ਗੁਰਭਜਨ। ਮੈਂ ਕਿਹਾ ਹਾਂ ਬਾਪੂ ਜੀ। ਉਹ ਯਾਰ ਮੈਂ ਸਮਝਦਾ ਵੀ ਰੱਬ ਹੈਗਾ। ਮੈਂ ਬਾਪੂ ਜੀ ਤੁਹਾਨੂੰ ਯਕੀਨ ਨਹੀਂ ਸੀ? ਉਹ ਨਹੀਂ ਯਾਰ, ਮੈਂ ਤਾਂ ਕੰਮ 'ਚ ਸਾਰੀ ਉਮਰ ਲੱਗਿਆ ਰਿਹਾ, ਰੱਬ ਵਾਲੇ ਪਾਸੇ ਤਾਂ ਮੈਂ ਗਿਆ ਹੀ ਨਹੀਂ। ਉਹ ਸੱਚੀ ਮੁੱਚੀ ਮਤਲਬ ਰੱਬ ਕੰਮ ਨੂੰ ਹੀ ਸਮਝਦੇ ਸੀ ਉਹ, ਮੈਂ ਨਹੀਂ ਰੱਬ ਰੂਪ ਵਾਲੇ ਪਾਸੇ ਬਹੁਤਾ ਗਿਆ ਨਾ, ਕਹਿੰਦੇ ਰੱਬ ਹੈਗਾ। ਮੈਂ ਬਾਪੂ ਜੀ ਉਹ ਕਿੱਥੋਂ, ਤੁਹਾਨੂੰ ਕਿੱਥੋਂ ਪਤਾ ਲੱਗਾ ਰੱਬ ਹੈਗਾ? ਉਹ ਕਹਿੰਦੇ ਰੱਬ ਜੇ ਨਾ ਹੁੰਦਾ ਤੇ ਨਿਕੰਮਿਓ ਤੁਸੀਂ ਤਾਂ ਭੁੱਖੇ ਮਰ ਜਾਣਾ ਸੀ। ਮੈਂ ਬਾਪੂ ਜੀ ਉਹ ਕਿੱਦਾਂ? ਕਹਿੰਦੇ ਹੁਣ ਗੱਲਾਂ ਦਾ ਖੱਟਿਆ ਖਾਈ ਜਾਂਦੇ ਹੋ, ਹੱਥੀ ਕਮਾ ਕੇ ਖਾਣਾ ਪੈਂਦਾ, ਭੁੱਖੇ ਮਰਨਾ ਸੀ। ਸੋ ਕਹਿਣ ਦਾ ਭਾਵ ਹੈ ਕਿ ਭਰਾਵਾ ਇਹ ਵੀ ਕੰਮ ਹੈ ਜਿਹੜਾ ਤੁਸੀਂ ਤੇ ਮੈਂ ਕਰ ਰਹੇ ਹਾਂ, ਇਹ ਵੀ ਕੰਮ ਹੈ ਤੇ ਬਹੁਤੇ ਬੰਦਿਆਂ ਲਈ ਇਹ ਕੰਮ ਨਹੀਂ ਹੈ। ਬਹੁਤ ਵਧੀਆ ਗੱਲ ਕਹਿ ਗਿਆ ਜਗਦਿਆਂ ਵਾਲਾ ਹਾਸ਼ਮ ਸ਼ਾਹ, ਕਹਿੰਦਾ ਮੂਰਖ ਲੋਕ ਸਦਾ ਸੁੱਖ ਸੌਂਦੇ ਤੇ ਖੂਬ ਕਮਾਉਂਦੇ ਪੈਸਾ, ਨਾ ਉਹ ਜ਼ਾਤ ਨਾ ਪਾਤ ਪਛਾਣਨ ਤੇ ਪ੍ਰੇਮ ਨਾ ਜਨ ਕੈਸਾ। ਉਸ ਪ੍ਰੇਮ ਦੀ ਇੱਕ ਗੱਲ ਤੁਹਾਨੂੰ ਮੈਂ ਸੁਣਾ ਕੇ ਗੱਲ ਖਤਮ ਕਰਾਂਗਾ, ਉਦੋਂ ਬਾਅਦ ਮੈਂ ਫਿਰ ਗੱਲ ਨਹੀਂ ਕਰਨੀ। 2003 ਜਦੋਂ ਮੈਂ ਪਾਕਿਸਤਾਨ ਆਇਆ ਵਰਲਡ ਪੰਜਾਬੀ ਕਾਨਫਰੰਸ 'ਚ, ਤੇ ਮੇਰੇ ਜੀ 'ਚ ਆਇਆ ਕਿ ਮੈਂ ਯਾਰ ਹੋਰ ਕੁਛ ਕਰਾਂ ਨਾ ਕਰਾਂ, ਮੈਂ ਮੀਨਾਰੇ ਪਾਕਿਸਤਾਨ ਵੇਖਾਂ ਨਾ ਵੇਖਾਂ, ਹਜ਼ਰਤ ਮੀਆਂ ਮੀਰ ਦੇ ਮਜ਼ਾਰ ਤੇ ਲਾਜ਼ਮੀ ਜਾਣਾ, ਕਿਉਂਕਿ ਮੈਂ 97 'ਚ ਵੀ ਜਾ ਕੇ ਆਇਆ ਸੀ, ਤੇ ਇੱਕ ਮੈਂ ਨਜ਼ਮ ਹੁਸੈਨ ਸੱਯਦ ਹੋਰਾਂ ਜ਼ਰੂਰ ਮਿਲਣਾ। ਬਹੁਤ ਵੱਡਾ ਖੈਰ ਖੈਰ ਸੱਯਦ ਸਾਹਿਬ ਤਾਂ ਸਾਨੂੰ ਮਿਲ ਨਾ ਸਕੇ, ਜਦਕਿ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਜਦੋਂ ਬੁੱਲਾ ਪਲੇਸ ਸੀ ਨਦੀਮ ਸ਼ਾਹਿਦ ਦਾ ਲਿਖਿਆ ਹੋਇਆ ਵੇਖਿਆ ਉੱਥੇ, ਤੇ ਸਾਡੀ ਪਿਛਲੀ ਕਤਾਰ ਵਿੱਚ ਸੱਯਦ ਸਾਹਿਬ ਬੈਠੇ ਹੋਏ ਸੀ ਲੋਹੇ ਦੀ ਬੁੱਕਲ ਮਾਰ ਕੇ। ਉਦੋਂ ਅਗਲੀ ਸ਼ਾਮ ਅਸੀਂ ਉਹਨਾਂ ਦੇ ਘਰ ਲੱਭਦੇ ਲਵਾਉਂਦੇ ਗਏ, ਜਦੋਂ ਮੇਰੇ ਨਾਲ ਡਾਕਟਰ ਸੁਖਦੇਵ ਸਿੰਘ ਸਿਰਸਾ ਸੀ, ਹੋਰ ਦੋਸਤ ਸੀ ਕੁਛ, ਤੇ ਉਹ ਘਰ ਹੈ ਨਹੀਂ ਸੀ। ਉਦੋਂ ਪਹਿਲਾਂ ਅਸੀਂ ਇਹਨੂੰ ਅਫਜ਼ਲ ਸਾਹਿਰ ਨੂੰ ਤੇ ਕੁੜੀ ਹੁੰਦੀ ਸੀ ਉਦੋਂ, ਨਾਮ ਭੁੱਲ ਗਿਆ ਮੈਨੂੰ ਉਹਦਾ ਮੁਟਿਆਰ ਦਾ, ਜ਼ੋਇਆ, ਉਹ ਕਹਿਣ ਲੱਗੇ ਵੀ ਲਾਰੈਂਸ ਬਾਗ ਦੇ ਵੀ ਸ਼ਾਮ ਨੂੰ ਸੈਰ ਕਰਦੇ ਹੁੰਦੇ ਲਾਇਬ੍ਰੇਰੀ ਚੋਂ ਨਿਕਲ ਕੇ। ਉਹ ਅਸੀਂ ਲਾਰੈਂਸ ਬਾਗ 'ਚ ਵੀ ਗਏ, ਉੱਥੇ ਵੀ ਨਾ ਮਿਲੇ, ਕਹਿੰਦੇ ਘਰ ਚੱਲਦੇ ਹਾਂ, ਘਰ ਚਲੇ ਗਏ, ਘਰ 'ਚ ਨਾ ਮਿਲੇ, ਉਹ ਨਾ ਮਿਲੇ। ਤੇ ਮੇਰੇ ਮਨ 'ਚ ਜਿਹੜੀ ਬੇਈਮਾਨੀ ਸੀ ਉਹ ਦੱਸਦਾ ਮੈਂ, ਬੇਈਮਾਨੀ ਮੇਰੇ ਮਨ 'ਚ ਸੀ, ਮੈਂ ਕਿਹਾ ਵੀ ਸੱਯਦ ਸਾਹਿਬ ਪਾਰਟੀਸ਼ਨ ਤੋਂ ਪਹਿਲਾਂ ਬਟਾਲੇ 'ਚ ਪੈਦਾ ਹੋਏ ਸੀ ਤੇ ਬਟਾਲੇ ਨੂੰ ਮੈਂ ਬਿਲੋਂਗ ਕਰਦਾ, ਵੀ ਧਾਰੀਵਾਲ ਦੀ ਲੋਈ ਬੜੇ ਚਾਅ ਨਾਲ ਲੋਕ ਪਾਕਿਸਤਾਨ ਵਾਲੇ ਮੰਗਾਉਂਦੇ ਨੇ, ਪਰ ਸੱਯਦ ਸਾਹਿਬ ਤੇ ਇਹਨੇ ਸੈਲਫਲੈਸ ਨੇ ਕਦੇ ਕਿਸੇ ਨੂੰ ਵੀ ਨਹੀਂ ਕਹਿਣਾ ਮੈਂ ਲਿਆ ਕੇ ਦਿਓ, ਪਰ ਮਨ 'ਚ ਤਾਂ ਆਉਂਦਾ ਹੋਏਗਾ ਕਿ ਮੇਰੇ ਕੋਲ ਧਾਰੀਵਾਲ ਦੀ ਲੋਈ ਹੋਵੇ। ਯਾਰ ਕਿ ਕਿੱਡੀ ਵੱਡੀ ਪੋਜੀਸ਼ਨ ਤੋਂ ਰਿਟਾਇਰ ਹੋਏ ਨੇ ਉਹ, ਧਾਰੀਵਾਲ ਦੀ ਲੋਈ ਉਹਨਾਂ ਵਾਸਤੇ ਹਾਸਲ ਕਰਨੀ ਕੋਈ ਏਡੀ ਮਹਿੰਗੀ ਗੱਲ ਨਹੀਂ ਸੀ। ਮੈਂ ਲੋਈ ਜਦੋਂ ਜਾ ਕੇ ਤੇ ਉਹਨਾਂ ਦੀ ਸਰਦਾਰ ਬੇਗਮ ਸਾਹਿਬਾਂ ਨੂੰ, ਹੁਣ ਤਾਂ ਸੁਰਗਵਾ ਹੋ ਗਏ ਮੇਰੇ ਖਿਆਲ, ਜਾ ਕੇ ਉਹਨਾਂ ਨੂੰ ਪ੍ਰੈਜੈਂਟ ਕਰਨੀ ਚਾਹੀ ਤਾਂ ਉਹਨਾਂ ਨੇ ਪਤਾ ਕੀ ਜਵਾਬ ਦਿੱਤਾ? ਕਹਿੰਦੇ ਭਾਈ ਸਾਹਿਬ ਸੱਯਦ ਸਾਹਿਬ ਕਿਸੇ ਤੋਂ ਕੋਈ ਤੋਹਫ਼ਾ ਪ੍ਰਵਾਨ ਨਹੀਂ ਕਰਦੇ। ਮੈਂ ਕਿਹਾ ਭੈਣ ਜੀ ਇਹ ਤੋਹਫ਼ਾ ਨਹੀਂ ਹੈ, ਇਹ ਉਹਨਾਂ ਦੀ ਜੰਮਣ ਪੋਏ ਨੇ ਉਹਨਾਂ ਵਾਸਤੇ ਇੱਕ ਨਜ਼ਰਾਨਾ ਭੇਜਿਆ, ਉਹਨਾਂ ਨੂੰ ਕਿਹੋ ਇਹ ਤੁਹਾਡੇ ਬਟਾਲਿਓਂ ਆਇਆ ਤੇ ਜੇ ਨਹੀਂ ਰੱਖਣਗੇ ਨਾ ਕਿਸੇ ਕੰਮ ਵਾਲੇ ਨੂੰ ਦੇ ਦਿਓ, ਤੁਸੀਂ ਆਪ ਨਾ ਰੱਖਿਓ। ਉਹਨਾਂ ਦੀ ਅੱਖਾਂ ਦੇ ਵਿੱਚ ਨਮੀ ਸੀ। ਇਹ ਹੈ ਰਿਸ਼ਤਾ ਜਿਹੜਾ ਸਾਨੂੰ ਇਨਸਾਨ ਬਣਾਉਂਦਾ। ਉਹ ਲੋਈ ਕੋਈ ਐਡੀ ਕੋਈ ਹਜ਼ਾਰਾਂ ਰੁਪਈਆਂ ਦੀ ਨਹੀਂ ਸੀ, ਉਹ ਰੁਮਾਲ ਵੀ ਹੋ ਸਕਦਾ ਸੀ,
ਜੇ ਬਟਾਲੇ 'ਚ ਰੁਮਾਲ ਬਣਦੇ ਹੁੰਦੇ ਚੰਗੇ ਤਾਂ ਮੈਂ ਸ਼ਾਇਦ ਰੁਮਾਲ ਲੈ ਜਾਂਦਾ। ਪਰ ਸੰਵੇਦਨਾ ਜਿਹੜੀ ਹੈਗੀ, ਰਿਸ਼ਤਿਆਂ ਦੀ ਸੰਵੇਦਨਾ, ਉਹਨੂੰ ਕਾਇਮ ਰੱਖਣਾ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਹੈ। ਮੇਰੇ ਮੁੰਡੇ ਦਾ ਵਿਆਹ ਹੋਇਆ 2009 ਦੇ ਵਿੱਚ, ਅਤੇ ਸ਼ੌਕਤ ਅਲੀ ਭਾਅ ਜੀ ਨੇ ਉੱਥੋਂ ਸਲਵਾਰ ਕਮੀਜ਼ ਇੱਕ ਬਣਾ ਕੇ ਭੇਜਿਆ ਮੇਰੇ ਪੁੱਤਰ ਵਾਸਤੇ। ਉਹ ਸਲਵਾਰ ਕਮੀਜ਼ ਮੈਨੂੰ ਬੜੇ ਆਰਾਮ ਨਾਲ ਇੱਥੋਂ ਵੀ ਬਣ ਜਾਂਦਾ ਸੀ, ਮਿਲਦਾ ਵੀ ਸੀ। ਪਰ ਉਹ ਮੇਰੀ, ਜਿੰਨੀ ਉਹਨੇ ਮੇਰੀ ਰੂਹ ਨੂੰ ਤ੍ਰਿਪਤਾਇਆ, ਜਿੰਨਾ ਉਹਨੇ ਮੇਰੀ ਰੂਹ ਨੂੰ ਪ੍ਰਸੰਨਤ ਕੀਤਾ, ਜਿੰਨਾ ਉਹਨੂੰ ਰੱਜ ਮਿਲਿਆ, ਉਹਦਾ ਮੁੱਲ ਸ਼ਬਦਾਂ 'ਚ ਨਹੀਂ ਦੇ ਸਕਦਾ। ਆਖਰੀ ਗੱਲ ਯਾਦ ਇੱਕ ਹੋਰ ਆ ਗਈ, ਤੁਸੀਂ ਤਾਂ ਚਲੇ ਗਏ ਉੱਦਣ, ਅਸੀਂ ਅਗਲੇ ਦਿਨ ਨਨਕਾਣਾ ਸਾਹਿਬ ਜਾਣਾ ਸੀ ਜਿੱਦਣ ਲਾਹੌਰ ਮਿਲੇ ਆਪਾਂ, ਔਰ ਇੱਕ ਭੈਣ ਮਿਲੀ ਸਾਨੂੰ ਉੱਥੇ, ਹਸਬੈਂਡ ਵਾਈਫ ਸੀ, ਵਕੀਲ ਸੀ ਭੈਣ। ਉਹ ਹਾਂਜੀ ਗੱਲਾਂ ਗੱਲਾਂ ਦੇ ਵਿੱਚ ਉਹ ਮੇਰੇ ਕੋਲ ਆ ਗਏ ਅਤੇ ਮੈਨੂੰ ਕਹਿਣ ਲੱਗੇ ਕਿ ਅਸੀਂ ਉਚੇਚੇ ਸਰਗੋਧੇ ਤੋਂ ਆਏ ਹਾਂ। ਸਰਗੋਧਾ ਸੁਣ ਕੇ ਮੇਰੇ ਕੰਨਾਂ ਨੇ ਕੰਨ ਖੜੇ ਹੋ ਗਏ ਮੇਰੇ, ਕਿਉਂਕਿ ਮੇਰੀ ਸਤਿਕਾਰਯੋਗ ਜਿਹੜੀ ਧਰਮ ਮਾਤਾ ਮੇਰੀ ਸੱਸ ਹੈ, ਉਹ ਸਰਗੋਧੇ ਤੋਂ ਪਰਿਵਾਰ ਆਇਆ ਹੋਇਆ। ਨਹੀਂ ਉਹ ਮੈਂ ਕਿਹਾ ਕੋਰੀਡੋਰ ਭੈਣ ਜੀ, ਜਦੋਂ ਕੋਰੀਡੋਰ 'ਚ ਖਲੋਤੇ ਸਾਂ, ਉਹਨੇ ਨਾਲੇ ਬੱਚੀ ਛੁੱਟੀ ਹੋਈ ਸੀ ਮੇਰਾ ਖਿਆਲ। ਹਾਂ, ਉਹ ਉਹਨਾਂ ਦੀ ਫੋਟੋ ਪਾਈ ਸੀ ਆਪਾਂ, ਯਾਦ ਹੋਣਾ ਤੈਨੂੰ। ਉਹ ਕੀ ਹੋਇਆ ਕਿ ਉਹ ਜਦੋਂ ਉਹਨਾਂ ਨੇ ਸਰਗੋਧੇ ਦਾ ਨਾਂ ਲਿਆ, ਤੇ ਮੈਂ ਕਿਹਾ ਜੀ ਮੇਰੇ ਸਤਿਕਾਰਯੋਗ ਮਾਤਾ ਜੀ ਜਿਹੜੇ ਨੇ, ਮੇਰੇ ਧਰਮ ਮਾਤਾ, ਮੇਰੀ ਸਰਦਾਰਨੀ ਜਸਵਿੰਦਰ ਕੌਰ ਦੇ ਮਾਤਾ ਜੀ, ਬੀਬੀ ਹਰਬੰਸ ਕੌਰ, ਉਹ ਸਰਗੋਧੇ ਤੋਂ ਆਏ ਹੋਏ ਨੇ। ਤੇ ਮੈਂ ਕਿਹਾ ਵੀ ਮੇਰੀ ਮਾਂ ਨੂੰ, ਉਸ ਮਾਂ ਨੂੰ ਇਹ ਸਾਰੀ ਜ਼ਿੰਦਗੀ ਪਛਤਾਵਾ ਰਿਹਾ ਤੇ ਹੁਣ ਵੀ ਹੈ ਕਿ ਮੈਂ ਦੁਬਾਰਾ ਸਰਗੋਧੇ ਨਹੀਂ ਜਾ ਸਕੀ। ਮੈਂ ਕਿਹਾ 96 'ਚ ਮਾਤਾ ਸਾਡੀ ਗੁਰਦੁਆਰਿਆਂ ਦਰਸ਼ਨ ਵਾਸਤੇ ਗਈ, ਤੇ ਉਹਨਾਂ ਦਿਨਾਂ ਦੇ ਵਿੱਚ ਮੇਰੇ ਇੱਕ ਹੋਰ ਮਿੱਤਰ ਇੱਥੋਂ ਰਤਿੰਦਰ ਸਿੰਘ ਪਿੰਡਰ ਗਏ ਹੋਏ ਸੀਗੇ, ਜਿਹੜੇ ਪਾਕਿਸਤਾਨ ਅਕਸਰ ਜਾਂਦੇ ਰਹਿੰਦੇ ਨੇ, ਉੱਥੋਂ ਦੇ ਕਾਫੀ ਅੱਛੇ ਲੋਕਾਂ ਨਾਲ ਸੰਪਰਕ ਨੇ, ਤਾਲੁਕ ਨੇ ਉਹਨਾਂ ਦੇ। ਉਹਨਾਂ ਨੇ ਮੇਰੇ ਫਾਦਰਲਾ ਸਰਦਾਰ ਗੁਰਬਚਨ ਸਿੰਘ ਨੱਤ ਹੋਰਾਂ ਨੂੰ ਤਾਂ ਨੱਤ ਕਲਾਂ ਪਿੰਡ ਦਿਖਾਤਾ, ਉਹਨਾਂ ਦਾ ਜੱਦੀ ਪਿੰਡ ਸੀ ਜਿਹੜਾ, ਤੇ ਮਾਂ ਸਾਡੀ ਨੂੰ ਸਰਗੋਧਾ ਨਾ ਮਿਲ ਸਕਿਆ। ਤੇ ਮਾਂ ਮੇਰੀ ਨੂੰ ਇਹ ਮਨ ਦੇ ਵਿੱਚ ਕਿ ਮੈਂ ਉੱਥੇ ਨਿੱਕੇ ਹੁੰਦੇ ਮੇਰੀ ਭੂਆ ਐਸ਼ਾ ਹੁੰਦੀ ਸੀ, ਉਸ ਭੂਆ ਐਸ਼ਾ ਨੂੰ ਮਿਲਣਾ ਸੀ। ਹੁਣ ਦੇਖੋ ਪਾਰਟੀਸ਼ਨ ਵੇਲੇ ਆਇਸ਼ਾ ਦੀ ਉਮਰ ਵੀ 50 ਤੋਂ ਉੱਤੇ ਹੋਏਗੀ, ਤੇ ਜੇ 96 'ਚ ਗਏ ਨੇ ਤਾਂ ਸਾਲ ਵੀ ਕਿੰਨੇ ਬੀਤ ਗਏ ਨੇ, ਆਇਸ਼ਾ ਹੋ ਸਕਦਾ ਉਦੋਂ ਤੱਕ ਅੱਲਾ ਨੂੰ ਪਿਆਰੀ ਹੋ ਚੁੱਕੀ ਹੋਵੇ। ਪਰ ਮਾਂ ਦੇ ਮਨ ਦੇ ਜਦੋਂ ਮਾਂ ਮੁੜ ਕੇ ਆਈ ਤੇ ਮੇਰੀ ਸਰਦਾਰਨੀ ਨੂੰ ਸ਼ਿਕਵਾ ਕਰਕੇ ਕਹਿਣ ਲੱਗੀ, ਹੈ ਜਸਵਿੰਦਰ ਵੇਖ ਲੈ, ਤੇਰੇ ਬਾਪੂ ਜੀ ਨੇ ਆਪਣਾ ਨੱਤ ਕਲਾਂ ਤੇ ਵੇਖ ਲਿਆ ਤੇ ਮੈਨੂੰ ਸਰਗੋਧਾ ਨਹੀਂ ਦਿਖਾਇਆ, ਮੈਂ ਤੇ ਭੂਆ ਐਸ਼ਾ ਨੂੰ ਮਿਲਣਾ ਸੀ। ਮੈਂ ਜਦੋਂ ਉਸ ਵਕੀਲ ਭੈਣ ਨੂੰ ਗੱਲ ਦੱਸੀ ਤੇ ਮੈਂ ਕਿਹਾ ਇੱਕੋ ਸਰਗੋਧੇ ਦੇ ਆਪਣੇ ਜਿਹੜੇ ਮਾਲਟੇ ਤੇ ਕਿੰਨੂ ਨੇ, ਉਹਨਾਂ ਨੂੰ ਬੜਾ ਯਾਦ ਕਰਦੇ ਨੇ। ਜਦੋਂ ਮੈਂ ਕਿਹਾ ਮਾਲਟਿਆਂ ਦੀ ਸੰਤਰੇ ਰੁੱਤ ਆਉਂਦੀ ਹੈ, ਕਿੰਨੂਆਂ ਦੀ ਰੁੱਤ ਆਉਂਦੀ ਹੈ, ਤਾਂ ਉਹ ਸਰਗੋਧੇ ਵਾਲਿਆਂ ਨੂੰ ਬਹੁਤ ਚੇਤੇ ਕਰਦੇ ਨੇ, ਕਹਿੰਦੇ ਸਾਡਾ ਬਗੀਚਾ ਸੀ, ਬੜਾ ਵੱਡਾ ਬਗੀਚਾ ਸੀ, ਤੇ ਅਸੀਂ ਕਦੇ ਇੱਕ ਦੋ ਸੰਤਰਾ ਕਿੰਨੂ ਨਹੀਂ ਸੀ ਖਾਧਾ, ਟੋਕਰੇ ਹੀ ਆਉਂਦੇ ਸੀ, ਟੋਕਰੇ ਹੀ ਖਾਂਦੇ ਸਨ। ਉਹ ਭੈਣ ਰੁਖਸਾਨਾ ਬੇਗਮ ਨਾਂ ਵਕੀਲ ਹੈ ਬੜੀ ਵੱਡੀ ਉੱਥੋਂ ਦੀ, ਮੈਂ ਚਾਹਾਂਗਾ ਕਿ ਉਸ ਭੈਣ ਨਾਲ ਜਾ ਕੇ ਮੁਲਾਕਾਤ ਕਰਕੇ, ਹੁਣ ਤਾਂ ਮੇਰੀ ਸਮਝ ਲਓ ਭੈਣ ਹੀ ਹੋ, ਇਸ ਕਰਕੇ ਕੋਈ ਮੇਰੀ ਮਾਂ ਨਾਲ ਅਕਸਰ ਗੱਲਾਂ ਕਰਦੀ ਰਹਿੰਦੀ ਹੈ। ਉਹ ਕਹਿੰਦੇ ਜੀ ਬਾਕੀ ਤਾਂ ਮੈਂ ਕੁਛ ਨਹੀਂ ਕਰ ਸਕਦੀ, ਪਰ ਕੱਲ੍ਹ ਸਵੇਰੇ ਤੁਹਾਨੂੰ ਕਿੰਨੂੰ ਪਹੁੰਚ ਜਾਣਗੇ। ਉਹ 3 ਪੇਟੀਆਂ ਕਿੰਨੂਆਂ ਦੀਆਂ ਲਿਆ ਕੇ ਸਾਡੇ ਹੋਟਲ 'ਚ ਰੱਖ ਗਈ, ਅਸੀਂ ਨਨਕਾਣਾ ਸਾਹਿਬ ਗਏ ਹੋਏ ਸੀ, ਖੈਰ ਅਸੀਂ ਮਿਲ ਨਹੀਂ ਸਕੇ ਉਹਨਾਂ ਨੂੰ। ਰਸਤੇ 'ਚ ਸਰਹੱਦ ਵਾਲਿਆਂ ਨੇ ਉਹ ਕੁਆਰੰਟਾਈਨ ਦੇ ਵਿੱਚ ਪੰਗਾ ਪਾ ਲਿਆ ਵੀ ਨਹੀਂ ਜਾ ਸਕਦੇ, ਖੈਰ ਅਸੀਂ ਥੋੜ੍ਹੇ ਬਹੁਤੇ ਵਿੱਚੋਂ ਪੀਸ ਲਿਆ ਸਕੇ, ਬੇਨਤੀ ਕਰਕੇ, ਤਰਲਾ ਮਿੰਨਤ ਕਰਕੇ ਕਿ ਇਹ ਤਾਂ ਪ੍ਰਸ਼ਾਦ ਵਰਗਾ ਕੰਮ ਹੈ ਯਾਰ, ਤੁਸੀਂ ਕਿਉਂ ਇਸ ਤਰ੍ਹਾਂ ਰੋਕਦੇ ਹੋ, ਖਾਣ ਵਾਲੀ ਚੀਜ਼ ਹੈ ਬਹੁਤੀ, ਗੱਲ ਤੁਸੀਂ ਖਾ ਲਓ, ਅਸੀਂ ਖਾ ਕੇ ਦਿਖਾ ਦਿੰਦੇ, ਜ਼ਹਿਰ ਨਹੀਂ ਹੈਗਾ ਇਹਦੇ 'ਚ। ਜਦੋਂ ਮਾਂ ਸਾਡੀ ਨੂੰ ਦਿੱਤੇ ਆ ਕੇ, ਤੇ ਮਾਂ ਸਾਡੀ ਦੀਆਂ ਨਜ਼ਰਾਂ ਦੇ ਵਿੱਚ ਜਿਹੜੀ ਜੋਤ ਸੀ, ਉਹ ਸ਼ਾਇਦ ਜਵਾਨੀ ਵੇਲੇ ਵੀ ਇੰਨੀ ਜੋਤ ਨਹੀਂ ਹੋਣੀ ਜਿੰਨੀ ਉਸ ਵੇਲੇ ਸਾਡੀ ਮਾਂ ਦੀਆਂ ਅੱਖਾਂ ਜੋਤ ਸੀ। ਹੁਣ ਹਰ ਤੀਸਰੇ ਦਿਨ ਮਾਂ ਦਾ ਜੀ ਕਰਦਾ ਹੁੰਦਾ, ਮੇਰੀ ਸਰਦਾਰਨੀ ਜਦੋਂ ਗਈ ਹੋਵੇਗੀ ਪੇਕੀ, ਤੇ ਕਹੇਗੀ ਅੜੀਏ ਮੇਰੀ ਰੁਖਸਾਨਾ ਨਾਲ ਗੱਲ ਤੇ ਕਰਾ ਦੇ, ਤੇ ਉਹ ਰੁਖਸਾਨਾ ਜਿਹੜੀ ਸ਼ਾਇਦ ਇਸਲਾਮਾਬਾਦ ਕਰਦੀ ਹੈ ਆਪਣੀ ਪ੍ਰੈਕਟਿਸ, ਕਿ ਕਿੱਥੇ ਕਰਦੀ ਮੈਨੂੰ ਪਤਾ ਨਹੀਂ ਇਸ ਗੱਲ ਦਾ, ਇਹ ਲਾਹੌਰ ਕਰਦੀ ਹੈ, ਵੱਡੀ ਵਕੀਲ ਆ ਉਹ ਕਹਦੇ
ਤਾਂ ਉਹ ਜਿਹੜੇ ਚੱਕ ਦਾ ਨਾਂ ਲੈਂਦੇ ਨੇ ਜਿੱਥੇ ਉਹਨੇ ਜ਼ਮੀਨ ਸੀ ਉਸ ਚੱਕ ਦੇ ਪਿੰਡਾਂ ਦਿਖਾਉਂਦੀ ਹੈ, ਕਦੇ ਕੁਝ ਦਿਖਾਉਂਦੀ, ਕਦੇ ਕੁਝ ਦਿਖਾਉਂਦੀ ਹੈ। ਤੇ ਮੇਰੀ ਮਾਂ ਦੀ ਉਮਰ ਇੰਜ ਲੱਗਦਾ ਜਿਵੇਂ 10 ਸਾਲ ਘੱਟ ਜਾਂਦੀ ਹੈ ਉਹਨੇ ਦੇ ਨਾਲ ਹੀ। ਇਸ ਵੇਲੇ ਲਗਭਗ ਉਹਨਾਂ ਦੀ ਉਮਰ 92-93 ਸਾਲ ਹੈ। ਤੇ ਜਿਹੜੀ ਆਵਾਜ਼ ਹੈ ਨਾ, ਜਿਹੜੀ ਉਂਝ ਗੱਲ ਕਰਦੇ ਆ ਆਵਾਜ਼ ਉਹਨਾਂ ਦੀ ਸਮਝ ਨਹੀਂ ਪੈਂਦੀ, ਤੇ ਆਵਾਜ਼ ਇੰਨੀ ਕਰਾਰੀ ਹੋ ਜਾਂਦੀ ਜਿਵੇਂ ਉਹਨਾਂ ਦੇ ਵਿੱਚ ਨਵੀਂ ਊਰਜਾ ਭਰ ਜਾਂਦੀ। ਇਹ ਹੈ ਜਿਹੜੀ ਅਸਲ ਸਾਡੀ ਸ਼ਕਤੀ ਹੈ, ਮਿੱਟੀ ਦੀ ਸ਼ਕਤੀ ਹੈ, ਮਿੱਟੀ ਦੀ ਮਰਿਆਦਾ ਆ, ਜੁੜ ਕੇ ਬਹਿਣ ਦੀ, ਮਿਲ ਕੇ ਬਹਿਣ ਦੀ। ਉਹਦੇ ਵਿੱਚ ਕਿਤੇ ਮੁਕਾਬਲੇਬਾਜ਼ੀ ਨਹੀਂ ਹੈ, ਸਿਰਫ ਮੁਹੱਬਤ ਹੈ। ਜਿਵੇਂ ਜੋਸ਼ ਮਲੀਹਵਾਦੀ ਨੇ ਕਿਹਾ ਨਾ ਕਿ ਉਨ੍ਹਾਂ ਕਾ ਕਾਮ ਅਹਿਲੇ ਸਿਆਸਤ ਜਾਣੇ, ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ। ਸੋ ਸਾਡਾ ਮੁਹੱਬਤ ਦਾ ਸੁਨੇਹਾ ਹਰ ਥਾਂ ਪਹੁੰਚਣਾ ਚਾਹੀਦਾ। ਬਹੁਤ ਜ਼ਿੰਦਾਬਾਦ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਗਿੱਲ ਸਾਹਿਬ, ਤੁਸੀਂ ਟਾਈਮ ਦਿੱਤਾ। ਜਿੰਨੇ ਵੀ ਸਾਡੇ ਵੇਖਣ ਵਾਲੇ ਨੇ ਇਸ ਵੇਲੇ, ਉਹ ਕੀਮਤੀ ਗੱਲਾਂ ਪੇਜ 'ਤੇ ਜੁੜੇ ਨੇ, ਪੰਜਾਬੀ ਲਹਿਰ 'ਤੇ ਜੁੜੇ ਨੇ, ਯੂਟਿਊਬ 'ਤੇ ਜੁੜੇ ਨੇ, ਫੇਸਬੁੱਕ 'ਤੇ ਜੁੜੇ ਨੇ, ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਸੋਹਣੀਆਂ, ਸੁਚੱਜੀਆਂ, ਮਿੱਠੀਆਂ, ਪਿਆਰ ਭਰੀਆਂ ਗੱਲਾਂ ਦੋਵਾਂ ਵਾਲੇ ਪਾਸੇ ਵਸਣ ਵਾਲੇ ਪੰਜਾਬੀਆਂ ਦੀ, ਉਹਨਾਂ ਦੇ ਦਿਲਾਂ ਦੀਆਂ ਗੱਲਾਂ, ਉਹਨਾਂ ਦੀਆਂ ਆਪਣੀਆਂ ਗੱਲਾਂ, ਕਵੀਆਂ ਦੀਆਂ ਗੱਲਾਂ, ਲੇਖਕਾਂ ਦੀਆਂ ਗੱਲਾਂ, ਇੱਕ ਕਰਨ ਵਾਲੀਆਂ ਗੱਲਾਂ। ਸੋ ਇਹਨਾਂ ਗੱਲਾਂ ਨੂੰ ਮਿਸ ਨਾ ਕਰਿਓ, ਇਸ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਤੱਕ, ਯਾਰਾਂ ਮਿੱਤਰਾਂ ਤੱਕ। ਅਗਲੇ ਪ੍ਰੋਗਰਾਮ ਤੱਕ ਨਾਸਿਰ ਢਿੱਲੋਂ ਨੂੰ ਇਜਾਜ਼ਤ ਦਿਓ, ਮਿਲਾਂਗੇ ਫਿਰ, ਰੱਬ ਰੱਖ।